ਤੁਸੀਂ ਸੁਣ ਰਹੇ ਹੋ ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਦਿੱਲੀ ਵਾਲਿਆਂ ਵੱਲੋਂ ਲਿਖਤ ਰਾਗਮਾਲਾ ਪੜਚੋਲ। ਇਸ ਦੇ ਤਹਿਤ ਸ਼ਰਵਣ ਕਰੋ ਰਾਗਮਾਲਾ ਦਾ ਰਚਨਹਾਰਾ ਕੌਣ, ਰਾਗਮਾਲਾ ਬਾਰੇ ਵਿਚਾਰ ਮੰਗਦੇ ਕੁਝ ਤੱਥ। ਵਿਦਵਾਨਾਂ ਅਨੁਸਾਰ ਇਹ ਰਾਗਮਾਲਾ ਰਾਗਮਾਲਾ ਦੇ ਪਿਛੋਕੜ ਬਾਰੇ ਆਲਮ ਕਵੀ ਇੱਕ ਨੀ ਦੋ, ਰਾਗਮਾਲਾ ਦੇ ਹਮੈਤੀ ਸੱਜਣ ਅਤੇ ਹੋਰ ਵੀ ਰਾਗਮਾਲਾਵਾਂ ਅਤੇ ਅੰਤ ਵਿੱਚ ਸੁਣੋ ਰਾਗਮਾਲਾ ਬਾਰੇ ਨਿਚੋੜ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨੇ ਮਰ ਬੇਨਤੀ। ਦਰਅਸਲ ਰਾਗਮਾਲਾ ਦਾ ਇਸ਼ੂ ਇਸ ਵਕਤ ਪੰਥਕ ਇਸ਼ੂ ਹੈ। ਪੂਰਾ ਪੰਥ ਇਸ ਬਾਰੇ ਦੋ ਵਿਰੋਧੀ ਧਿਰਾਂ ਵਿੱਚ ਵੰਡਿਆ ਹੋਇਆ ਹੈ। ਇਸ ਨੂੰ ਪੰਥ ਦੀ ਬਦਕਿਸਮਤੀ ਹੀ ਕਿਹਾ ਜਾ ਸਕਦਾ ਹੈ। ਵੇਖਿਆ ਜਾਵੇ ਤਾਂ ਦੋਵਾਂ ਧਿਰਾਂ ਵਿੱਚ ਕੋਈ ਵੀ ਪੰਥ ਵਿਰੋਧੀ ਨਹੀਂ। ਦੋਵੇਂ ਪਾਸੇ ਅਤਿ ਸਤਿਕਾਰਯੋਗ ਸੱਜਣ ਅਤੇ ਪੰਥਕ ਹਸਤੀਆਂ ਹਨ। ਸਾਰਿਆਂ ਦੀ ਪੰਥ ਵਾਸਤੇ ਕਿਸੇ ਨਾ ਕਿਸੇ ਪੱਖ ਤੋਂ ਵੱਡੀ ਦੇਣ ਹੈ। ਇਸ ਨੂੰ ਝੁਠਲਾਇਆ ਨਹੀਂ ਜਾ ਸਕਦਾ। ਸਪਸ਼ਟ ਹੈ ਕਿ ਹਥਲੀ ਰਚਨਾ ਰਾਗਮਾਲਾ ਪੜਚੋਲ ਲਿਖਣ ਦਾ ਸਾਡਾ ਮਕਸਦ ਕਿਸੇ ਵੀ ਇੱਕ ਜਾਂ ਦੂਜੀ ਧਿਰ ਦੀ ਸ਼ਾਨ ਵਿੱਚ ਗੁਸਤਾਖੀ ਕਰਨਾ ਜਾਂ ਕਿਸੇ ਧਿਰ ਦਾ ਵਿਰੋਧੀ ਹੋਣਾ ਨਹੀਂ। ਦੋਹਾਂ ਪੱਖਾਂ ਦੇ ਸੱਜਣ ਅਤੇ ਆਗੂ ਸਾਡੇ ਵਾਸਤੇ ਪੂਰਨ ਸਤਿਕਾਰਯੋਗ ਹਨ। ਰਾਗਮਾਲਾ ਦੇ ਮਸਲੇ ਬਾਰੇ ਦੇਖਿਆ ਜਾਵੇ ਤਾਂ ਪੰਥ ਮੂਲ ਰੂਪ ਵਿੱਚ ਆਪਣਾ ਫੈਸਲਾ ਦੇ ਚੁੱਕਾ ਸੀ। ਜਿਵੇਂ ਕਿ ਪੰਥਕ ਰਹਿਤ ਮਰਯਾਦਾ ਵਿੱਚ ਇਸ ਬਾਰੇ ਸਪਸ਼ਟ ਲਿਖਿਆ ਪਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਸਧਾਰਨ ਜਾਂ ਅਖੰਡ ਪਾਠ ਦਾ ਭੋਗ ਮੁਦਾਵਣੀ ਉੱਤੇ ਜਾਂ ਰਾਗਮਾਲਾ ਪੜ੍ਹ ਕੇ ਚੱਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। ਇਸ ਗੱਲ ਬਾਬਤ ਪੰਥ 'ਚ ਅਜੇ ਤੱਕ ਮਤਭੇਦ ਹੈ। ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ। ਇਹ ਗੱਲ ਆਪਣੇ ਆਪ ਵਿੱਚ ਸਪਸ਼ਟ ਹੈ ਕਿ ਬਾਣੀ ਦੇ ਕਿਸੇ ਅੰਗ ਬਾਰੇ ਸਮੁੱਚੇ ਪੰਥ ਨੂੰ ਅਜਿਹਾ ਨਵਾਂ ਨਿਰਣਾ ਲੈਣ ਦਾ ਕੋਈ ਹੱਕ ਨਹੀਂ। ਅਜਿਹਾ ਫੈਸਲਾ ਕੇਵਲ ਤਾਂ ਹੀ ਦਿੱਤਾ ਜਾ ਸਕਦਾ ਹੈ ਜਦੋਂ ਕਿ ਰਾਗਮਾਲਾ ਬਾਣੀ ਦਾ ਅੰਗ ਸਾਬਤ ਨਹੀਂ ਹੋ ਸਕੀ। ਫਿਰ ਵੀ ਜਦੋਂ ਤੀਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਸ ਬਾਰੇ ਹੁਕਮਨਾਮੇ ਰਾਹੀਂ ਫੈਸਲਾ ਹੀ ਨਾ ਦਿੱਤਾ ਜਾਵੇ, ਇਸ ਬਾਰੇ ਕਿਸੇ ਵੀ ਪੰਥਕ ਵਿਦਵਾਨ ਨੂੰ ਇਸ ਦੇ ਹੱਕ ਜਾਂ ਵਿਰੋਧ ਵਿੱਚ ਨਿਰਣਾ ਦੇਣ ਦਾ ਹੱਕ ਨਹੀਂ, ਕੇਵਲ ਰਾਏ ਦਿੱਤੀ ਜਾ ਸਕਦੀ ਹੈ। ਇਸੇ ਕਾਰਨ ਹਥਲੀ ਰਚਨਾ ਵੀ ਕੋਈ ਪੰਥਕ ਨਿਰਣਾ ਨਹੀਂ, ਕੇਵਲ ਇੱਕ ਸਪਸ਼ਟੀਕਰਨ ਹੈ। ਖੋਜ ਦੇ ਆਧਾਰ 'ਤੇ ਰਾਗਮਾਲਾ ਬਾਣੀ ਦਾ ਅੰਗ ਸਾਬਤ ਨਹੀਂ ਹੁੰਦੀ ਅਤੇ ਗੁਰਬਾਣੀ ਸੰਪੂਰਨਤਾ ਤੋਂ ਬਾਅਦ ਛਾਪੇ ਵਾਲੀਆਂ ਬੀੜਾਂ ਪਿੱਛੇ ਚੜ੍ਹ ਗਈ ਅਤੇ ਪ੍ਰਚਲਿਤ ਹੋ ਗਈ, ਸਪਸ਼ਟ ਹੈ। ਪੰਥਕ ਰਹਿਤ ਮਰਯਾਦਾ ਵਿਚਲੀਆਂ ਪੰਕਤੀਆਂ ਵੀ ਇਸੇ ਹੀ ਗੱਲ ਨੂੰ ਸਪਸ਼ਟ ਕਰ ਰਹੀਆਂ ਹਨ। ਭਾਵੇਂ ਕਿ ਪੰਥ ਇਸ ਨਿਰਣੇ 'ਤੇ ਪੁੱਜ ਚੁੱਕਾ ਸੀ ਕਿ ਰਾਗਮਾਲਾ ਗੁਰਬਾਣੀ ਦਾ ਅੰਗ ਨਹੀਂ, ਪਰ ਇਸ ਤੋਂ ਬਿਨਾਂ ਬੀੜ ਨਾ ਛਾਪਣ ਦੇ ਫੈਸਲੇ ਪਿੱਛੇ ਕੁਝ ਵਕਤੀ ਮਜਬੂਰੀਆਂ ਸਨ। ਦਰਅਸਲ ਇਸੇ ਨੂੰ ਬਹੁਤ ਲੰਬਾ ਕਰ ਦੇਣਾ ਹੀ ਪੰਥਕ ਦੁਬਧਾ ਦੁਚਿੱਤੀ ਦਾ ਕਾਰਨ ਬਣਿਆ। ਕੇਵਲ ਹੰਸ ਬਹਿਸ, ਉਸਾਰੂ ਬਹਿਸ ਅਥਵਾ ਵਿਚਾਰ ਵਟਾਂਦਰਾ ਕਿਸੇ ਕਾਰਜ ਦੀ ਸਫਲਤਾ ਅਤੇ ਕਿਸੇ ਦੁਚਿੱਤੀ ਦੁਬਧਾ ਵਿੱਚੋਂ ਨਿਕਲਣ ਵਾਸਤੇ ਮਨੁੱਖਾ ਜ਼ਿੰਦਗੀ ਦੀ ਅੱਤ ਵੱਡੀ ਲੋੜ ਹੈ। ਦਰਅਸਲ ਇਹੀ ਵਿਚਾਰ ਵਟਾਂਦਰੇ ਦਾ ਹਥਿਆਰ ਹੈ ਜੋ ਕਿ ਪਹਿਲੀ ਪਾਤਸ਼ਾਹੀ ਤੋਂ ਵਰਤਣਾ ਆਰੰਭ ਕੀਤਾ ਗਿਆ ਅਤੇ ਵੱਡੇ ਵੱਡੇ ਅਗਿਆਨਤਾ ਦੇ ਗੜ੍ਹ ਤੋੜ ਦਿੱਤੇ ਗਏ। ਭਾਈ ਗੁਰਦਾਸ ਜੀ ਨੇ ਤਿੰਨ ਪ੍ਰਕਾਰ ਦੀ ਬਹਿਸ ਦਾ ਜ਼ਿਕਰ ਕੀਤਾ ਹੈ, ਪਰ ਗੁਰਸਿੱਖਾਂ ਵਾਸਤੇ ਕੇਵਲ ਇੱਕੋ ਪ੍ਰਕਾਰ ਦੀ ਬਹਿਸ ਹੀ ਪ੍ਰਵਾਨ ਕੀਤੀ ਗਈ ਹੈ, ਜਿਸ ਨੂੰ ਹੰਸ ਬਹਿਸ ਕਿਹਾ ਜਾਂਦਾ ਹੈ, ਭਾਵ ਦਲੀਲ ਦੇਣੀ ਅਤੇ ਦਲੀਲ ਲੈਣੀ। ਗੁਰਮੁਖ ਬਹਿਸੋ ਸਫਾ ਬਿਛਾਈ ਵਾਲੀ ਬਹਿਸ,
ਬਾਕੀ ਦੋ ਪ੍ਰਕਾਰ ਦੀ ਬਹਿਸ, ਕਾਗਾਂ ਬਹਿਸ, ਕਾਵਾਂ ਵਾਂਗ ਆਪਣੀ ਕਾਂ ਕਾਂ ਕਰਦੇ ਜਾਣਾ ਅਤੇ ਦੂਜੇ ਦੀ ਸੁਣਨੀ ਨਹੀਂ। ਦੂਜੀ ਗਰਦਵ ਬਹਿਸ, ਗਧਿਆਂ ਵਾਂਗ ਬਿਨਾਂ ਦਲੀਲ ਬੋਲਦੇ ਜਾਣਾ, ਜਿੱਥੇ ਸਿਰੇ ਲੱਗਣ ਦੀ ਕੋਈ ਗੱਲ ਹੀ ਨਹੀਂ। ਇਹ ਦੋਵੇਂ ਪ੍ਰਕਾਰ ਦੀਆਂ ਬਹਿਸਾਂ ਗੁਰਸਿੱਖ ਵਾਸਤੇ ਪ੍ਰਵਾਨ ਨਹੀਂ। ਤਾਂ ਤੇ ਗੁਰਸਿੱਖਾਂ ਵਿਦਵਾਨਾਂ ਨੂੰ ਹੰਸ ਬਹਿਸ ਵਿਚਾਰ ਵਟਾਂਦਰੇ ਦਾ ਰਸਤਾ ਅਪਣਾ ਕੇ ਕੇਵਲ ਰਾਗਮਾਲਾ ਹੀ ਨਹੀਂ ਸਗੋਂ ਹੋਰ ਵੀ ਅਜਿਹੇ ਦੋ ਚਾਰ ਮਸਲੇ ਹੱਥ ਵਿੱਚ ਲੈ ਕੇ ਪੰਥ ਨੂੰ ਜਲਦੀ ਦੁਬਿਧਾ ਵਿੱਚੋਂ ਕੱਢਣਾ ਚਾਹੀਦਾ ਹੈ। ਇੱਥੇ ਇੱਕ ਗੱਲ ਹੋਰ ਵੀ ਧਿਆਨ ਕਰਨ ਦੀ ਲੋੜ ਹੈ ਕਿ ਜੇਕਰ ਹੰਸ ਬਹਿਸ ਦੀ ਸੋਚ ਦੇ ਨਾਲ ਬੈਠ ਵੀ ਗਏ ਪਰ ਆਪਣੀ ਬਣੀ ਹੋਈ ਭੱਲ ਨੂੰ ਅਸਾਂ ਆਪਣੇ ਵਕਾਰ ਦਾ ਸਵਾਲ ਬਣਾ ਲਿਆ ਜਾਂ ਫਿਰ ਆਪਣੇ ਕਿਸੇ ਸਤਿਕਾਰਯੋਗ ਆਗੂ ਨੂੰ ਹੀ ਪੂਰਨ ਮਨ ਬੈਠੇ ਅਤੇ ਗੁਰੂ ਨੂੰ ਪਿੱਛੇ ਪਾਉਣ ਵਾਲੀ ਦੌੜ ਵਿੱਚ ਫਸ ਗਏ, ਤਾਂ ਵੀ ਅਜਿਹੀਆਂ ਦੁਬਿਧਾਵਾਂ ਵਿੱਚੋਂ ਨਾ ਤਾਂ ਆਪ ਨਿਕਲ ਸਕਾਂਗੇ ਅਤੇ ਨਾ ਹੀ ਪੰਥ ਨੂੰ ਕਿਸੇ ਦੁਬਿਧਾ ਵਿੱਚੋਂ ਕੱਢ ਸਕਾਂਗੇ। ਗੱਲ ਉੱਥੇ ਦੀ ਉੱਥੇ ਰਹਿ ਜਾਵੇਗੀ। ਤਾਂ ਤੇ ਕਿਸੇ ਵਿਸ਼ੇ ਨੂੰ ਨਿਬੇੜਨ ਵਾਸਤੇ ਸੌੜੀ ਸੋਚ ਨਹੀਂ ਬਲਕਿ ਖੁੱਲ੍ਹੀ ਸੋਚ ਬਿਰਤੀ ਅਤੇ ਗੁਰਬਾਣੀ ਵਿਚਾਰਧਾਰਾ ਵਾਲੀ ਕਸਵੱਟੀ ਦੀ ਵੀ ਭਰਵੀਂ ਲੋੜ ਹੈ। ਧੰਨਵਾਦ। ਰਾਗਮਾਲਾ ਦਾ ਰਚਣਹਾਰਾ ਕੌਣ? 1430 ਪੰਨਿਆਂ ਵਾਲੀ ਛਾਪੇ ਦੀ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 1429 ਦੇ ਹੇਠੋਂ ਆਰੰਭ ਹੋ ਕੇ ਪੰਨਾ ਨੰਬਰ 1430 ਭਾਵ ਅੰਤਮ ਪੰਨੇ ਤੀਕ ਰਾਗਮਾਲਾ ਦਰਜ ਹੈ। ਮੁਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ ਅਤੇ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀਂ ਦੀ ਸਮਾਪਤੀ ਤੋਂ ਉਪਰੰਤ ਇਹ ਰਚਨਾ ਆਰੰਭ ਹੁੰਦੀ ਹੈ ਪਰ ਇਸ ਦੇ ਰਚਨਹਾਰ ਬਾਰੇ ਕਿਧਰੇ ਸੂਚਨਾ ਨਹੀਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਅਤੇ ਗੁਰਬਾਣੀ ਉੱਪਰ ਗਉ ਨਾਲ ਵਿਚਾਰ ਕਰਨ ਵਾਲੇ ਸੱਜਣ ਭਲੀ ਪ੍ਰਕਾਰ ਜਾਣਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸੇ ਇੱਕ ਸ਼ਬਦ ਬਾਰੇ ਇਹ ਕਹਿਣਾ ਤਾਂ ਬੜੀ ਵੱਡੀ ਗੱਲ ਹੈ। ਇੱਕ ਪੰਕਤੀ ਵੀ ਅਜਿਹੀ ਨਹੀਂ ਜਿਸ ਦੇ ਰਚਣਹਾਰ ਬਾਰੇ ਕੋਈ ਭੁਲੇਖਾ ਪੈ ਸਕਦਾ ਹੋਵੇ। ਇੱਕ ਦੋਹਰਾ ਜਾਂ ਸਲੋਕ ਵੀ ਅਜਿਹਾ ਨਹੀਂ ਜਿਸ ਦੇ ਲਿਖਣ ਵਾਲੇ ਬਾਰੇ ਨਿਰਣਾ ਗੁਰੂ ਪਾਤਸ਼ਾਹ ਜੀ ਨੇ ਸਿੱਖਾਂ ਉੱਤੇ ਛੱਡਿਆ ਹੋਵੇ ਜਾਂ ਪੜ੍ਹਨ ਵਾਲੇ ਨੂੰ ਇਸ ਬਾਰੇ ਹਨੇਰੇ ਵਿੱਚ ਰੱਖਿਆ ਹੋਵੇ। ਗੁਰਬਾਣੀ ਵਿੱਚ ਕੇਵਲ ਇੱਕ ਪੰਕਤੀ ਸੂਰਦਾਸ ਦੀ ਹੈ ਤਾਂ ਪੰਚਮ ਪਾਤਸ਼ਾਹ ਜੀ ਨੇ ਉਸ ਨਾਲ ਵੀ ਲਫ਼ਜ਼ ਸੂਰਦਾਸ ਦਰਜ ਕੀਤਾ ਹੈ ਅਤੇ ਬਾਕੀ ਸ਼ਬਦ ਨਾਲ ਮਹੱਲਾ ਪੰਜਵਾਂ। ਇਸੇ ਤਰ੍ਹਾਂ ਸਲੋਕਾਂ ਵਿੱਚ ਜੇ ਕਿਧਰੇ ਫਰੀਦ ਸਾਹਿਬ ਜਾਂ ਕਬੀਰ ਸਾਹਿਬ ਦੇ ਕਿਸੇ ਸਲੋਕ ਦੇ ਅਰਥ ਭਾਵ ਨੂੰ ਹੋਰ ਨਿਖਾਰਨ ਦੀ ਲੋੜ ਪਈ ਤਾਂ ਜਿਸ ਗੁਰੂ ਵਿਅਕਤੀ ਦਾ ਸਲੋਕ ਨਾਲ ਜੋੜਿਆ ਉਸ ਨਾਲ ਸੰਬੰਧਿਤ ਮਹੱਲਾ ਨੰਬਰ ਵੀ ਦਰਜ ਕਰ ਦਿੱਤਾ। ਗੌੜੀ ਗੁਆਰੇਰੀ ਸ੍ਰੀ ਕਬੀਰ ਜੀਓ ਕੇ 14ਵੇਂ ਚੌਪ ਦੇ ਪੰਨਾ 323 ਦੇ ਤਿੰਨ ਪਦੇ ਤਾਂ ਕਬੀਰ ਸਾਹਿਬ ਜੀ ਦੇ ਹਨ। ਚੌਥਾ ਪਦਾ ਜਦ ਪੰਜਵੇਂ ਪਾਤਸ਼ਾਹ ਜੀ ਨੇ ਆਪ ਜੋੜਿਆ ਤਾਂ ਨਾਲ ਸਪਸ਼ਟ ਸੇਧ ਦਿੱਤੀ ਗੌੜੀ ਕਬੀਰ ਜੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਪੰਨਾ 487 ਉੱਪਰ ਆਸਾ ਰਾਗ ਵਿੱਚ ਭਗਤ ਧੰਨਾ ਜੀ ਦੇ ਤਿੰਨ ਸ਼ਬਦ ਹਨ। ਪਹਿਲੇ ਸ਼ਬਦ ਵਿੱਚ ਧੰਨਾ ਜੀ ਦੱਸਦੇ ਹਨ ਕਿ ਮੈਨੂੰ ਰੱਬੀ ਗਿਆਨ ਭਾਵ ਗੁਰੂ ਦੀ ਪ੍ਰਾਪਤੀ ਸੰਤ ਜਨਾਂ ਦੇ ਮੇਲ ਅਤੇ ਸਾਧ ਸੰਗਤ ਵਿੱਚੋਂ ਹੋਈ। ਭਗਤ ਜੀ ਬਾਰੇ ਸ਼ਰਾਰਤੀ ਈਰਖਾਲੂ ਲੋਕਾਂ ਨੇ ਇੱਕ ਕਹਾਣੀ ਪ੍ਰਚਲਿਤ ਕਰ ਰੱਖੀ ਸੀ ਅਤੇ ਉਸਦਾ ਪ੍ਰਚਾਰ ਵੀ ਬੜਾ ਕੀਤਾ ਗਿਆ ਸੀ ਕਿ ਧੰਨਾ ਜੀ ਨੂੰ ਪ੍ਰਭੂ ਦੀ ਪ੍ਰਾਪਤੀ ਇੱਕ ਪੰਡਿਤ ਰਾਹੀਂ ਦਿੱਤੇ ਪੱਥਰ ਦੇ ਠਾਕਰ ਵਿੱਚੋਂ ਹੋਈ। ਸੱਚ ਦੇ ਰਾਹ ਨੂੰ ਜਾਣਨ ਵਾਲੇ ਜਾਣਦੇ ਹਨ ਕਿ ਪੱਥਰ ਪੂਜਾ ਵਿੱਚੋਂ ਰੱਬ ਦੀ ਪ੍ਰਾਪਤੀ ਦੀਆਂ ਗੱਲਾਂ ਕਰਨੀਆਂ ਜਾਂ ਕਹਾਣੀਆਂ ਘੜਨੀਆਂ ਕੇਵਲ ਨਾ ਸਮਝੀ ਹੈ
ਅਤੇ ਹਨੇਰੇ ਵਿੱਚ ਫਸੇ ਲੋਕਾਂ ਨੂੰ ਹੋਰ ਕੁਰਾਹੇ ਪਾਉਣ ਦੀ ਗੱਲ ਹੈ। ਪੰਚਮ ਪਾਤਸ਼ਾਹ ਜੀ ਨੇ ਇਹਨਾਂ ਸੰਤ ਜਨਾਂ ਦਾ ਵੇਰਵਾ ਦੇਣਾ ਜ਼ਰੂਰੀ ਸਮਝਿਆ ਤਾਂ ਜੋ ਲੋਕਾਂ ਨੂੰ ਸੱਚਾਈ ਦਾ ਪਤਾ ਲੱਗ ਸਕੇ। ਧੰਨਾ ਜੀ ਦੇ ਸ਼ਬਦਾਂ ਵਿੱਚ ਹੀ ਪੰਜਵੇਂ ਪਾਤਸ਼ਾਹ ਜੀ ਨੇ ਮਹੱਲਾ ਪੰਜਵਾਂ ਲਿਖ ਕੇ ਇੱਕ ਸ਼ਬਦ ਆਪਣੇ ਵੱਲੋਂ ਹੋਰ ਜੋੜ ਦਿੱਤਾ। ਸ਼ਬਦ ਤਾਂ ਧੰਨਾ ਜੀ ਦੇ ਚੱਲ ਰਹੇ ਹਨ, ਪਰ ਸਪਸ਼ਟ ਕਰ ਦਿੱਤਾ ਕਿ ਇਹ ਸ਼ਬਦ ਧੰਨਾ ਜੀ ਦੇ ਪਰਥਾਏ ਹੈ, ਭਾਵ ਹੈ ਪੰਚਮ ਪਿਤਾ ਜੀ ਦਾ। ਮੁੱਕਦੀ ਗੱਲ, ਸਾਰੀ ਗੁਰਬਾਣੀ ਵਿੱਚ ਇੱਕ ਪੰਕਤੀ ਵੀ ਅਜਿਹੀ ਨਹੀਂ ਜਿਸ ਦੇ ਲਿਖਣਹਾਰੇ ਬਾਰੇ ਕੋਈ ਭੁਲੇਖਾ ਪੈ ਸਕੇ। ਰਾਗਮਾਲਾ ਬਾਰੇ ਇਹ ਇੱਕ ਅਨੋਖੀ ਗੱਲ ਹੈ। ਛਾਪੇ ਦੀਆਂ ਬੀੜਾਂ ਵਿੱਚ ਉੱਪਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਾਂ ਛਾਪ ਦਿੱਤਾ, ਪਰ ਲਿਖਣਹਾਰੇ ਬਾਰੇ ਕੋਈ ਸੂਚਨਾ ਨਹੀਂ। ਕੁਝ ਵਿਦਵਾਨ ਵਾਧੂ ਦੇ ਅੰਦਾਜ਼ੇ ਲਗਾ ਕੇ ਇਸ ਦੇ ਰਚਣਹਾਰੇ ਪੰਚਮ ਪਾਤਸ਼ਾਹ ਜੀ ਨੂੰ ਦੱਸਦੇ ਹਨ, ਜੋ ਕਿ ਬਿਲਕੁਲ ਨਿਰਮੂਲ ਅਤੇ ਗੁਰਬਾਣੀ ਗਿਆਨ ਤੋਂ ਕੋਰੇ ਹੋਣ ਦਾ ਸਪਸ਼ਟ ਸਬੂਤ ਹੈ। ਜਿਸ ਪੰਚਮ ਪਿਤਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਸਮੇਂ ਇੱਕ ਇੱਕ ਪੰਕਤੀ, ਸਲੋਕ, ਦੋਹੇ ਅਤੇ ਹਰ ਇੱਕ ਛੋਟੀ ਤੋਂ ਛੋਟੀ ਰਚਨਾ ਬਾਰੇ ਪੂਰੀ ਪੂਰੀ ਸੇਧ ਦਿੱਤੀ, ਉਹ ਪਾਤਸ਼ਾਹ ਇਸ ਰਚਨਾ ਨੂੰ ਨਿਖਸਮੀ ਕਿਵੇਂ ਛੱਡ ਸਕਦੇ ਸਨ? ਪੰਜਵੇਂ ਪਾਤਸ਼ਾਹ ਜੀ ਨੂੰ ਇਸ ਦਾ ਲਿਖਣਹਾਰਾ ਦੱਸਣਾ ਕਿਸੇ ਤਰ੍ਹਾਂ ਵੀ ਯੁਕਤੀਪੂਰਨ ਨਹੀਂ। ਰਾਗਮਾਲਾ ਗੁਰਬਾਣੀ ਹੈ ਜਾਂ ਕੱਚੀ ਰਚਨਾ, ਇਸ ਬਾਰੇ ਪੰਥ ਵਿੱਚ ਦੋ ਰਾਵਾਂ ਹਨ, ਪਰ ਸੱਚਾਈ ਤੀਕ ਅਪੜਨ ਵਾਸਤੇ ਅੱਗੇ ਦਿੱਤੇ ਕੁਝ ਤੱਥ ਅੱਖੋਂ ਓਹਲੇ ਨਹੀਂ ਕੀਤੇ ਜਾ ਸਕਦੇ। ਰਾਗਮਾਲਾ ਬਾਰੇ ਵਿਚਾਰ ਮੰਗ ਦੇ ਤੱਥ। ਨੰਬਰ 1, ਰਾਗਮਾਲਾ ਦਰਬਾਰ ਸਾਹਿਬ ਵਿੱਚ ਪੜ੍ਹੀ ਜਾਂਦੀ ਹੈ, ਪਰ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਨਹੀਂ ਪੜ੍ਹੀ ਜਾਂਦੀ। ਇਸੇ ਤਰ੍ਹਾਂ ਨਨਕਾਣਾ ਸਾਹਿਬ ਵਿੱਚ ਵੀ ਨਹੀਂ ਸੀ ਪੜ੍ਹੀ ਜਾਂਦੀ। ਜੇ ਇਹ ਗੁਰਬਾਣੀ ਹੈ ਤਾਂ ਦੋਹਰਾ ਮਾਪਦੰਡ ਕਿਉਂ? ਫਿਰ ਗੁਰਬਾਣੀ ਪੜ੍ਹਨ ਉੱਪਰ ਤਾਂ ਪਾਬੰਦੀ ਕਿਧਰੇ ਵੀ ਨਹੀਂ ਲੱਗ ਸਕਦੀ। ਨੰਬਰ 2, ਪੰਥ ਪ੍ਰਵਾਨਤ ਰਹਿਤ ਮਰਯਾਦਾ ਵਿੱਚ ਰਾਗਮਾਲਾ ਬਾਰੇ ਇਉਂ ਲਿਖਿਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਸਧਾਰਨ ਜਾਂ ਅਖੰਡ ਪਾਠ ਦਾ ਭੋਗ ਮੁਦਾਵਣੀ ਉੱਤੇ ਜਾਂ ਰਾਗਮਾਲਾ ਪੜ੍ਹ ਕੇ ਚੱਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। ਇਸ ਗੱਲ ਬਾਰੇ ਪੰਥ ਵਿੱਚ ਅਜੇ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ। ਸੋਚਣ ਦਾ ਵਿਸ਼ਾ ਤਾਂ ਇਹ ਹੈ ਕਿ ਕਿਸੇ ਪੰਥਕ ਆਗੂ ਜਾਂ ਜਥੇਬੰਦੀ ਨੂੰ ਕਦੇ ਇਹ ਅਧਿਕਾਰ ਨਹੀਂ ਕਿ ਗੁਰਬਾਣੀ ਦੇ ਕਿਸੇ ਪੰਨੇ ਵਾਸਤੇ ਪੰਥ ਨੂੰ ਇਹ ਹਦਾਇਤ ਕਰ ਸਕੇ ਕਿ ਭਾਵੇਂ ਕੋਈ ਪੜ੍ਹੇ ਅਤੇ ਭਾਵੇਂ ਕੋਈ ਨਾ ਪੜ੍ਹੇ। ਰਾਗਮਾਲਾ ਬਾਰੇ ਤਾਂ ਇਹ ਫੈਸਲਾ ਸਮੁੱਚੇ ਪੰਥ ਦਾ ਹੈ, ਭਾਵੇਂ ਕੋਈ ਮੁਦਾਵਣੀ ਉੱਤੇ ਭੋਗ ਪਾਵੇ ਜਾਂ ਰਾਗਮਾਲਾ ਪੜ੍ਹ ਕੇ ਪਾਵੇ, ਜਿਸ ਦਾ ਸਪਸ਼ਟ ਅਰਥ ਹੈ ਕਿ ਪੰਥ ਇਸ ਸਿੱਟੇ ਉੱਪਰ ਪੁੱਜ ਚੁੱਕਾ ਸੀ ਕਿ ਰਾਗਮਾਲਾ ਗੁਰਬਾਣੀ ਨਹੀਂ, ਪਰ ਕਿਸੇ ਮਜਬੂਰੀ ਕਾਰਨ ਸਿੱਧਾ ਫੈਸਲਾ ਨਹੀਂ ਦਿੱਤਾ ਜਾ ਸਕਿਆ। ਨੰਬਰ 3, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅੰਕ ਨੰਬਰ ਪੱਕੇ ਤੌਰ 'ਤੇ ਅਤੇ ਬੜੀ ਦੂਰ ਅੰਦੇਸ਼ੀ ਨਾਲ ਦਿੱਤੇ ਗਏ ਹਨ। ਇੱਕ ਇੱਕ ਸ਼ਬਦ ਵਿੱਚ ਵੇਖੋ, ਹਰ ਬੰਦ ਦਾ ਨੰਬਰ ਸਪਸ਼ਟ ਹੈ। ਅੰਕ ਜੋੜ ਇਤਨੇ ਵਧੀਆ ਢੰਗ ਨਾਲ ਦਿੱਤੇ ਹਨ ਕਿ ਕੇਵਲ ਅੰਕ ਨੰਬਰ ਦੇਖਣ ਤੋਂ ਹੀ ਪ੍ਰਤੀਤ ਹੋ ਜਾਂਦਾ ਹੈ ਕਿ ਇਸ ਰਾਗ ਵਿੱਚ ਕਿਹੜੇ ਗੁਰੂ ਵਿਅਕਤੀ ਅਥਵਾ ਭਗਤ ਦੇ ਕਿੰਨੇ ਸ਼ਬਦ ਪਹਿਲਾਂ ਆ ਚੁੱਕੇ ਹਨ। ਇਸ ਦੇ ਉਲਟ ਰਾਗਮਾਲਾ ਵਿੱਚ ਇਹ ਇੱਕ ਬੜੀ ਅਜੀਬ ਗੱਲ ਹੈ ਕਿ ਹਰੇਕ ਵਾਰੀ ਅੰਕ ਇੱਕ ਹੀ ਆਇਆ ਹੈ। ਪੰਜ ਚੌਪਈਆਂ ਅਤੇ ਪੰਜ ਦੋਹਰੇ ਆਏ ਹਨ, ਪਰ ਹਰੇਕ ਤੋਂ ਬਾਅਦ ਅੰਕ ਇੱਕ ਹੀ ਦਿੱਤਾ ਗਿਆ ਹੈ, ਜਿੱਥੋਂ ਪਾਠਕ ਨਾ ਤਾਂ ਆਪ ਹੀ ਸਮਝ ਸਕਦਾ ਹੈ ਨਾ ਹੀ ਕਿਸੇ ਨੂੰ ਦੱਸ ਸਕਦਾ ਹੈ ਕਿ ਉਹ ਕਿਸ ਨੰਬਰ ਦੇ ਬੰਦ ਦੀ ਗੱਲ ਕਰ ਰਿਹਾ ਹੈ। ਨੰਬਰ 4, ਇਸੇ ਤਰ੍ਹਾਂ ਗੁਰਬਾਣੀ ਅੰਦਰ
ਹਰ ਇੱਕ ਰਚਨਾ ਦੇ ਆਰੰਭ ਵਿੱਚ ਪੰਜ ਪਦੇ, ਚੌ ਪਦੇ, ਦੋ ਪਦੇ ਤੇ ਪਦੇ, ਦੋਹਰਾ, ਸਲੋਕ, ਛੰਤ ਆਦਿ ਸਿਰਲੇਖ ਵੀ ਦਿੱਤੇ ਗਏ ਹਨ। ਇਸ ਦੇ ਉਲਟ ਜਿਵੇਂ ਕਿ ਰਾਗਮਾਲਾ ਵਿੱਚ ਪੰਜ ਚੌਪਈਆਂ ਅਤੇ ਪੰਜ ਦੋਹਰੇ ਆਏ ਹਨ, ਪਰ ਕਿਧਰੇ ਵੀ ਇਸ ਦੇ ਸਿਰਲੇਖਾਂ ਦਾ ਕੋਈ ਜ਼ਿਕਰ ਨਹੀਂ। ਕਿਉਂ? ਨੰਬਰ 5, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਦੋਂ ਵੀ ਕੋਈ ਬੰਦ ਮੁਕੰਮਲ ਹੋਇਆ ਤਾਂ ਉਸ ਬੰਦ ਵਿੱਚ ਦਿੱਤਾ ਪ੍ਰਮਾਣ ਵਿਸ਼ਾ ਪੂਰੀ ਤਰ੍ਹਾਂ ਨਿਭਾਇਆ ਹੈ ਅਤੇ ਕਿਧਰੇ ਅਧੂਰਾ ਨਹੀਂ ਛੱਡਿਆ। ਪਰ ਰਾਗਮਾਲਾ ਦੀ ਰਚਨਾ 'ਚ ਕਾਵਿ ਰਚਨਾ ਦੀ ਇਹ ਖੂਬੀ ਮੌਜੂਦ ਨਹੀਂ। ਮਿਸਾਲ ਵਜੋਂ ਆਰੰਭ ਵਿੱਚ ਭੈਰੋ ਰਾਗ ਦੀ ਗੱਲ ਚੱਲੀ ਹੈ। ਪ੍ਰਥਮ ਰਾਗ ਭੈਰੋਵੇ ਕਰਹੀ, ਭੈਰੋ ਰਾਗ ਦੇ ਦੱਸੇ ਗਏ ਅੱਠ ਪੁੱਤਰਾਂ ਦਾ ਜ਼ਿਕਰ ਤਾਂ ਖਤਮ ਨਹੀਂ ਹੋਇਆ, ਚੌਪਈ ਦੀਆਂ ਅੱਠੋ ਤੁਕਾਂ ਖਤਮ ਹੋ ਗਈਆਂ ਅਤੇ ਬਾਕੀ ਦੋ ਪੁੱਤਰ ਛੁੱਟ ਗਏ। ਭੈਰੋ ਰਾਗ ਦੇ ਬਾਕੀ ਦੋ ਪੁੱਤਰਾਂ ਲਲਿਤ ਅਤੇ ਬਿਲਾਵਲ ਦਾ ਜ਼ਿਕਰ ਅੱਗੋਂ ਦੋਹਰੇ ਵਿੱਚ ਚਲਾਇਆ ਹੈ। ਜੋੜ ਤੋੜ ਅਤੇ ਬੇਨਿਯਮਤਾ ਬਾਕੀ ਰਾਗਮਾਲਾ ਵਿੱਚ ਵੀ ਇਸੇ ਤਰ੍ਹਾਂ ਵੇਖੀ ਜਾ ਸਕਦੀ ਹੈ। ਨੰਬਰ 6, ਮੇਘ ਰਾਗ ਦੀਆਂ ਪੰਜ ਰਾਗਣੀਆਂ ਵਿੱਚ ਰਾਗ ਗਾਉਣ ਨੂੰ ਵਰਤਿਆ ਹੈ, ਫਿਰ ਇਸੇ ਰਾਗ ਗਾਉਣ ਨੂੰ ਹੀ ਸ੍ਰੀ ਰਾਗ ਦੇ ਅੱਠ ਪੁੱਤਰਾਂ ਵਿੱਚ ਦੁਬਾਰਾ ਵਰਤਿਆ ਹੈ। ਇਸ ਤਰ੍ਹਾਂ ਰਾਗ ਗਾਉਣ ਨੂੰ ਦੋ ਵਾਰੀ ਵੱਖਰੇ ਵੱਖਰੇ ਰਾਗਾਂ ਵਿੱਚ ਵਰਤਿਆ ਗਿਆ। ਜਦੋਂ ਇੱਕ ਰਾਗ ਨੂੰ ਇੱਕ ਰਾਗ ਸੀਰੀਜ਼ ਵਿੱਚ ਜੋੜ ਦਿੱਤਾ ਗਿਆ ਤਾਂ ਉਹੀ ਰਾਗ ਫਿਰ ਦੂਜੇ ਰਾਗ ਵਿੱਚ ਜੋੜਨਾ ਰਾਗ ਵਿਦਿਆ ਅਨੁਸਾਰ ਕਿੱਥੋਂ ਤੀਕ ਉਚਿਤ ਹੈ? ਪਾਠਕ ਸੱਜਣ ਆਪ ਵਿਚਾਰ ਕਰ ਲੈਣ। ਨੰਬਰ 7, ਸੰਸਕ੍ਰਿਤ ਦੇ ਸ਼ਬਦ ਪੁਨਾ ਤੋਂ ਬਣਿਆ ਸ਼ਬਦ ਪੁੰਨ, ਜਿਵੇਂ ਕਿ ਪੁੰਨ ਗਾਵੇਂ ਸ਼ੰਕਰਿਓ ਸਿਆਮਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਧਰੇ ਨਹੀਂ ਵਰਤਿਆ ਗਿਆ। ਜਿੱਥੇ ਵੀ ਲੋੜ ਪਈ ਇਸ ਦਾ ਸਰੂਪ ਪੁੰਨ ਵਰਤਿਆ ਹੈ, ਪਰ ਰਾਗਮਾਲਾ ਵਿੱਚ ਇਹ ਸ਼ਬਦ ਪਹਿਲੀ ਅਤੇ ਆਖਰੀ ਵਾਰੀ ਆਇਆ ਹੈ। ਸਾਹਿਤਕ ਦ੍ਰਿਸ਼ਟੀਕੋਣ ਤੋਂ ਇਹ ਗੱਲ ਕਿਸੇ ਵੀ ਰਚਨਾ ਵਿੱਚ ਸਿੱਧੀ ਮਿਲਾਵਟ ਅਥਵਾ ਜੋੜ ਤੋੜ ਦਾ ਪ੍ਰਤੱਖ ਸਬੂਤ ਹੈ। ਨੰਬਰ 8, ਕੁਝ ਸੱਜਣਾਂ ਦਾ ਇਹ ਕਹਿਣਾ ਵੀ ਯੋਗ ਨਹੀਂ ਕਿ ਰਾਗਮਾਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਅਤੇ ਇਸ ਵਾਸਤੇ ਗੁਰਬਾਣੀ ਹੈ। ਸੱਚਾਈ ਤਾਂ ਇਹ ਹੈ ਕਿ ਰਾਗਮਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ ਹੀ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੋਈ ਰਚਨਾ ਤਾਂ ਕੀ ਇੱਕ ਸ਼ਬਦ ਅਥਵਾ ਪੰਕਤੀ ਵੀ ਅਜਿਹੀ ਨਹੀਂ ਜਿਸ ਨੂੰ ਘਟਾਇਆ ਜਾਂ ਵਧਾਇਆ ਜਾ ਸਕਦਾ ਹੋਵੇ। ਪੰਚਮ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਅੰਕ ਨੰਬਰ, ਤਰਤੀਬ ਅਤੇ ਵਿਆਕਰਨ ਦੀ ਅਜਿਹੀ ਨਿਯਮਾਵਲੀ ਵਰਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੋਈ ਮਿਲਾਵਟ ਹੋ ਹੀ ਨਹੀਂ ਸਕਦੀ। ਨੰਬਰ 9, ਸੱਚਾਈ ਤਾਂ ਇਹ ਹੈ ਕਿ ਰਾਗਮਾਲਾ ਗੁਰਬਾਣੀ ਸਮਾਪਤੀ ਤੋਂ ਬਾਅਦ ਇੱਕ ਵੱਖਰੀ ਰਚਨਾ ਹੈ, ਰਾਗਮਾਲਾ ਗੁਰਬਾਣੀ ਵਿੱਚ ਨਹੀਂ। ਗੁਰਬਾਣੀ ਅਥਵਾ ਸਮਾਪਤੀ ਸੂਚਕ ਮੁਦਾਵਣੀ ਤੋਂ ਬਾਅਦ ਅਤੇ ਬਾਹਰ ਹੈ। ਗੁਰਬਾਣੀ ਸਮਾਪਤੀ ਦੀ ਸੂਚਨਾ ਪੰਜਵੇਂ ਪਾਤਸ਼ਾਹ ਜੀ ਨੇ ਮੁਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਅਤੇ ਸਲੋਕ ਮਹੱਲਾ ਪੰਜਵਾਂ, ਤੇਰਾ ਕੀਤਾ ਜਾਤੋ ਨਾਹੀਂ ਰਾਹੀਂ ਸਪਸ਼ਟ ਦੇ ਦਿੱਤੀ ਹੋਈ ਹੈ। ਨੰਬਰ 10, ਕੁਝ ਸੱਜਣਾਂ ਦਾ ਇਹ ਕਹਿਣਾ ਵੀ ਠੀਕ ਨਹੀਂ ਕਿ ਰਾਗਮਾਲਾ ਗੁਰਬਾਣੀ ਵਿੱਚ ਵਰਤੇ ਗਏ ਰਾਗਾਂ ਦੀ ਸੂਚਨਾ ਅਤੇ ਨਿਚੋੜ ਹੈ। ਸੱਚਾਈ ਤਾਂ ਇਹ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੁੱਲ ਰਾਗਾਂ ਦੀ ਗਿਣਤੀ 31 ਹੈ ਅਤੇ 6 ਹੋਰ ਰਾਗ ਦੂਜੇ ਰਾਗਾਂ ਨਾਲ ਮਿਲਾ ਕੇ ਪੜ੍ਹਨ ਦੀ ਹਦਾਇਤ ਹੈ। ਇਸ ਤਰ੍ਹਾਂ ਕੁੱਲ 37 ਰਾਗ ਗੁਰਬਾਣੀ ਅੰਦਰ ਆਏ ਹਨ। ਜੇ ਸੱਚਮੁੱਚ ਹੀ ਰਾਗਮਾਲਾ ਗੁਰਬਾਣੀ ਵਿੱਚ ਵਰਤੇ ਗਏ ਰਾਗਾਂ ਦਾ ਨਿਚੋੜ ਜਾਂ ਸੂਚਨਾ ਹੁੰਦੀ ਤਾਂ ਇਸ ਅੰਦਰ ਗੁਰਬਾਣੀ ਵਿੱਚ ਵਰਤੇ ਰਾਗ ਤਾਂ ਜ਼ਰੂਰ ਹੁੰਦੇ। ਸੱਚਾਈ ਇਹ ਹੈ ਕਿ ਇਸ ਰਾਗਮਾਲਾ ਅੰਦਰ ਵਰਤੇ ਗਏ ਤਕਰੀਬਨ ਅੱਧੇ ਰਾਗ ਤਾਂ ਗੁਰਬਾਣੀ ਵਿੱਚ ਹੈ ਹੀ ਨਹੀਂ।
ਇਸੇ ਤਰ੍ਹਾਂ ਗੁਰਬਾਣੀ ਵਿੱਚ ਵਰਤੇ 31 ਰਾਗਾਂ ਵਿੱਚੋਂ ਅੱਧੇ ਰਾਗ ਇਸ ਰਾਗ ਮਾਲਾ ਵਿੱਚ ਨਹੀਂ। ਨੰਬਰ 11, ਰਾਗ ਮਾਲਾ ਅਨੁਸਾਰ 6 ਰਾਗ ਖਸਟਮ ਰਾਗ ਉਣਗਾਏ ਵੱਡੇ ਰਾਗ ਮੰਨੇ ਗਏ ਹਨ ਅਤੇ ਇਹਨਾਂ 6 ਰਾਗਾਂ ਵਿੱਚ 3 ਰਾਗ ਮਾਲਕੌਸ ਦੀਪਕ ਅਤੇ ਮੇਘ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉੱਕਾ ਹੀ ਨਹੀਂ। ਖੂਬੀ ਇਹ ਕਿ ਰਾਗਮਾਲਾ ਵਿੱਚ ਮੰਨੇ ਗਏ ਵੱਡੇ 6 ਰਾਗਾਂ ਵਿੱਚੋਂ ਹੀ ਜੇਕਰ 3 ਰਾਗ ਗੁਰਬਾਣੀ ਅੰਦਰ ਨਹੀਂ ਤਾਂ ਸੱਚਾਈ ਨੂੰ ਸਮਝਣ ਵਾਸਤੇ ਬਹੁਤੀ ਦੇਰ ਨਹੀਂ ਲੱਗਣੀ ਚਾਹੀਦੀ। ਨੰਬਰ 12, ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਆਰੰਭਕ ਰਾਗ ਸ੍ਰੀ ਰਾਗ ਮੰਨਿਆ ਹੈ ਅਤੇ ਗੁਰਬਾਣੀ ਦੀ ਤਰਤੀਬ ਇਸੇ ਤੋਂ ਆਰੰਭ ਕੀਤੀ ਹੈ। ਗੁਰਦੇਵ ਜੀ ਦਾ ਫੁਰਮਾਨ ਹੈ ਰਾਗਾਂ ਵਿੱਚ ਸ੍ਰੀ ਰਾਗ ਹੈ, ਪੰਨਾ 83। ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਫਰਮਾਉਂਦੇ ਹਨ ਰਾਗਨਮੈ ਸ੍ਰੀ ਰਾਗ, ਪਰ ਦੂਜੇ ਪਾਸੇ ਰਾਗ ਮਾਲਾ ਵਿੱਚ ਪ੍ਰਥਮ ਅਤੇ ਮੁੱਖ ਰਾਗ ਭੈਰੋ ਮੰਨਿਆ ਗਿਆ ਹੈ। ਪ੍ਰਥਮ ਰਾਗ ਭੈਰੋ ਵੇ ਕਰਹੀ, ਰਾਗ ਵਿਦਿਆ ਅਨੁਸਾਰ ਇਹ ਬੜਾ ਭਾਰੀ ਸਵੈ ਵਿਰੋਧ ਹੈ, ਜਦੋਂ ਕਿ ਗੁਰੂ ਪਾਤਸ਼ਾਹ ਤਾਂ ਅਭੁੱਲ ਹਨ। ਨੰਬਰ 13, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਰਾਗ ਗੌੜੀ, ਗੁਜਰੀ, ਧਨਾਸਰੀ, ਸੋਠ ਆਦਿ ਨੂੰ ਪੂਰੇ ਰਾਗਾਂ ਵਜੋਂ ਵਰਤਿਆ ਅਤੇ ਅਪਣਾਇਆ ਹੈ, ਪਰ ਰਾਗਮਾਲਾ ਦੇ ਲਿਖਾਰੀ ਨੇ ਇਹਨਾਂ ਰਾਗਾਂ ਨੂੰ ਕੇਵਲ ਰਾਗਣੀਆਂ ਹੀ ਮੰਨਿਆ ਹੈ। ਕਿਉਂ? ਨੰਬਰ 14, ਕੁਝ ਸੱਜਣਾਂ ਦਾ ਇਹ ਵਿਚਾਰ ਹੈ ਕਿ ਜੇਕਰ ਰਾਗਮਾਲਾ ਗੁਰਬਾਣੀ ਨਹੀਂ ਤਾਂ ਇਹ ਕਰਤਾਰਪੁਰ ਸਾਹਿਬ ਵਾਲੀ ਬੀੜ ਵਿੱਚ ਕਿਵੇਂ ਦਰਜ ਹੋ ਗਈ। ਸੱਚਾਈ ਇਹ ਹੈ ਕਿ ਜਿਨ੍ਹਾਂ ਸੱਜਣਾਂ ਨੇ ਕਰਤਾਰਪੁਰ ਸਾਹਿਬ ਵਾਲੀ ਬੀੜ ਦੇ ਦਰਸ਼ਨ ਕੀਤੇ ਹਨ ਉਹ ਜਾਣਦੇ ਹਨ ਕਿ ਜਿਸ ਅੰਤਮ ਅੱਧੇ ਪੰਨੇ ਉੱਪਰ ਮੁਦਾਵਣੀ ਤੀਕ ਗੁਰਬਾਣੀ ਦੀ ਸਮਾਪਤੀ ਹੁੰਦੀ ਹੈ ਉਹ ਬਾਕੀ ਪੰਨਾ ਅਤੇ ਉਸ ਤੋਂ ਅਗਲਾ ਪੰਨਾ ਵੀ ਖਾਲੀ ਪਏ ਹਨ, ਫਿਰ ਉਸਦੇ ਅਗਲੇ ਪੰਨੇ ਉੱਪਰ ਜਾ ਕੇ ਰਾਗ ਮਾਲਾ ਦਰਜ ਹੋਈ ਹੈ। ਨੰਬਰ 15, ਖੋਜੀਆਂ ਅਨੁਸਾਰ ਕਰਤਾਰਪੁਰ ਸਾਹਿਬ ਵਾਲੀ ਬੀੜ ਪ੍ਰਾਚੀਨ ਜ਼ਰੂਰ ਹੈ, ਪ੍ਰਮਾਣਿਕ ਨਹੀਂ। ਉੱਥੇ ਹੋਰ ਬੀੜਾਂ ਵੀ ਮੌਜੂਦ ਹਨ। ਪ੍ਰਮਾਣਿਕ ਦੋਵੇਂ ਬੀੜਾਂ ਕਰਤਾਰਪੁਰ ਸਾਹਿਬ ਵਾਲੀ ਜਿਹੜੀ ਪੰਚਮ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਹੱਥੀਂ ਲਿਖਵਾਈ ਅਤੇ ਦਮਦਮੀ ਬੀੜ ਜਿਸ ਵਿੱਚ ਦਸਮ ਪਿਤਾ ਜੀ ਨੇ ਨਵੇਂ ਪਾਤਸ਼ਾਹ ਜੀ ਦੀ ਬਾਣੀ ਜੋੜੀ ਅਤੇ ਭਾਈ ਮਨੀ ਸਿੰਘ ਜੀ ਪਾਸੋਂ ਲਿਖਵਾਈ ਪੰਥ ਪਾਸ ਮੌਜੂਦ ਨਹੀਂ ਹਨ। ਉਹ ਘੱਲੂਘਾਰਿਆਂ ਆ ਸਮੇਂ ਜਾਂ ਤਾਂ ਨਸ਼ਟ ਹੋ ਗਈਆਂ ਜਾਂ ਫਿਰ ਕਿਧਰੇ ਵਿਦੇਸ਼ੀਆਂ ਦੇ ਹੱਥ ਚੜ੍ਹ ਗਈਆਂ ਹਨ। ਪੰਥ ਵਿੱਚ ਉਹਨਾਂ ਬਾਰੇ ਭਾਲ ਜਾਰੀ ਹੈ। ਨੰਬਰ 16, ਕਿਸੇ ਪ੍ਰਾਚੀਨ ਬੀੜ ਦੇ ਪਿਛਲੇ ਪੰਨੇ ਉੱਪਰ ਕਿਸੇ ਲਿਖਤ ਦੇ ਲਿਖੇ ਜਾਣ ਨੂੰ ਜੇਕਰ ਆਧਾਰ ਬਣਾ ਕੇ ਗੁਰਬਾਣੀ ਦਰਜਾ ਦੇਣਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋੜੀ ਰੱਖਣਾ ਹੈ ਤਾਂ ਤੇ ਕਈ ਪੁਰਾਤਨ ਹੱਥ ਲਿਖਤ ਬੀੜਾਂ ਦੇ ਪਿਛਲੇ ਪੰਨੇ ਉੱਪਰ ਵਰਤੀ ਗਈ ਸਿਆਹੀ ਦਾ ਨੁਸਖਾ, ਮੀਰਾਬਾਈ ਦੀਆਂ ਰਚਨਾਵਾਂ ਆਦਿ ਹੋਰ ਕਈ ਗੱਲਾਂ ਅਤੇ ਰਚਨਾਵਾਂ ਵੀ ਦਰਜ ਹਨ। ਅਜਿਹੀਆਂ ਬਹੁਤੀਆਂ ਹੱਥ ਲਿਖਤਾਂ ਬੀੜਾਂ ਪਿੱਛੇ ਰਾਗ ਮਾਲਾ ਦਰਜ ਹੀ ਨਹੀਂ। ਫਰਕ ਕੇਵਲ ਇੰਨਾ ਹੈ ਕਿ ਉਹ ਪ੍ਰਚਲਿਤ ਨਹੀਂ ਹੋ ਪਾਇਆ, ਦੂਜੇ ਪਾਸੇ ਛਾਪੇ ਵਾਲੀ ਬੀੜ ਨਾਲ ਛਪਾਈ ਵਿੱਚ ਆਉਣ ਕਰਕੇ ਅਤੇ ਰਾਗਾਂ ਦੇ ਨਾਵਾਂ ਦੀ ਲੜੀ ਹੋਣ ਕਾਰਨ ਇਸ ਤੋਂ ਕਈ ਸੱਜਣ ਰਾਗਾਂ ਦੇ ਨਿਚੋੜ, ਸੂਚਨਾ ਜਾਂ ਤਤਕਰੇ ਦਾ ਟਪਲਾ ਖਾ ਗਏ। ਨੰਬਰ 17, ਇੱਕ ਲਿਖਾਰੀ ਸੱਜਣ ਨੇ ਇੱਕ ਨਵੀਂ ਅਤੇ ਅਜੀਬ ਮੰਤਕ ਦਿੱਤੀ ਹੈ। ਉਹ ਲਿਖਦੇ ਹਨ ਕਿ ਜਿਵੇਂ ਤਤਕਰਾ ਬਾਣੀ ਨਾਲ ਸੰਬੰਧ ਨਹੀਂ ਰੱਖਦਾ ਪਰ ਹੈ ਤਾਂ ਇਸੇ ਹੀ ਬਾਣੀ ਦਾ, ਇਸੇ ਤਰ੍ਹਾਂ ਰਾਗਮਾਲਾ ਦਾ ਮੂਲ ਬਾਣੀ ਨਾਲ ਕੋਈ ਸੰਬੰਧ ਨਹੀਂ ਪਰ ਹੈ ਨਿਚੋੜ। ਗੁਰਬਾਣੀ ਵਿੱਚ ਵਰਤੇ ਗਏ ਰਾਗਾਂ ਦਾ ਤਤਕਰਾ ਆਰੰਭ ਵਿੱਚ ਹੈ ਅਤੇ ਰਾਗਮਾਲਾ ਅੰਤ ਵਿੱਚ। ਨੰਬਰ 18, ਰਾਗਮਾਲਾ ਕਿੰਨੀ ਕੁ ਗੁਰਬਾਣੀ ਵਿੱਚ ਵਰਤੇ ਗਏ
ਰਾਗਾਂ ਦਾ ਨਿਚੋੜ ਹੈ। ਇਸ ਬਾਰੇ ਵੇਰਵਾ ਤਾਂ ਅਸੀਂ ਦੇ ਹੀ ਚੁੱਕੇ ਹਾਂ, ਬਾਕੀ ਰਹੀ ਗੱਲ ਇਸ ਮੰਤਕ ਦੀ, ਇਸ ਬਾਰੇ ਬੇਨਤੀ ਹੈ। ਤਤਕਰਾ ਤਾਂ ਕਦੇ ਬਾਣੀ ਜਾਂ ਪਾਠ ਦੇ ਨਾਲ ਨਹੀਂ ਪੜਿਆ ਜਾਂਦਾ, ਤਾਂ ਤੇ ਰਾਗਮਾਲਾ ਵੀ ਪਾਠ ਕਰਨ ਵਾਸਤੇ ਨਹੀਂ। ਇਸ ਦੇ ਨਾਲ ਹੀ ਤਤਕਰਾ ਅਤੇ ਨਿਚੋੜ ਦੇ ਫਰਕ ਨੂੰ ਸਮਝਣਾ ਵੀ ਜ਼ਰੂਰੀ ਹੈ। ਰਾਗਾਂ ਦੇ ਨਾਮ ਕੀ ਅਤੇ ਉਹਨਾਂ ਦਾ ਨਿਚੋੜ ਕੀ। ਨੰਬਰ 19, ਮੁਦਾਵਣੀ ਵਾਲਾ ਸਲੋਕ ਅਤੇ ਉਸ ਵਿੱਚ ਦਿੱਤੇ ਗਏ ਵਿਸ਼ਾ ਵਸਤੂ ਤੋਂ ਵੀ ਸਪੱਸ਼ਟ ਹੈ ਕਿ ਇਹ ਗੁਰਬਾਣੀ ਥਾਲ ਵਿੱਚ ਤਿੰਨ ਵਸਤੂ ਪਈਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਉਪਰੰਤ ਗੁਰਬਾਣੀ ਦੇ ਇਸ ਭੰਡਾਰੇ ਬਾਰੇ ਸਾਰੀ ਰਚਨਾ ਦਾ ਨਿਚੋੜ ਦਿੱਤਾ ਗਿਆ ਹੈ। ਇਸੇ ਨਿਯਮ ਨੂੰ ਕਾਇਮ ਰੱਖਦੇ ਹੋਏ ਦਸਮ ਪਿਤਾ ਜੀ ਨੇ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਲਿਖਵਾਈ ਤਾਂ ਉਸ ਨੂੰ ਮੁਦਾਵਣੀ ਦੇ ਅੰਦਰ ਅੰਦਰ ਹੀ ਦਰਜ ਕਰਵਾਇਆ, ਉਸ ਤੋਂ ਬਾਹਰ ਨਹੀਂ। ਸਮਾਪਤੀ ਦੀ ਸੂਚਕ ਮੁਦਾਵਣੀ ਹੀ ਕਾਇਮ ਰੱਖੀ। ਮੁਦਾਵਣੀ ਵਾਲੇ ਸਲੋਕ ਦੇ ਅਰਥਾਂ ਬਾਰੇ ਵੀ ਪੰਥ ਵਿੱਚ ਕਦੇ ਦੋ ਰਾਵਾਂ ਨਹੀਂ ਹੋਈਆਂ। ਨੰਬਰ 20, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਨਿਯਮ ਦੇ ਦਰਸ਼ਨ ਕਰੀਏ। ਸਾਰੇ ਗੁਰੂ ਸਰੂਪਾਂ ਦੇ ਰਚੇ ਹੋਏ ਸਲੋਕ ਵਾਰਾਂ ਵਿੱਚ ਦਰਜ ਹੋਏ ਹਨ। ਇਸੇ ਤਰ੍ਹਾਂ ਜਿਹੜੇ ਸਲੋਕ ਵਾਰਾਂ ਵਿੱਚ ਦਰਜ ਨਹੀਂ ਹੋਏ, ਅੰਤ ਵਿੱਚ ਸਲੋਕ ਵਾਰਾਂ ਤੇ ਵਧੀਕ ਇੱਕ ਵੱਖਰਾ ਸਿਰਲੇਖ ਦੇ ਦਿੱਤਾ। ਨੌਵੇਂ ਮਹੱਲੇ ਦੇ ਸਲੋਕਾਂ ਦੀ ਰਚਨਾ ਬਾਅਦ ਵਿੱਚ ਹੋਈ ਅਤੇ ਉਹਨਾਂ ਨੂੰ ਅੰਤ ਵਿੱਚ ਵੱਖਰਾ ਦਰਜ ਕੀਤਾ ਗਿਆ। ਨੌਵੇਂ ਮਹੱਲੇ ਦੇ ਸਲੋਕਾਂ ਉਪਰੰਤ ਫਿਰ ਸਾਰੀ ਤਰਤੀਬ ਤੋਂ ਉਲਟ ਪੰਜਵੇਂ ਮਹੱਲੇ ਦੇ ਦੋ ਸਲੋਕ, ਥਾਲ ਵਿੱਚ ਤਿੰਨ ਵਸਤੂ ਪਾਈਓ ਅਤੇ ਤੇਰਾ ਕੀਤਾ ਜਾਤੋ ਨਾਹੀਂ, ਅਚਨ ਚੇਤ ਨਹੀਂ ਆਏ, ਬਲਕਿ ਪੰਜਵੇਂ ਪਾਤਸ਼ਾਹ ਜੀ ਨੇ ਆਪ ਦਰਜ ਕੀਤੇ ਹਨ, ਜਿਨ੍ਹਾਂ ਦੇ ਅਰਥ ਵਿਸ਼ੇਸ਼ ਧਿਆਨ ਮੰਗਦੇ ਹਨ। ਆਖਰ ਅਜਿਹਾ ਕਿਉਂ ਕੀਤਾ, ਸਾਨੂੰ ਜਾਗਣ ਦੀ ਲੋੜ ਹੈ। ਨੰਬਰ 21, ਨੌਵੇਂ ਮਹੱਲੇ ਦੇ ਸਲੋਕਾਂ ਉਪਰੰਤ ਸਾਰੀ ਬਾਣੀ ਤਰਤੀਬ ਦੇ ਉਲਟ ਪੰਜਵੇਂ ਪਾਤਸ਼ਾਹ ਜੀ ਦੇ ਦੋ ਸਲੋਕ, ਮੁਦਾਵਣੀ ਮਹੱਲਾ ਪੰਜਵਾਂ ਅਤੇ ਸਲੋਕ ਮਹੱਲਾ ਪੰਜਵਾਂ ਦਰਜ ਹਨ। ਪਹਿਲੇ ਸਲੋਕ ਵਿੱਚ ਪਾਤਸ਼ਾਹ ਫਰਮਾ ਰਹੇ ਹਨ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਥਾਲ ਵਿੱਚੋਂ ਜਗਿਆਸੂ ਨੂੰ ਕੀ ਪ੍ਰਾਪਤ ਹੋਏਗਾ ਅਤੇ ਉਹਦਾ ਜਗਿਆਸੂ ਦੇ ਜੀਵਨ 'ਤੇ ਅਸਰ ਕੀ ਹੋਵੇਗਾ। ਦੂਜੇ ਸਲੋਕ ਤੇਰਾ ਕੀਤਾ ਜਾਤੋ ਨਾਹੀਂ ਵਿੱਚ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਉਪਰੰਤ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਰਹੇ ਹਨ ਕਿ ਹੇ ਅਕਾਲ ਪੁਰਖ, ਇਹ ਜੋ ਮਹਾਨ ਰਚਨਾ ਸੰਪੂਰਨ ਹੋਈ ਹੈ, ਇਹ ਸਭ ਤੇਰੀ ਬਖਸ਼ ਸਦਕਾ ਹੀ ਹੋਈ ਹੈ, ਨਹੀਂ ਤਾਂ ਮੇਰੇ ਅੰਦਰ ਤਾਂ ਕੋਈ ਅਜਿਹਾ ਗੁਣ ਨਹੀਂ ਸੀ ਆਦਿ। ਸੋਚਣ ਦੀ ਗੱਲ ਹੈ ਕਿ ਜਦੋਂ ਰਚਨਾ ਦਾ ਨਿਚੋੜ ਅਤੇ ਸੰਪੂਰਨਤਾ ਦੀ ਸੂਚਨਾ ਭਾਵ ਸ਼ੁਕਰਾਨਾ ਦੋਵੇਂ ਚੀਜ਼ਾਂ ਪਾਤਸ਼ਾਹ ਨੇ ਉਚੇਚੇ ਤੌਰ 'ਤੇ ਆਪ ਹੀ ਦਰਜ ਕਰ ਦਿੱਤੀਆਂ, ਤਾਂ ਉਸ ਤੋਂ ਬਾਅਦ ਰਾਗਮਾਲਾ ਜਾਂ ਕਿਸੇ ਹੋਰ ਰਚਨਾ ਦਾ ਅੰਕਿਤ ਹੋਣਾ ਕੋਈ ਅਰਥ ਨਹੀਂ ਰੱਖਦਾ। ਨੰਬਰ 22, ਹੁਣ ਜ਼ਰਾ ਰਾਗਮਾਲਾ ਦੇ ਅਰਥਾਂ ਵੱਲ ਧਿਆਨ ਦਿੱਤਾ ਜਾਵੇ। ਇਸ ਵਿੱਚ ਤਾਂ ਇਹਨਾਂ ਰਾਗਾਂ ਰਾਗਣੀਆਂ ਨੂੰ ਗਾਉਣ ਦੀ ਸੂਚਨਾ ਹੈ, ਜਿਵੇਂ ਅਲਾਪੇ ਅਲਾਪਦੀਆਂ ਹਨ, ਗਾਉਂਦੀਆਂ ਹਨ। ਪ੍ਰਥਮ ਰਾਗ ਭੈਰੋ ਕਰਹੀ ਵਿੱਚ ਵਹਿ ਕਰਹੀ, ਉਹ ਕਰਦੀਆਂ। ਇਸੇ ਤਰ੍ਹਾਂ ਲਲਿਤ ਬਿਲਾਵਲ ਗਾਵਹੀ, ਲਲਿਤ ਅਤੇ ਬਿਲਾਵਲ ਗਾਉਂਦੀਆਂ ਹਨ। ਇਹ ਸਿਲਸਿਲਾ ਸਾਰੀ ਰਾਗਮਾਲਾ ਵਿੱਚ ਚੱਲ ਰਿਹਾ ਹੈ ਅਤੇ ਅੰਤ ਵਿੱਚ ਸਭ ਮਿਲ ਸ੍ਰੀ ਰਾਗ ਮੈਂ ਗਾਵੇਂ ਅਤੇ ਖਸ਼ਟ ਰਾਗ ਉਨ ਗਾਏ। ਸੱਚਮੁੱਚ ਜੇਕਰ ਇਹ ਰਾਗਾਂ ਦੀ ਸੂਚੀ ਹੀ ਹੁੰਦੀ ਤਾਂ ਇਸ ਸੂਚੀ ਜਾਂ ਨਿਚੋੜ ਵਿੱਚ ਇਸ ਤਰ੍ਹਾਂ ਕੁਝ ਇਸਤਰੀਆਂ ਰਾਹੀਂ ਰਾਗਾਂ ਨੂੰ ਗਾਉਣ ਦੀ ਸੂਚਨਾ ਕਦੇ ਨਾ ਹੁੰਦੀ। ਨੰਬਰ 23, ਕਾਵਿ ਰਚਨਾ ਦੇ ਖੇਤਰ ਵਿੱਚ ਇੱਥੇ ਇਹ ਗੱਲ ਬਿਲਕੁਲ ਨਿਆਰੀ ਹੈ। ਇਸ ਰਾਗਮਾਲਾ ਵਿੱਚ ਜਿਹੜੀ ਛੰਦਾਬੰਦੀ, ਕਾਵਿ ਢੰਗ ਅਤੇ ਕਾਵਿ ਤੋਲ ਵਰਤਿਆ ਗਿਆ ਹੈ,
ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਧਰੇ ਵੀ ਨਹੀਂ ਵਰਤਿਆ ਗਿਆ। ਇੱਥੇ ਆਪਣੇ ਆਪ ਵਿੱਚ ਬਿਲਕੁਲ ਵੱਖਰਾ ਹੈ ਅਤੇ ਕਾਵਿ ਖੇਤਰ ਵਿੱਚ ਮਿਲਾਵਟ ਨੂੰ ਸਪਸ਼ਟ ਸਾਬਤ ਕਰਦਾ ਹੈ। ਨੰਬਰ 24, ਗੁਰਬਾਣੀ ਦਾ ਕੋਈ ਵੀ ਅੰਕ ਅਜਿਹਾ ਨਹੀਂ ਜਿਸ ਦੇ ਅਰਥ ਸਪਸ਼ਟ ਅਤੇ ਗੁਰਮਤਿ ਸਿਧਾਂਤ ਉੱਪਰ ਪੂਰੇ ਨਾ ਉਤਰਦੇ ਹੋਣ, ਪਰ ਰਾਗਮਾਲਾ ਇੱਕ ਅਜਿਹੀ ਰਚਨਾ ਹੈ ਜਿਸ ਦੇ ਅਰਥ ਅੱਜ ਤੀਕ ਕੋਈ ਰਾਗਮਾਲਾ ਦਾ ਕੱਟੜ ਹਮੈਤੀ ਵੀ ਨਹੀਂ ਕਰ ਸਕਿਆ। ਉਸਦਾ ਵੱਡਾ ਕਾਰਨ ਇਹ ਹੈ ਕਿ ਰਾਗਮਾਲਾ ਜਿੱਥੋਂ ਕੱਟ ਕੇ ਇੱਥੇ ਦਰਜ ਕੀਤੀ ਗਈ ਹੈ ਕਰਨ ਵਾਲਾ ਸ਼ਾਇਦ ਬਿਲਕੁਲ ਅਣਜਾਣ ਸੀ ਅਤੇ ਸਥਾਨ ਬਦਲਣ ਸਮੇਂ ਉਸ ਪਾਸੋਂ ਕਿੰਨੇ ਹੀ ਲਫ਼ਜ਼ ਬਦਲੇ ਗਏ। ਇਹੀ ਕਾਰਨ ਹੈ ਕਿ ਜਦੋਂ ਤੀਕ ਉਹ ਅਸਲ ਸ਼ਬਦ ਮੂਲ ਰਚਨਾ ਵਿੱਚੋਂ ਲੱਭ ਕੇ ਨਾ ਵਰਤੇ ਜਾਣ ਤਦ ਤੀਕ ਇਸ ਦੇ ਅਰਥ ਵੀ ਪੂਰੇ ਨਹੀਂ ਉਤਰਦੇ। ਨੰਬਰ 25, ਰਾਗ ਵਿਦਿਆ ਅਨੁਸਾਰ ਕੁਝ ਰਾਗਾਂ ਦੇ ਸ਼ੁੱਧ ਨਾਮ ਹਨ, ਮਿਸ਼ਟਾਂਗ, ਬਰਬਲ ਚੰਦ, ਕਲਿੰਗਾ, ਮਾਲਵ, ਕੁੰਕਣੀ, ਸੂਹਵ, ਜਲੰਧਰ, ਪਰ ਆਦਿ ਬੀਟ ਨਾਲ ਜੋੜੀ ਗਈ ਇਸ ਰਾਗ ਮਾਲਾ ਵਿੱਚ ਇਹ ਲਫ਼ਜ਼ ਕ੍ਰਮਵਾਰ ਬਣਾਏ ਗਏ ਹਨ। ਮਸਤਿਆਂਗ, ਪਰਬਲ ਚੰਡ, ਕਲੰਕਾ, ਸਾਲੂ, ਗੁਣਗੁਣੀ, ਸੂਹੂ ਅਤੇ ਜਬਲੀ ਤਰ। ਸਪਸ਼ਟ ਹੈ ਕਿ ਰਾਗ ਮਾਲਾ ਨੂੰ ਆਦਿ ਬੀਟ ਪਿੱਛੇ ਦਰਜ ਕਰਨ ਵਾਲਾ ਰਾਗ ਵਿਦਿਆ ਤੋਂ ਬਿਲਕੁਲ ਕੋਰਾ ਸੀ ਅਤੇ ਕਵੀ ਸੰਤੋਖ ਸਿੰਘ ਜੀ ਅਨੁਸਾਰ ਉਸਨੇ ਤਾਂ ਕੇਵਲ ਰਾਗਾਂ ਦੇ ਨਾਮ ਯਾਦ ਕਰਨ ਹਿੱਤ ਹੀ ਇਸ ਨੂੰ ਪਿਛਲੇ ਖਾਲੀ ਪੰਨੇ ਉੱਪਰ ਲਿਖਿਆ। ਨੰਬਰ 26, ਕੇਵਲ ਰਾਗਾਂ ਦੇ ਨਾਵਾਂ ਵਿੱਚ ਹੀ ਗੜਬੜ ਨਹੀਂ, ਰਾਗਮਾਲਾ ਜਿਸ ਰਚਨਾ ਵਿੱਚੋਂ ਲਈ ਗਈ ਹੈ ਉਸ ਦੇ ਕੁੱਲ ਪਿਛੋਕੜ ਵਿੱਚ ਨਾਚੀਆਂ ਦੇ ਨੱਚਣ ਦਾ ਜ਼ਿਕਰ ਚੱਲ ਰਿਹਾ ਹੈ। ਅਸਲ ਸ਼ਬਦ ਉੱਥੇ ਇਸ ਤਰ੍ਹਾਂ ਹੈ, ਗੋਰੀ ਗਾਵੇਂ ਆਸਾਵਰੀ, ਭਾਵ ਗੋਰੀਆਂ ਅਥਵਾ ਉਹ ਨਾਚੀਆਂ ਇਸਤਰੀਆਂ ਆਸਾਵਰੀ ਗਾਉਂਦੀਆਂ ਹਨ, ਪਰ ਇੱਥੇ ਸ਼ਬਦ ਬਣ ਗਿਆ ਹੈ ਗਵਰੀ ਗਾਵੇਂ ਆਸਾਵਰੀ, ਜਿਸ ਦਾ ਕੁਝ ਵੀ ਅਰਥ ਨਹੀਂ ਬਣਦਾ। ਅਤੇ ਇਸ ਤਰ੍ਹਾਂ ਹੋਰ ਵੀ ਸ਼ਬਦ ਹਨ, ਪਰ ਇਹ ਕੇਵਲ ਇੱਕ ਮਿਸਾਲ ਹੈ ਅਸਲ ਗੱਲ ਨੂੰ ਸਪਸ਼ਟ ਕਰਨ ਵਾਸਤੇ। ਨੰਬਰ 27, ਪੰਥ ਦੇ ਬਹੁਤ ਸਾਰੇ ਸਤਿਕਾਰਤ ਵਿਦਵਾਨ ਜਿਨ੍ਹਾਂ ਦਾ ਸਾਰਾ ਪੰਥ ਤਨੋ ਮਨੋ ਸਤਿਕਾਰ ਕਰਦਾ ਹੈ, ਭਾਈ ਸਾਹਿਬ ਭਾਈ ਹਰਦੁੰਮਨ ਸਿੰਘ ਬਾਗੜੀਆਂ, ਭਾਈ ਕਾਨ ਸਿੰਘ ਜੀ ਨਾਭਾ, ਪ੍ਰਿੰਸੀਪਲ ਹਰਭਜਨ ਸਿੰਘ ਜੀ ਚੰਡੀਗੜ੍ਹ ਭਾਈ ਸਾਹਿਬ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਅਤੇ ਉਹਨਾਂ ਦਾ ਸਾਰਾ ਅਖੰਡ ਕੀਰਤਨੀ ਜਥਾ, ਗਿਆਨੀ ਭਾਗ ਸਿੰਘ ਜੀ ਅੰਬਾਲਾ, ਕਵੀ ਸੰਤੋਖ ਸਿੰਘ ਜੀ ਅਤੇ ਹੋਰ ਅਨੇਕਾਂ ਵਿਦਵਾਨ ਅਤੇ ਲਿਖਾਰੀ ਇਸ ਨੂੰ ਗੁਰਬਾਣੀ ਦਾ ਹਿੱਸਾ ਨਹੀਂ ਮੰਨਦੇ ਅਤੇ ਮਾਧਵਾਨੰਦ ਕਾਮਕੰਦਲਾ ਦੇ ਪ੍ਰਸੰਗ ਦਾ ਕੇਵਲ ਇੱਕ ਹਿੱਸਾ ਹੀ ਮੰਨਦੇ ਹਨ। ਸੂਰਜ ਪ੍ਰਕਾਸ਼ ਦੇ ਕਰਤਾ ਕਵੀ ਸੰਤੋਖ ਸਿੰਘ ਜੀ ਤਾਂ ਸਪਸ਼ਟ ਲਿਖਦੇ ਹਨ ਕਿ ਜਾਪਦਾ ਹੈ ਕਿ ਕਿਸੇ ਰਾਗੀ ਨੇ ਕੇਵਲ ਰਾਗਾਂ ਦੇ ਨਾਮ ਯਾਦ ਕਰਨ ਵਾਸਤੇ ਇਸ ਨੂੰ ਕਿਸੇ ਹਸਤ ਲਿਖਤ ਬੀੜ ਦੇ ਪਿਛਲੇ ਪੰਨੇ ਉੱਪਰ ਦਰਜ ਕਰ ਦਿੱਤਾ। ਉਪਰੋਕਤ ਤੱਥਾਂ ਨੂੰ ਇੱਕ ਇੱਕ ਕਰਕੇ ਘੋਖਿਆਂ ਕੁਝ ਗੱਲਾਂ ਨਿਖਰ ਕੇ ਸਾਹਮਣੇ ਆ ਜਾਂਦੀਆਂ ਹਨ, ਜਿਵੇਂ ਰਾਗਮਾਲਾ ਦਾ ਅੰਦਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨਹੀਂ ਬਲਕਿ ਮੁਦਾਵਣੀ ਅਤੇ ਸ਼ੁਕਰਾਨੇ ਤੋਂ ਬਾਅਦ ਬਿਲਕੁਲ ਅੰਤਮ ਪੰਨੇ ਉੱਪਰ ਕਿਸੇ ਸਮੇਂ ਨਾ ਸਮਝੀ ਕਾਰ ਨਾਲ ਜੁੜ ਗਈ ਹੈ। ਰਾਗਮਾਲਾ ਅਨੁਸਾਰ ਤਾਂ ਪ੍ਰਥਮ ਰਾਗ ਭੈਰਵ ਹੈ, ਜਦੋਂ ਕਿ ਗੁਰਬਾਣੀ ਅਨੁਸਾਰ ਪ੍ਰਥਮ ਰਾਗ ਸ੍ਰੀ ਰਾਗ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵਰਤੇ ਰਾਗਾਂ ਦੀ ਸੂਚੀ ਜਾਂ ਨਿਚੋੜ ਵੀ ਨਹੀਂ ਬਲਕਿ ਇਸ ਅੰਦਰ ਦਿੱਤੇ ਬਹੁਤੇ ਰਾਗ ਤਾਂ ਉਹ ਹਨ ਜਿਹੜੇ ਗੁਰਬਾਣੀ ਅੰਦਰ ਕਿਧਰੇ ਵਰਤੇ ਹੀ ਨਹੀਂ ਗਏ। ਇਸੇ ਤਰ੍ਹਾਂ ਗੁਰਬਾਣੀ ਅੰਦਰ ਵਰਤੇ ਗਏ ਅਨੇਕਾਂ ਰਾਗਾਂ ਦਾ ਇਸ ਰਾਗਮਾਲਾ ਅੰਦਰ ਨਾ ਪਤਾ ਵੀ ਨਹੀਂ। ਇਹ ਰਾਗਮਾਲਾ ਕੋਈ ਸੂਚੀ
ਤਤਕਰਾ, ਉਪਦੇਸ਼ ਜਾਂ ਨਿਚੋੜ ਵੀ ਨਹੀਂ, ਬਲਕਿ ਕੁਝ ਇਸਤਰੀਆਂ ਰਾਹੀਂ ਕੁਝ ਰਾਗਾਂ ਦੇ ਕਿਸੇ ਸਮੇਂ ਉੱਪਰ ਗਾਏ ਜਾਣ ਦੀ ਸੂਚਨਾ ਹੈ। ਦੀਵਾਨਾ ਅਨੁਸਾਰ ਇਹ ਰਾਗਮਾਲਾ ਇਸ ਵਿਸ਼ੇ ਉੱਪਰ ਇੱਕ ਗੱਲ ਹੋਰ ਧਿਆਨ ਮੰਗਦੀ ਹੈ। ਉਹ ਇਹ ਕਿ ਪੰਥ ਅੰਤਰ ਜਿਤਨੇ ਵੀ ਵਿਦਵਾਨਾਂ ਨੇ ਇਸ ਪੱਖੋਂ ਖੋਜ ਕੀਤੀ ਅਤੇ ਸਮਾਂ ਲਗਾਇਆ ਹੈ, ਅੰਤ ਇਸ ਸਿੱਟੇ 'ਤੇ ਪੁੱਜੇ ਹਨ ਕਿ ਰਾਗਮਾਲਾ ਗੁਰਬਾਣੀ ਨਹੀਂ, ਬਲਕਿ ਪਹਿਲਾਂ ਜਦੋਂ ਬੀੜਾਂ ਹਸਤਲਿਖ ਸਨ ਤਾਂ ਕਿਸੇ ਅਜਿਹੇ ਸਮੇਂ ਪਿਛਲੇ ਪੰਨੇ ਉੱਪਰ ਰਾਗਾਂ ਆਦਿ ਦੇ ਨਾਮ ਯਾਦ ਕਰਨ ਵਾਸਤੇ ਜਾਂ ਕਿਸੇ ਢੰਗ ਨਾਲ ਇਸ ਦਾ ਲਿਖੇ ਜਾਣਾ ਆਰੰਭ ਹੋ ਗਿਆ, ਜੋ ਛਪਾਈ ਸਮੇਂ ਅਣਜਾਣ ਪੁਣੇ ਵਿੱਚ ਨਾਲ ਹੀ ਛਪ ਗਿਆ ਅਤੇ ਦੂਰ ਦੂਰ ਪਹੁੰਚਣ ਕਰਕੇ ਪ੍ਰਚਲਿਤ ਹੋ ਗਿਆ। ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਨੇ ਇਸ ਨੂੰ ਸਪਸ਼ਟ ਆਲਮ ਕਵੀ ਲਿਖਤ ਮਾਧਵ ਨਾਲ ਕਾਮ ਕੰਦਲਾ ਦੇ ਪ੍ਰਸੰਗ ਦਾ ਹਿੱਸਾ ਲਿਖਿਆ ਹੈ। ਭਾਈ ਸਾਹਿਬ ਭਾਈ ਕਾਨ ਸਿੰਘ ਜੀ ਦੇ ਸ਼ਬਦਾਂ ਵਿੱਚ ਮਾਧਵ ਨਾਲ ਸੰਗੀਤ ਦੇ ਆਲਮ ਕਾਵ ਕ੍ਰਿਤ ਹਿੰਦੀ ਅਨੁਵਾਦ ਵਿੱਚੋਂ, ਜਿਸ ਵਿੱਚ ਛੇ ਰਾਗ ਉਹਨਾਂ ਦੀਆਂ ਪੰਜ ਪੰਜ ਰਾਗਣੀਆਂ ਅਤੇ ਅੱਠ ਅੱਠ ਪੁੱਤਰ ਦੱਸੇ ਹਨ। ਮਹਾਨ ਕੋਸ਼ ਪੰਨਾ 1028। ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਨੇ ਤਾਂ ਇੱਕ ਪੂਰੀ ਰਚਨਾ ਮਾਧਵ ਨਾਲ ਕਾਮ ਕੰਦਲਾ ਕ੍ਰਿਤ ਕਵੀ ਆਲਮ ਅਤੇ ਰਾਗਮਾਲਾ ਨਿਰਣੇ ਪੜਚੋਲ ਲਿਖ ਕੇ ਸੰਗਤਾਂ ਵਾਸਤੇ ਪੂਰਾ ਪ੍ਰਸੰਗ ਤੱਥਾਂ ਸਹਿਤ ਛਪਵਾ ਦਿੱਤਾ ਹੈ। ਨਾਲ ਹੀ ਪੂਰੀ ਪੜਚੋਲ ਰਾਹੀਂ ਸਾਬਤ ਕਰ ਦਿੱਤਾ ਕਿ 179 ਚੌਪਈਆਂ ਅਤੇ ਦੋਹਰਿਆਂ ਦੇ ਉਸ ਪ੍ਰਸੰਗ ਵਿੱਚੋਂ ਅੰਕ ਨੰਬਰ 34 ਤੋਂ 38 ਤੱਕ ਮੌਜੂਦਾ ਰਾਗਮਾਲਾ ਹੈ। ਪੰਜ ਖਾਲਸਾ ਦੀਵਾਨ ਦੇ ਆਗੂ ਗੁਰਪ੍ਰਵਾਸੀ ਬਾਪੂ ਤੇਜਾ ਸਿੰਘ ਜੀ ਨੇ ਦੀਵਾਨ ਵੱਲੋਂ ਬਕਾਇਦਾ ਗੁਰਮਤਾ ਸੋਧ ਕੇ ਇਸ ਰਾਗਮਾਲਾ ਨੂੰ ਪੂਰਨ ਵਿਦਾਇਗੀ ਦੇ ਦਿੱਤੀ ਸੀ। ਗੁਰਪ੍ਰਵਾਸੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੇ ਪੱਕੇ ਤੌਰ 'ਤੇ ਐਲਾਨ ਕਰ ਦਿੱਤਾ ਸੀ ਕਿ ਇਸ ਜਥੇ ਨਾਲ ਸਾਂਝ ਰੱਖਣ ਵਾਲਾ ਕੋਈ ਵੀ ਸਿੰਘ ਸਿੰਘਣੀ ਰਾਗਮਾਲਾ ਨਹੀਂ ਪੜੇਗਾ, ਕਿਉਂਕਿ ਇਹ ਗੁਰਬਾਣੀ ਨਹੀਂ। ਅੱਜ ਤੋਂ ਕੋਈ ਸਮਾਂ ਪਹਿਲਾਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਅਖੰਡ ਕੀਰਤਨੀਏ ਜਥੇ ਭਾਈ ਰਾਮ ਸਿੰਘ ਜੀ ਰਾਹੀਂ ਰਾਗਮਾਲਾ ਤੋਂ ਬਗੈਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੀੜਾਂ ਛਾਪਣ ਦਾ ਐਲਾਨ ਵੀ ਕੀਤਾ ਗਿਆ, ਪਰ ਪੰਥ ਦੀ ਇਸ ਪੱਖੋਂ ਪੂਰੀ ਤਿਆਰੀ ਨਾ ਹੋਣ ਕਾਰਨ ਇਹ ਗੱਲ ਅਜੇ ਸਿਰੇ ਨਹੀਂ ਚੜ੍ਹ ਸਕੀ। ਭਾਈ ਸਾਹਿਬ ਜੀ ਦੇ ਜਥੇ ਦਾ ਕੋਈ ਵੀ ਸਿੰਘ ਰਾਗਮਾਲਾ ਨਹੀਂ ਪੜ੍ਹਦਾ। ਪੰਥ ਦੇ ਮਹਾਨ ਵਿਦਵਾਨ ਗੁਰਬਾਣੀ ਦੇ ਪੁੰਜ ਗੁਰਪ੍ਰਵਾਸੀ ਡਾਕਟਰ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਪੂਰੀ ਤਰ੍ਹਾਂ ਸਾਬਤ ਕਰ ਦਿੱਤਾ ਅਤੇ ਗੁਰਬਾਣੀ ਅਰਥਾਂ ਦੀ ਸਮਾਪਤੀ ਮੁਦਾਵਣੀ ਉੱਪਰ ਹੀ ਕੀਤੀ ਅਤੇ ਸੱਚਾਈ ਨੂੰ ਪ੍ਰਗਟ ਕਰਨ ਹਿੱਤ ਰਾਗਮਾਲਾ ਦੇ ਅਰਥ ਬਾਅਦ ਵਿੱਚ ਵੱਖਰੇ ਤੌਰ 'ਤੇ ਕੀਤੇ ਅਤੇ ਸੱਚ ਦੇ ਅਭਲਾਖੀਆਂ ਵਾਸਤੇ ਨਾਲ ਨਾਲ ਜ਼ਰੂਰੀ ਟੂਕਾਂ ਅਤੇ ਨੋਟ ਵੀ ਦਿੱਤੇ। ਪੰਡਿਤ ਤਾਰਾ ਸਿੰਘ ਜੀ ਨਰੋਤਮ ਰਾਗਮਾਲਾ ਬਾਰੇ ਆਪਣੀ ਰਚਨਾ ਗੁਰੂ ਗਿਰਾਰਥ ਕੋਸ਼ ਵਿੱਚ ਇਸ ਤਰ੍ਹਾਂ ਲਿਖਦੇ ਹਨ। ਮੁਦਾਵਣੀ ਦਾ ਪਾਠ ਗ੍ਰੰਥ ਸਾਹਿਬ ਜੀ ਕੀ ਸਮਾਪਤੀ ਸਮੇਂ ਆਪਣੀ ਮੋਹ ਰੂਪ ਕਰ ਅੰਤ ਮੇ ਰੱਖਾ। ਰਾਗਮਾਲਾ ਕਾਹੂ ਨੇ ਪੀਛੇ ਸੇ ਪਾਈ, ਜੈਸੇ ਭਾਈ ਬਨੋ ਨੇ ਗੁਰੂ ਕੇ ਸਾਹਮਣੇ ਹੀ ਦੂਸਰੀ ਬੀੜ ਮੈਂ ਕਈ ਬਾਣੀਆਂ ਚੜ੍ਹਾਈਆਂ, ਜਿਨਕੋ ਸੁਣਕਰ ਗੁਰੂ ਜੀ ਨੇ ਉਸਕਾ ਨਾਮ ਖਾਰੀ ਬੀੜ ਤਰਾ। ਗੁਰੂ ਗਿਰਾਰਥ ਕੋਸ਼ ਪੰਨਾ 543 ਭਾਗ ਦੂਜਾ। ਚੂੜਾਮਨ ਕਵੀ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰੇ ਰਾਸ 3 ਅਧਿਆਇ 47 ਵਿੱਚ ਰਾਗਮਾਲਾ ਬਾਰੇ ਲਿਖਦੇ ਹਨ। ਰਾਗਮਾਲਾ ਸ੍ਰੀ ਗੁਰ ਕੀ ਕ੍ਰਿਤ ਨ ਹੈ, ਹੈ ਮੁਦਾਵਣੀ ਲੱਗ ਗੁਰਬੈਨ।
ਇਹ ਮਨ ਮੈਂ ਸੰਸੇ ਕਸ਼ ਕਰੀਓ, ਜੇ ਸੰਸੇ ਅਵਲੋਕੋ ਨੈਣ, ਮਾਧਵ ਨਲ ਆਲਮ ਕਵ ਕੀਨਸ, ਤੇ ਮੈਂ ਨਿਤਕਾਰੀ ਕਹਿ ਤੈਨ, ਰਾਗ ਰਾਗਣੀ ਨਾਮ ਗਿਣੇ ਤੈ, ਜਾਂ ਤੇ ਸ੍ਰੀ ਅਰਜੁਨ ਕ੍ਰਿਤ ਹੈ ਨਾ। ਇਹ ਸੁੱਧ ਨਹੀਂ ਲਿਖੀ ਇਹ ਗੁਰੂ ਨੇ, ਕਿੱਥੋਂ ਸਿੱਖ ਕਾਹੂ ਲਿਖ ਦੀਨ, ਰਾਗ ਨਾਮ ਸਭ ਜਾਣੈ ਰਾਗੀ, ਜਾਂ ਕਾਰਨ ਲਿਖ ਦਈ ਪ੍ਰਵੀਨ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਨੇ ਵੀ ਇਸ ਰਾਗ ਮਾਲਾ ਵਿਰੁੱਧ ਭਰਵੀਂ ਆਵਾਜ਼ ਉਠਾਈ ਅਤੇ ਸਪਸ਼ਟ ਲਿਖਿਆ ਹੈ ਕਿ ਰਾਗ ਮਾਲਾ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਨਹੀਂ, ਗੁਰਬਾਣੀ ਕੇਵਲ ਮੁਦਾਵਣੀ ਤੀਕ ਹੀ ਹੈ। ਹੋਰ ਪੱਕਾ ਕੀਤਾ ਕਿ ਭਾਈ ਇਸ ਗੱਲ ਵਿੱਚ ਰਤਾ ਪਰ ਸੰਦੇਹ ਨਹੀਂ ਕਰਨਾ, ਭਾਵੇਂ ਕਿਸੇ ਪੱਖੋਂ ਨਜ਼ਰਾਂ ਨੂੰ ਧੋਖਾ ਵੀ ਲੱਗੇ ਤਾਂ ਵੀ ਧੋਖਾ ਨਹੀਂ ਖਾਣਾ, ਰਾਗਮਾਲਾ ਉੱਕਾ ਹੀ ਗੁਰਬਾਣੀ ਨਹੀਂ। ਤਾਂ ਫਿਰ ਰਾਗਮਾਲਾ ਹੈ ਕਿ ਇਸ ਦਾ ਵੇਰਵਾ ਦਿੰਦੇ ਹੋਏ ਕਵੀ ਜੀ ਲਿਖਦੇ ਹਨ ਕਿ ਭਾਈ ਇਹ ਤਾਂ ਆਲਮ ਕਵੀ ਦਾ ਲਿਖਿਆ ਮਾਧਵਾ ਨਲ ਦਾ ਪ੍ਰਸੰਗ ਹੈ, ਜਿਸ ਵਿੱਚੋਂ ਇਹ ਨ੍ਰਿਤਕਾਰੀ ਦਾ ਜ਼ਿਕਰ ਹੈ ਅਤੇ ਪੰਚਮ ਪਿਤਾ ਜੀ ਦੀ ਇਹ ਰਚਨਾ ਨਹੀਂ। ਗੱਲ ਨੂੰ ਹੋਰ ਦ੍ਰਿੜ ਕਰਦੇ ਹੋਏ ਕਵੀ ਜੀ ਅੱਗੇ ਲਿਖਦੇ ਹਨ ਕਿ ਇਹ ਕਹਿਣਾ ਤਾਂ ਉੱਕਾ ਹੀ ਠੀਕ ਨਹੀਂ ਕਿ ਇਸ ਦੀ ਰਚਨਾ ਸਤਿਗੁਰਾਂ ਨੇ ਕੀਤੀ, ਇਹ ਤਾਂ ਕਿਸੇ ਸਿੱਖ ਨੇ ਕਿੱਧਰੋਂ ਚੁੱਕ ਕਰਕੇ ਲਿਖ ਦਿੱਤੀ ਹੈ। ਸ਼ਾਇਦ ਉਸ ਗੁਰਸਿੱਖ ਨੇ ਕੇਵਲ ਇਸ ਖਿਆਲ ਨਾਲ ਲਿਖੀ ਹੈ ਤਾਂ ਜੋ ਰਾਗੀ ਸਿੰਘ ਰਾਗਾਂ ਦੇ ਨਾਮ ਚੇਤੇ ਕਰ ਸਕਣ। ਪ੍ਰਿੰਸੀਪਲ ਹਰਭਜਨ ਸਿੰਘ ਜੀ ਭਾਈ ਸਾਹਿਬ, ਸਾਬਕਾ ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ, ਇਸ ਨੂੰ ਗੁਰਬਾਣੀ ਨਹੀਂ ਮੰਨਦੇ। ਗੁਰਪ੍ਰਵਾਸੀ ਪੰਥ ਦੇ ਮਹਾਨ ਵਿਦਵਾਨ ਗਿਆਨੀ ਭਾਗ ਸਿੰਘ ਜੀ ਅੰਬਾਲਾ ਵੀ ਅਨੇਕਾਂ ਤਰਕ ਦੇ ਕੇ ਸਾਬਤ ਕਰਦੇ ਰਹੇ ਹਨ ਕਿ ਰਾਗਮਾਲਾ ਗੁਰਬਾਣੀ ਨਹੀਂ, ਬਲਕਿ ਬਦੋ ਬਦੀ ਜੇਕਰ ਰਾਗਮਾਲਾ ਦਾ ਪਾਠ ਕਰਨ ਦਾ ਹੱਠ ਕੀਤਾ ਜਾਂਦਾ ਤਾਂ ਵੀ ਆਪ ਇਸ ਦਾ ਪਾਠ ਨਹੀਂ ਕਰਦੇ ਸਨ, ਜਾਂ ਫਿਰ ਸਮਾਗਮ ਵਿੱਚੋਂ ਪਹਿਲਾਂ ਹੀ ਉੱਠ ਕੇ ਚਲੇ ਜਾਂਦੇ ਸਨ। ਗੁਰਪ੍ਰਵਾਸੀ ਭਾਈ ਸਾਹਿਬ ਭਾਈ ਹਰਦੁੰਮਨ ਸਿੰਘ ਬਾਗੜੀਆਂ ਅਤੇ ਅੱਜ ਕੱਲ੍ਹ ਦੇ ਲਗਭਗ ਹੋਰ ਬਹੁਤੇ ਵਿਦਵਾਨ ਵੀ ਰਾਗਮਾਲਾ ਨੂੰ ਗੁਰਬਾਣੀ ਨਹੀਂ ਮੰਨਦੇ। ਤਾਂ ਫਿਰ ਰਾਗਮਾਲਾ ਹੈ ਕੀ? ਇੱਕ ਚਿੱਠੀ ਭਾਈ ਕਾਨ ਸਿੰਘ ਜੀ ਨਾਭਾ ਵੱਲੋਂ, 23 ਜਨਵਰੀ ਸੰਨ 1918 ਦੇ ਪੰਥ ਸੇਵਕ ਵਿੱਚ ਭਾਈ ਕਾਨ ਸਿੰਘ ਜੀ ਨਾਭਾ ਦੀ ਇੱਕ ਚਿੱਠੀ ਛਪੀ, ਜਿਸ ਦੇ ਕੁਝ ਅੰਸ਼ ਇਸ ਪ੍ਰਕਾਰ ਹਨ। ਆਪ ਜੀ ਦੇ 12 ਦਸੰਬਰ ਦੇ ਪਰਚੇ ਵਿੱਚ ਭਾਈ ਸਾਹਿਬ ਜੀ ਦੀ ਗੁਪਤ ਚਿੱਠੀ ਨਾਮਕ ਸਿਰਨਾਵੇਂ ਹੇਠ ਲਿਖੀ ਇਬਾਰਤ ਪੜ੍ਹ ਕੇ ਮੇਰੇ ਪਾਸ ਬਹੁਤ ਚਿੱਠੀਆਂ ਆਈਆਂ ਹਨ, ਜਿਨ੍ਹਾਂ ਵਿੱਚ ਲੋਕ ਮੈਥੋਂ ਪੁੱਛਦੇ ਹਨ ਕਿ ਰਾਗਮਾਲਾ ਸੰਬੰਧੀ ਆਪਣੀ ਰਾਏ ਗੁਰਮਤ ਸੁਧਾਕਰ ਦੇ ਵਿਰੁੱਧ ਕਿਉਂ ਬਦਲੀ ਹੈ। ਮੈਨੂੰ ਕੋਸ਼ ਦੇ ਕੰਮ ਤੋਂ ਵਿਹਲ ਨਹੀਂ ਜੋ ਮੈਂ ਲੋਕਾਂ ਨੂੰ ਉੱਤਰ ਦੇ ਸਕਾਂ, ਪਰ ਪਬਲਿਕ ਨੂੰ ਨਿਰਸੰਦੇਹ ਕਰਨ ਵਾਸਤੇ ਇਹ ਚਿੱਠੀ ਲਿਖਦਾ ਹਾਂ। ਅੱਜ ਕੱਲ੍ਹ ਅਖਬਾਰਾਂ ਵਿੱਚ ਕਰਤਾਰਪੁਰ ਵਾਲੇ ਗੁਰੂ ਗ੍ਰੰਥ ਸਾਹਿਬ ਦਾ ਵਾਰ ਵਾਰ ਜ਼ਿਕਰ ਆਉਂਦਾ ਹੈ ਅਤੇ ਰਾਗਮਾਲਾ ਨੂੰ ਗੁਰਬਾਣੀ ਸਿੱਧ ਕਰਨ ਵਾਲੇ ਉਸ ਦਾ ਪ੍ਰਮਾਣ ਪੇਸ਼ ਕਰਦੇ ਹਨ, ਪਰ ਮੈਂ ਬਹਿਸੀਅਤ ਖੋਜੀ ਦੇ ਉਹਨਾਂ ਭਾਈਆਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਐਸਾ ਕਰਨ ਤੋਂ ਸੰਕੋਚ ਕਰਨ, ਕਿਉਂਕਿ ਕਰਤਾਰਪੁਰ ਵਾਲੇ ਗ੍ਰੰਥ ਸਾਹਿਬ ਵਿੱਚ ਰਾਗਮਾਲਾ ਦੇ ਖੰਡਨ ਦਾ ਇੱਕ ਵਜਰ ਰੂਪ ਪ੍ਰਮਾਣ ਹੈ। ਪ੍ਰੇਮੀ ਸੱਜਣੋ, ਜ਼ਰਾ ਧਿਆਨ ਨਾਲ ਸੁਣੋ। ਸਤਿਗੁਰਾਂ ਦੇ ਜ਼ਮਾਨੇ ਵਿੱਚ ਜੋ ਹੁਕਮਨਾਮੇ ਸੰਗਤਾਂ ਦੇ ਨਾਂ ਜਾਰੀ ਕੀਤੇ ਜਾਂਦੇ ਸਨ, ਉਸ ਦੇ ਹੇਠ ਸਤਿਗੁਰਾਂ ਦੇ ਦਸਤਖਤਾਂ ਤੋਂ ਉੱਪਰ ਹੁਕਮਨਾਮੇ ਦੀਆਂ ਸਤਰਾਂ ਦੀ ਗਿਣਤੀ ਅੱਖਰੀ ਲਿਖੀ ਜਾਂਦੀ ਸੀ, ਤਾਂ ਕਿ ਦਸਤਖਤ ਹੋਣ ਪਿੱਛੋਂ ਕੋਈ ਲਿਖਾਰੀ ਸਤਰਾਂ ਨਾ ਵਧਾ ਸਕੇ। ਐਸੇ ਹੀ ਨੌਵੇਂ ਸਤਿਗੁਰਾਂ ਦੇ ਅਹਿਦ ਤੱਕ ਇਹ ਰੀਤੀ ਰਹੀ ਕਿ ਜੋ ਕਾਪੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੁੰਦੀ
ਉਸ ਦੇ ਪੱਤਰਿਆਂ ਦੀ ਗਿਣਤੀ ਤਤਕਰੇ ਦੇ ਅੰਤ ਵਿੱਚ ਦਰਜ ਕੀਤੀ ਜਾਂਦੀ। ਇਸ ਨਿਯਮ ਅਨੁਸਾਰ ਕਰਤਾਰਪੁਰ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਤਤਕਰੇ ਦਾ ਅੰਤ ਇਹ ਲਿਖਿਆ ਗਿਆ ਹੈ। ਸੰਮਤ 1661 ਮਿਤੀ ਭਾਦੋਂ ਵਧੀ ਇੱਕ ਪੋਥੀ ਲਿਖ ਪਹੁੰਚੇ। ਸਾਰੇ ਪੱਤਰੇ ਗੁਰੂ ਬਾਬੇ ਦੇ 974। ਪੋਥੀ ਲਿਖ ਪਹੁੰਚੇ, ਇਸ ਦਾ ਨਿਰਣਾ ਤਾਂ ਗੁਰੂ ਗਿਰਾ ਕਸੌਟੀ ਵਿੱਚ ਕੀਤਾ ਗਿਆ ਹੈ, ਪਰ ਇਸ ਥਾਂ ਪ੍ਰਕਰਨ ਅਨੁਸਾਰ ਦੱਸਦਾ ਹਾਂ ਕਿ ਕਰਤਾਰਪੁਰ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ 973ਵੇਂ ਪੱਤਰਵੇ ਪਰ ਮੁਦਾਵਣੀ ਹੈ। ਪਰ 974ਵਾਂ ਪੱਤਰਾ, ਜਿਸ ਪਰ ਅੰਕ 974 ਮੌਜੂਦ ਹੈ, ਕੋਰਾ ਪਿਆ ਹੈ। ਇਸ ਤੋਂ ਸਾਫ਼ ਪਾਇਆ ਜਾਂਦਾ ਹੈ ਕਿ ਗੁਰੂ ਬਾਬੇ ਦੇ ਸਾਰੇ ਪੱਤਰੇ 974 ਦੀ ਗਿਣਤੀ ਤੋਂ ਬਾਹਰ ਜੋ ਕੁਝ ਹੈ ਉਹ ਗੁਰੂ ਬਾਬੇ ਦਾ ਅੰਗ ਨਹੀਂ। ਆਦਿ ਅੰਤ ਦੇ ਵਾਧੂ ਪੱਤਰਿਆਂ ਪਰ ਕਰਤਾਰਪੁਰ ਵਾਲੇ ਗੁਰੂ ਗ੍ਰੰਥ ਸਾਹਿਬ ਵਿਖੇ ਕੇਵਲ ਰਾਗਮਾਲਾ ਹੀ ਨਹੀਂ ਕਿੰਤੂ ਰਤਨਮਾਲਾ ਹੈ। ਰਾਹ ਮੁਕਾਮ ਕੀ ਸਾਖੀ ਹੈ। ਇਹਨਾਂ ਵਾਧੂ ਪੱਤਰਿਆਂ ਵਿੱਚ ਨਿਰੰਜਨ ਰਾਏ ਜੀ ਦੀ, ਜੋ ਧੀਰਮਲ ਜੀ ਦੇ ਪੜੋਤੇ ਸੀ, ਬਹੁਤ ਮਹਿਮਾ ਗਾਈ ਹੈ, ਅਤੇ ਆਦਿ ਅਨੇਕ ਪ੍ਰਕਰਨ ਹਨ ਜਿਨ੍ਹਾਂ ਦੀ ਇੱਥੇ ਲਿਖਣ ਦੀ ਲੋੜ ਨਹੀਂ। ਅੰਤ ਵਿੱਚ ਕੌਮ ਦੇ ਦਰਦੀਆਂ ਅੱਗੇ ਬੇਨਤੀ ਹੈ ਕਿ ਇਹ ਜ਼ਮਾਨਾ ਪਰਸਪਰ ਪ੍ਰੇਮ ਨਾਲ ਉੱਨਤੀ ਕਰਨ ਦਾ ਹੈ। ਦੇਖੋ ਭਸੌੜੀ ਭਾਈ ਆਪਣੇ ਹੱਕਾਂ ਦੀ ਰਾਖੀ ਲਈ ਕੀ ਯਤਨ ਕਰ ਰਹੇ ਹਨ, ਸੁਧਾਰ ਦੇ ਉਪਰਾਲੇ ਵਿੱਚ ਲੱਗੇ ਹੋਏ ਹਨ। ਪਰ ਸਾਡੀ ਰਾਗਮਾਲਾ ਦੀ ਅਰੋਹੀ ਤਾਨ ਕੰਨ ਪਈ ਸੁਣ ਨਹੀਂ ਦਿੰਦੀ। ਕਿਰਪਾ ਕਰੋ, ਤਰਸ ਕਰੋ, ਸ਼ਾਂਤ ਕਰੋ, ਧੀਰਜ ਕਰੋ, ਖੋਜੀ ਬਣ ਕੇ ਵਿਚਾਰੋ, ਵਾਦੀ ਦੀ ਪਦਵੀ ਨਾ ਲਓ। ਕਥਿਤ ਕਰਤ ਸਮਾਜ ਦਾ ਉਧਾਰ ਹੈ। ਐਸੇ ਸਮੇਂ ਉਨਤੀ ਕੇ ਬੀਚ ਗੁਰਸਿੱਖਣ ਕੇ ਜਮ ਫਾਸ ਹੋਵੇ ਕੇ ਗੱਲ ਪਰੀ ਰਾਗ ਮਾਲ ਹੈ। ਪਾਠਕੋ, ਮੇਰੀ ਇਸ ਚਿੱਠੀ ਨੂੰ ਪੜ੍ਹ ਕੇ ਮੇਰੇ ਨਾਲ ਕੋਈ ਸੱਜਣ ਪੱਤਰ ਵਿਹਾਰ ਕਰਨ ਦੀ ਖੇਚਲ ਨਾ ਕਰੇ, ਕਿਉਂਕਿ ਮੈਂ ਆਪਣੇ ਨਿਯਤ ਸਮੇਂ ਵਿੱਚੋਂ ਇੱਕ ਮਿੰਟ ਵੀ ਕੱਢ ਨਹੀਂ ਸਕਦਾ। ਪੰਥ ਦਾ ਸੇਵਕ ਕਾਨ ਸਿੰਘ ਨਾਭਾ। ਰਾਗਮਾਲਾ ਦਾ ਪਿਛੋਕੜ। ਇਸ ਵਿਸ਼ੇ ਨੂੰ ਸਮਝਣ ਲਈ ਸੱਚਾਈ ਦੀ ਤਹਿ ਤੀਕ ਪਹੁੰਚਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਅਸਲ ਵਿੱਚ ਮਾਧਵਾ ਨਾਲ ਅਤੇ ਕਾਮ ਕੰਦਲਾ ਇੱਕ ਪੁਰਾਣੀ ਸੰਸਕ੍ਰਿਤ ਦੀ ਰਚਨਾ ਹੈ, ਜਿਸ ਅਨੁਸਾਰ ਮਾਧਵਾ ਨਾਲ ਇੱਕ ਰਾਗ ਵਿਦਿਆ ਦਾ ਨਿਪੁੰਨ ਵਿਦਵਾਨ ਬ੍ਰਾਹਮਣ ਹੈ ਅਤੇ ਕਾਮ ਕੰਦਲਾ ਇੱਕ ਨਾਚੀ ਵੇਸ਼ਿਆ। ਸਾਰੀ ਕਹਾਣੀ ਪੁਰਾਤਨ ਵਿਸ਼ਵਾਸਾਂ ਉੱਪਰ ਆਧਾਰਿਤ ਹੈ ਅਤੇ ਇਸ ਦਾ ਵਿਸ਼ਾ ਹੈ ਕਿ ਬ੍ਰਾਹਮਣ ਭਾਵੇਂ ਕਿਤਨਾ ਵੀ ਦੁਰਾਚਾਰੀ ਅਤੇ ਨੀਚ ਹੋਵੇ ਤਾਂ ਵੀ ਪੂਜਣ ਯੋਗ ਹੈ ਅਤੇ ਉਸਦਾ ਅਪਮਾਨ ਨਾ ਬਖਸ਼ਿਆ ਜਾਣ ਯੋਗ ਅਪਰਾਧ। ਅਕਬਰ ਬਾਦਸ਼ਾਹ ਦੇ ਰਾਜ ਸਮੇਂ ਕੋਈ ਦਰਬਾਰੀ ਅਤੇ ਗੈਰ ਦਰਬਾਰੀ ਕਵੀਆਂ ਆਦਿ ਵਿੱਚ ਪੁਰਾਤਨ ਰਚਨਾਵਾਂ ਨੂੰ ਲੋਕ ਭਾਸ਼ਾ ਵਿੱਚ ਉਲੱਥੇ ਕਰਨ ਦੀ ਇੱਕ ਲਹਿਰ ਚੱਲ ਪਈ। ਇਸ ਦੌਰਾਨ ਹੀ ਇੱਕ ਆਲਮ ਨਾਮ ਦੇ ਸੂਫੀ ਮੁਸਲਮਾਨ ਕਵੀ ਨੇ ਇਸ ਸੰਸਕ੍ਰਿਤ ਰਚਨਾ ਨੂੰ ਹਿੰਦੀ ਵਿੱਚ ਲਿਖਿਆ, ਜਿਸ ਦੇ ਆਰੰਭ ਵਿੱਚ ਹੀ ਉਸਨੇ ਸਪਸ਼ਟ ਲਿਖਿਆ ਕਿ ਉਲੱਥਾ ਸੰਨ 991 ਹਿਜਰੀ ਵਿੱਚ ਕੀਤਾ ਗਿਆ ਹੈ, ਜੋ ਕਿ ਸੰਮਤ 1640 ਬਣਦਾ ਹੈ। ਜਿਵੇਂ ਸੰਨ 991 ਆਹੀ ਕਰਾ ਕਥਾ ਅਸ ਬਨੋ ਤਾਹੀ, ਭਾਵ ਹੁਣ ਆਹੀ ਸੰਨ 991 ਹਿਜਰੀ ਹੈ ਜੋ ਕਿ ਇਹ ਪੁਸਤਕ ਲਿਖੀ ਜਾ ਰਹੀ ਹੈ। ਪੁਰਾਤਨ ਹਸਤ ਲਿਖਤਾਂ ਦੇ ਮਹਾਨ ਖੋਜੀ ਸ਼ਮਸ਼ੇਰ ਸਿੰਘ ਜੀ ਅਸ਼ੋਕ ਨੇ ਆਪਣੀ ਰਚਨਾ ਰਾਗਮਾਲਾ ਨਿਰਣੇ ਵਿੱਚ, ਜਿਸ ਦਾ ਕਿ ਜ਼ਿਕਰ ਇਸ ਪੁਸਤਕ ਵਿੱਚ ਪਹਿਲਾਂ ਵੀ ਆ ਚੁੱਕਾ ਹੈ, ਉਸ ਰਚਨਾ ਨੂੰ ਪੂਰੀ ਦੀ ਪੂਰੀ ਛਾਪ ਕੇ ਸੰਗਤਾਂ ਪ੍ਰਤੀ ਅਰਪਣ ਕੀਤੀ ਹੈ। ਇਹ ਸਾਰੀ ਰਚਨਾ
179 ਚੌਪਈਆਂ ਦੋਹਰਿਆਂ ਅਤੇ ਸੋਠਾਂ ਵਿੱਚ ਵੰਡੀ ਹੋਈ ਹੈ ਅਤੇ ਉੱਥੇ ਨੰਬਰ ਕ੍ਰਮ ਵੀ ਸਪਸ਼ਟ ਚੱਲ ਰਿਹਾ ਹੈ। ਮੌਜੂਦਾ ਰਾਗਮਾਲਾ ਉਸ ਵਿੱਚੋਂ ਲਈ ਹੋਈ ਹੈ। ਹਥਲੀ ਰਾਗਮਾਲਾ ਉਸ ਵਿੱਚੋਂ ਅੰਕ 34 ਤੋਂ 38 ਤੀਕ ਹੈ। ਅਸਲ ਰਚਨਾ ਵਿੱਚ ਅੰਕ 1 ਤੋਂ ਬਾਅਦ 1 ਨਹੀਂ ਚੱਲਦਾ, ਜਿਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜੀ ਗਈ ਰਾਗਮਾਲਾ ਵਿੱਚ ਚੱਲ ਰਿਹਾ ਹੈ। ਉੱਥੇ ਬਕਾਇਦਾ 35, 36 ਅਤੇ ਫਿਰ 37 ਅਤੇ 38 ਚੱਲ ਰਹੇ ਹਨ। ਹਰ ਚੌਪਈ ਤੋਂ ਬਾਅਦ ਹਰ ਇੱਕ ਦੋਹਰੇ ਦਾ ਸਿਰਲੇਖ ਮੌਜੂਦ ਹੈ। ਇਸਦਾ ਰਚਨਾ ਕਾਲ ਗੁਰਬਾਣੀ ਸੰਪਾਦਨਾ ਦੇ ਸੰਮਤ 1661 ਤੋਂ 21 ਸਾਲ ਪਹਿਲਾਂ, ਸੰਮਤ 1640 ਅਤੇ ਹਿਜਰੀ ਸੰਨ 991 ਦਾ ਹੈ। ਮਾਧਵ ਨਾਲ ਕਾਮਕੰਦਲਾ ਦੀ ਕਹਾਣੀ ਭਾਵੇਂ ਅਤਿ ਅਸ਼ਲੀਲ ਅਤੇ ਕਲਮ ਹੇਠ ਲਿਆਉਣੀ ਸੌਖੀ ਨਹੀਂ, ਫਿਰ ਵੀ ਪਾਠਕਾਂ ਦੀ ਜਾਣਕਾਰੀ ਹਿੱਤ ਇਸ ਦਾ ਸੰਖੇਪ ਵਰਣਨ ਅਤਿ ਜ਼ਰੂਰੀ ਹੈ, ਕਿਉਂਕਿ ਇਸ ਕਹਾਣੀ ਨੂੰ ਜਾਣੇ ਬਿਨਾਂ ਰਾਗਮਾਲਾ ਦੀ ਤਹਿ ਤੀਕ ਪਹੁੰਚਣਾ ਅਸੰਭਵ ਹੈ। ਬਹੁਤੇ ਵੇਰਵੇ ਵਿੱਚ ਨਾ ਜਾਂਦੇ ਹੋਏ ਵੀ ਇਹ ਕਹਾਣੀ ਕੁਝ ਇਸ ਪ੍ਰਕਾਰ ਹੈ। ਪੁਸ਼ਪਾਵਤੀ ਇੱਕ ਨਗਰੀ ਦਾ ਨਾਮ ਹੈ, ਜਿੱਥੋਂ ਦਾ ਰਾਜਾ ਗੋਬਿੰਦ ਚੰਦ ਸੀ। ਇੱਕ ਬ੍ਰਾਹਮਣ ਜਿਸ ਦਾ ਨਾਮ ਮਾਧਵਾ ਨਾਲ ਸੀ, ਉਸ ਰਾਜੇ ਦਾ ਰਾਜ ਬ੍ਰਾਹਮਣ ਸੀ ਅਤੇ ਨਿਤਾ ਪ੍ਰਤੀ ਸਵੇਰੇ ਰਾਜ ਦਰਬਾਰ ਵਿੱਚ ਗੰਗਾ ਜਲ, ਤੁਲਸੀ ਆਦਿ ਨਾਲ ਪੂਜਾ ਕ੍ਰਮ ਨਿਭਾਉਂਦਾ ਸੀ। ਇਹ ਬ੍ਰਾਹਮਣ ਰਾਗ ਵਿਦਿਆ ਵਿੱਚ ਬੜਾ ਨਿਪੁੰਨ, ਦਿਲ ਖਿੱਚਵੇਂ ਸਰੀਰ ਵਾਲਾ ਅਤੇ ਬੜਾ ਸੁੰਦਰ ਇਨਸਾਨ ਸੀ। ਕਹਾਣੀ ਅਨੁਸਾਰ ਇਹ ਬ੍ਰਾਹਮਣ ਚਾਰਾਂ ਵੇਦਾਂ, ਪੁਰਾਣਾਂ ਅਤੇ ਕਹੇ ਜਾਂਦੇ 9 ਵਿਆਕਰਣਾਂ ਦਾ ਵਿਦਵਾਨ ਸੀ। ਇੰਨਾ ਸੁੰਦਰ ਸੀ ਕਿ ਇਹ ਬ੍ਰਾਹਮਣ ਮਾਨੋ ਕਾਮਦੇਵ ਦੀ ਸਾਕਸ਼ਾਤ ਮੂਰਤ ਸੀ। ਜਿੱਥੇ ਕਿਤੇ ਵੀ ਇਸ ਬ੍ਰਾਹਮਣ ਨੂੰ ਨਗਰ ਦੀਆਂ ਨਾਰੀਆਂ ਦੇਖਦੀਆਂ ਜਾਂ ਇਸ ਰਾਹੀਂ ਰਾਗ ਵਿਦਿਆ ਦੀ ਪਿਣਕ ਉਹਨਾਂ ਦੇ ਕੰਨਾਂ ਵਿੱਚ ਪੈਂਦੀ, ਉਹਨਾਂ ਨੂੰ ਆਪਣੀ ਸੁੱਧ ਬੁੱਧ ਭੁੱਲ ਜਾਂਦੀ, ਉਹ ਕਮਾਂਤੁਰ ਹੋ ਜਾਂਦੀਆਂ। ਇੱਥੋਂ ਤੀਕ ਕਿ ਉਹਨਾਂ ਦੇ ਸਿਰਾਂ ਉੱਪਰੋਂ ਗਾਗਰਾਂ ਡਿੱਗ ਪੈਂਦੀਆਂ ਅਤੇ ਹੱਥਾਂ ਵਿੱਚ ਪਕੜੇ ਹੋਏ ਆਪਣੇ ਪਤੀਆਂ ਵਾਸਤੇ ਭੋਜਨ ਦੇ ਥਾਲ ਵੀ ਡਿੱਗ ਪੈਂਦੇ। ਘਰਾਂ ਵਿੱਚ ਕਲੇਸ਼ ਪੈਦਾ ਹੋ ਜਾਂਦੇ, ਪਰ ਇਸਤਰੀਆਂ ਉੱਤਰ ਦਿੰਦੀਆਂ ਕਿ ਇਹ ਗੱਲ ਉਹਨਾਂ ਦੇ ਵੱਸ ਵਿੱਚ ਨਹੀਂ। ਮਾਧਵ ਨਾਲ ਹੈ ਹੀ ਕਾਮਦੇਵ ਦੀ ਮੂਰਤੀ ਅਤੇ ਉਸ ਰਾਹੀਂ ਗਾਇਆ ਸੰਗੀਤ ਕਾਮ ਵੱਸ ਕਰਨ ਵਾਲਾ ਹੈ। ਨਗਰ ਦੇ ਮਨੁੱਖਾਂ ਲਈ ਇਹ ਅਵਸਥਾ ਅਸਹਿ ਸੀ। ਨਗਰ ਦੇ ਪੁਰਖਾਂ ਇਕੱਠੇ ਹੋ ਕੇ ਰਾਜੇ ਅੱਗੇ ਫਰਿਆਦ ਕੀਤੀ ਅਤੇ ਧਮਕੀ ਦਿੱਤੀ ਕਿ ਜੇਕਰ ਮਾਧਵਾ ਨਾਲ ਨੂੰ ਤੁਰੰਤ ਪੁਰੀ ਵਿੱਚੋਂ ਕੱਢਿਆ ਨਾ ਗਿਆ ਤਾਂ ਸਾਰੀ ਪ੍ਰਜਾ ਨਗਰ ਦਾ ਤਿਆਗ ਕਰ ਦੇਵੇਗੀ। ਇਸ 'ਤੇ ਰਾਜਾ ਬੜਾ ਚਿੰਤਤ ਹੋਇਆ। ਜੇ ਪ੍ਰਜਾ ਹੀ ਚਲੇ ਗਈ ਤਾਂ ਉਹ ਰਾਜ ਕਿਸ ਉੱਪਰ ਕਰੇਗਾ? ਰਾਜੇ ਨੇ ਮਾਧਵਾ ਨਾਲ ਨੂੰ ਬੁਲਾਵਾ ਭੇਜਿਆ, ਨਗਰ ਦੀਆਂ ਇਸਤਰੀਆਂ ਨੂੰ ਵੀ ਬੁਲਾਇਆ ਅਤੇ ਉਹਨਾਂ ਨੂੰ ਬੈਠਣ ਹਿੱਤ ਕਮਲ ਦੇ ਪੱਤੇ ਦਿੱਤੇ ਗਏ। ਜਿਉਂ ਜਿਉਂ ਮਾਧਵ ਸੰਗੀਤ ਵਜਾਉਂਦਾ, ਰਾਗ ਗਾਉਂਦਾ, ਉਹ ਰਾਗ ਇਤਨਾ ਕਾਮੁਕ ਸੀ ਕਿ ਜਦੋਂ ਉਹ ਇਸਤਰੀਆਂ ਆਪਣੇ ਆਪਣੇ ਸਥਾਨ ਤੋਂ ਉੱਠੀਆਂ ਤਾਂ ਕਮਲ ਦੇ ਪੱਤੇ ਉਹਨਾਂ ਦੇ ਸਰੀਰਾਂ ਨਾਲ ਚਿਪਕੇ ਹੋਏ ਸਨ। ਇਸ 'ਤੇ ਰਾਜੇ ਨੇ ਮਾਧਵਾ ਨਾਲ ਨੂੰ ਨਗਰ ਤਿਆਗਣ ਦਾ ਹੁਕਮ ਕੀਤਾ। ਰਾਜਾ ਉਸ ਨੂੰ ਕਤਲ ਕਰ ਦੇਣਾ ਚਾਹੁੰਦਾ ਸੀ, ਪਰ ਬ੍ਰਹਮ ਹੱਤਿਆ ਦੇ ਡਰ ਤੋਂ ਐਸਾ ਨਾ ਕਰ ਸਕਿਆ। ਰਾਜੇ ਦੇ ਹੁਕਮ ਅਨੁਸਾਰ ਮਾਧਵਾ ਨਾਲ ਬ੍ਰਾਹਮਣ ਨੂੰ ਰਾਜਾ ਗੋਬਿੰਦ ਚੰਦ ਦੀ ਨਗਰੀ ਪੁਸ਼ਪਾਵਤੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਮਾਧਵ ਨਾਲ ਆਪਣੀ ਵੀਣਾ ਉੱਪਰ ਸੰਗੀਤ ਵਜਾਉਂਦਾ ਕਾਮਾਵਤੀ ਨਗਰੀ ਵਿੱਚ ਪੁੱਜਿਆ, ਜਿੱਥੋਂ ਦਾ ਰਾਜਾ ਕਾਮਸੈਨ ਸੀ। ਉਸ ਰਾਜ ਵਿੱਚ ਕਾਮਕੰਦਲਾ ਨਾਮ ਦੀ ਇੱਕ ਨਾਚੀ ਸੀ, ਜਿਸ ਦੀ ਸੁੰਦਰਤਾ ਵਰਣਨ ਤੋਂ ਬਾਹਰ ਸੀ। ਇੱਥੇ ਕਵੀ ਆਲਮ ਨੇ ਉਸ ਨਾਚੀ ਦੀ ਸੁੰਦਰਤਾ ਦਾ ਵਰਣਨ ਕਰਨ ਲਈ ਇਸ ਰਚਨਾ ਵਿੱਚ 5 ਚੌਪਈਆਂ ਅਤੇ ਦੋਹੇ ਅਰਪਣ ਕੀਤੇ ਹਨ।
ਜਦੋਂ ਬ੍ਰਾਹਮਣ ਇਸ ਨਗਰੀ ਕਾਮਵਤੀ ਵਿੱਚ ਪੁੱਜਾ ਤਾਂ ਉੱਥੇ ਨਾਚ ਗਾਣੇ ਦਾ ਪ੍ਰੋਗਰਾਮ ਚੱਲ ਰਿਹਾ ਸੀ। ਸਾਰੇ ਨਗਰ ਵਾਸੀ ਅਤੇ ਰਾਜਾ ਕਾਮਸੈਨ ਨ੍ਰਿਤ ਸੰਗੀਤ ਦਾ ਆਨੰਦ ਮਾਣ ਰਹੇ ਸਨ। ਸੰਗੀਤ ਕਾਰਨ ਮਾਧਵ ਨਾਲ ਨੂੰ ਵੀ ਉਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਚਾਅ ਉੱਠਿਆ, ਪਰ ਦਰਬਾਨ ਨੇ ਮੰਡਪ ਵਿੱਚ ਜਾਣ ਤੋਂ ਉਸ ਨੂੰ ਮਨ੍ਹਾ ਕਰ ਦਿੱਤਾ ਕਿਉਂਕਿ ਉਹ ਇੱਕ ਪਰਦੇਸੀ ਸੀ। ਦਰਬਾਨ ਉਸ ਨਾਲ ਕੜਵੇ ਬਚਨ ਕਰਨ ਤੋਂ ਵੀ ਡਰਦਾ ਸੀ ਕਿ ਬ੍ਰਾਹਮਣ ਦਾ ਅਪਮਾਨ ਹੋ ਜਾਣ ਕਾਰਨ ਰਾਜਾ ਕਿਧਰੇ ਉਲਟਾ ਉਸ ਉੱਪਰ ਹੀ ਨਾਰਾਜ਼ ਨਾ ਹੋ ਜਾਵੇ। ਇਤਨੇ ਵਿੱਚ ਦਰਵਾਜ਼ੇ ਉੱਪਰ ਬੈਠੇ ਮਾਧਵਾ ਨਾਲ ਨੇ ਦਰਬਾਰੀ ਨੂੰ ਕਿਹਾ ਕਿ ਤੁਸੀਂ ਲੋਕ ਆਪਣੇ ਆਪ ਨੂੰ ਬੜਾ ਸੰਗੀਤ ਪ੍ਰੇਮੀ ਅਤੇ ਸੰਗੀਤ ਵਿੱਦਿਆ ਵਿੱਚ ਪ੍ਰਵੀਨ ਮੰਨਦੇ ਹੋ, ਪਰ ਤਾਲ ਤਾਂ ਟੁੱਟਾ ਹੋਇਆ ਹੈ ਅਤੇ ਤੁਹਾਡੇ ਰਾਜੇ ਸਮੇਤ ਕਿਸੇ ਨੂੰ ਸਮਝ ਨਹੀਂ। ਜਾ ਕੇ ਆਪਣੇ ਰਾਜੇ ਨੂੰ ਕਹਿ ਦੇਵੋ ਕਿ ਤੁਹਾਡੀ ਸਾਰੀ ਸਭਾ ਮੂਰਖਾਂ ਦੀ ਹੈ, ਸੰਗੀਤ ਵਿੱਦਿਆ ਵਿੱਚ ਨਿਪੁੰਨ ਲੋਕਾਂ ਦੀ ਨਹੀਂ। ਤਬਲਚੀ ਤਾਂ ਇੱਕ ਹੱਥ ਦਾ ਅੰਗੂਠਾ ਮੋਮ ਦਾ ਬਣਿਆ ਹੋਇਆ ਹੈ ਅਤੇ ਨਕਲੀ ਹੈ। ਉਹ ਚਾਰ ਉਂਗਲਾਂ ਨਾਲ ਹੀ ਤਾਲ ਵਜਾ ਰਿਹਾ ਹੈ, ਇਸ ਵਾਸਤੇ ਸੁਰ ਤਾਲ ਠੀਕ ਨਹੀਂ ਬੈਠ ਰਿਹਾ ਅਤੇ ਤਾਲ ਭੰਗ ਹੈ। ਦਰਬਾਰੀ ਨੇ ਮਾਧਵਾ ਨਾਲ ਦੇ ਕਹਿਣ ਉੱਪਰ ਇਹ ਵਿਥਿਆ ਰਾਜੇ ਤੀਕ ਪਹੁੰਚਾਈ ਅਤੇ ਇਹ ਵੀ ਦੱਸਿਆ ਕਿ ਦੁਆਰੇ ਬੈਠਾ ਬ੍ਰਾਹਮਣ ਸਾਰਿਆਂ ਨੂੰ ਮੂਰਖ ਸਭਾ ਕਹਿ ਰਿਹਾ ਹੈ। ਜਦੋਂ ਰਾਜੇ ਨੇ ਖੋਜ ਕੀਤੀ ਤਾਂ ਗੱਲ ਸੱਚੀ ਸਾਬਤ ਹੋਈ। ਤਬਲਚੀ ਦਾ ਇੱਕ ਹੱਥ ਦਾ ਅੰਗੂਠਾ ਸੱਚਮੁੱਚ ਹੀ ਮੋਮ ਦਾ ਬਣਿਆ ਹੋਇਆ ਸੀ। ਰਾਜੇ ਨੇ ਇੱਕਦਮ ਮਾਧਵ ਨਾਲ ਨੂੰ ਸਭਾ ਵਿੱਚ ਬੁਲਾਇਆ। ਇਸ ਤੋਂ ਅੱਗੇ ਫਿਰ ਮਾਧਵ ਨਾਲ ਦੀ ਸੁੰਦਰਤਾ ਦਾ ਵਰਣਨ ਕਰਦੇ ਹੋਏ ਲਿਖਦਾ ਹੈ ਕਿ ਜਦੋਂ ਮਾਧਵ ਨਾਲ ਮੰਡਪ ਵਿੱਚ ਦਾਖਲ ਹੋਇਆ ਤਾਂ ਉਹ ਨਿਰਾ ਕਾਮ ਦੀ ਮੂਰਤੀ ਸੀ। ਸਾਰੀ ਸਭਾ ਉਸ ਵੱਲ ਖਿੱਚੀ ਗਈ। ਰਾਜਾ ਆਪਣੇ ਸਿੰਘਾਸਨ ਨੂੰ ਛੱਡ ਕੇ ਉੱਠ ਪਿਆ। ਬ੍ਰਾਹਮਣ ਹੋਣ ਕਾਰਨ ਉਸ ਨੂੰ ਸਿੰਘਾਸਨ ਉੱਪਰ ਬਿਠਾ ਦਿੱਤਾ ਗਿਆ। ਕਵੀ ਅਨੁਸਾਰ ਉਸ ਸਮੇਂ ਬ੍ਰਾਹਮਣ ਦੀ ਸੁੰਦਰਤਾ ਤੋਂ ਸਵਰਗ ਦਾ ਇੰਦਰ, ਚੰਦਰਮਾ, ਗੰਧਰਵ, ਕਿਨਰ, ਕੁਮੇਰ ਅਤੇ ਸ੍ਰੀ ਰਾਮ ਕ੍ਰਿਸ਼ਨ ਆਦਿ ਵੀ ਫਿੱਕੇ ਪੈ ਰਹੇ ਸਨ। ਬ੍ਰਾਹਮਣ ਨੂੰ ਰਾਜੇ ਨੇ ਮੁਕਟ ਨਾਲ ਸਜਾਇਆ ਅਤੇ ਹਰ ਪ੍ਰਕਾਰ ਦੇ ਗਹਿਣੇ ਉਸ 'ਤੇ ਸੁਸ਼ੋਭਿਤ ਕਰ ਦਿੱਤੇ। 2 ਕਰੋੜ ਟਕੇ ਰੁਪਏ ਦਕਸ਼ਣਾ ਵੀ ਦਿੱਤੀ। ਜਦੋਂ ਨਾਚੀ ਕਾਮ ਕੰਦਲਾ ਨੇ ਬ੍ਰਾਹਮਣ ਨੂੰ ਤੱਕਿਆ ਤਾਂ ਉਸ ਨੂੰ ਆਪਣੀ ਸੁੱਧ ਬੁੱਧ ਭੁੱਲ ਗਏ। ਉਸ ਦੇ ਨਾਚ ਵਿੱਚ ਇਤਨਾ ਵੇਗ ਅਤੇ ਜੋਸ਼ ਭਰ ਆਇਆ ਕਿ ਉਸ ਨੇ ਇੱਕ ਤੋਂ ਬਾਅਦ ਦੂਜਾ ਸਾਰੇ ਰਾਗ ਅਤੇ ਰਾਗਣੀਆਂ ਇੱਕੋ ਸਾਹ ਹੀ ਆਪਣੀਆਂ ਹੋਰ ਨਾਚੀਆਂ ਸਮੇਤ ਗਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਅੱਗੇ ਫਿਰ ਆਲਮ ਕਵੀ ਨੇ ਅੰਕ ਨੰਬਰ 33 ਤੋਂ ਅੰਕ ਨੰਬਰ 41 ਤੀਕ 8 ਚੌਪਈਆਂ ਅਤੇ 8 ਦੋਹੇ ਕਾਮ ਕੰਦਲਾ ਨਾਚੀ ਅਤੇ ਉਸਦੀਆਂ ਸਾਥਣਾਂ ਸਹਿਯੋਗਣਾਂ ਰਾਹੀਂ ਇੱਕੋ ਸਾਹ ਸਾਰੇ ਰਾਗਾਂ ਦੇ ਗਾਏ ਜਾਣ ਦਾ ਜ਼ਿਕਰ ਕੀਤਾ ਹੈ, ਜਿਸ ਦੌਰਾਨ ਮਾਧਵ ਨਾਲ ਅਤੇ ਕਾਮ ਕੰਦਲਾ ਇੱਕ ਦੂਜੇ ਵੱਲ ਇੱਕੋ ਹੀ ਕਲਾ ਵਿੱਚ ਮਾਹਰ ਅਤੇ ਦੋਵੇਂ ਕਾਮ ਦੀਆਂ ਮੂਰਤੀਆਂ ਹੋਣ ਕਾਰਨ ਇੱਕ ਦੂਜੇ ਵੱਲ ਖਿੱਚੇ ਜਾਂਦੇ ਹਨ, ਤਾਂ ਇਹਨਾਂ 33 ਤੋਂ ਲੈ ਕੇ 41 ਅੰਕ ਦੇ ਵਿੱਚੋਂ ਹੀ ਅੰਕ ਨੰਬਰ 34 ਤੋਂ 38 ਇਸ ਮਾਧਵਾ ਨਾਲ ਕਾਮ ਕੰਦਲਾ ਪ੍ਰਸੰਗ ਦਾ ਉਹ ਭਾਗ ਹੈ ਜੋ ਕਿਸੇ ਅਣਜਾਣ ਨੇ ਰਾਗਾਂ ਦੇ ਨਾਮ ਕੰਠ ਕਰਨ ਹਿੱਤ ਜਾਂ ਫਿਰ ਕਿਸੇ ਸ਼ਰਾਰਤੀ ਦਿਮਾਗ ਨੇ ਸਿੱਖਾਂ ਨੂੰ ਗੁੰਮਰਾਹ ਕਰਨ ਹਿੱਤ ਰਾਗ ਮਾਲਾ ਦੇ ਸਿਰਲੇਖ ਹੇਠ ਆਦਿ ਬੀੜ ਦੇ ਅੰਤ ਵਿੱਚ ਮੁੰਦਾਵਣੀ ਤੋਂ ਬਾਅਦ ਲਿਖ ਦਿੱਤਾ। ਪਾਠਕਾਂ ਦੀ ਜਾਣਕਾਰੀ ਹਿੱਤ ਅਸੀਂ ਇੱਥੇ ਇਸੇ ਰਾਗ ਮਾਲਾ ਦੇ ਆਰੰਭ ਤੋਂ ਪਹਿਲਾਂ ਵਾਲਾ ਭਾਵ ਅੰਕ ਨੰਬਰ 33 ਪ੍ਰਚਲਿਤ ਰਾਗ ਮਾਲਾ ਅਤੇ ਬਾਅਦ ਵਿੱਚ ਆਉਣ ਵਾਲੇ 2 ਅੰਕ ਭਾਵ ਅੰਕ ਨੰਬਰ 39 ਅਤੇ 40 ਵੀ ਦੇ ਰਹੇ ਹਾਂ। ਯਾਦ ਰਹੇ ਰਾਗ ਮਾਲਾ ਵਿਚਲੇ ਅੰਕ 34 ਤੋਂ 38 ਹਨ। ਚੌਪਈ ਮੁਖ ਤੇ ਉਗੜ ਮਿਰਦੰਗ ਬਜਾਵੇਂ
ਧੁਨ ਕਿੰਨਰ ਸੋ ਬੀਨ ਮਲਾਵੇਂ, ਬੀਨ ਉਪੰਗ ਬਾਂਸਰੀ ਬਾਜੈ, ਢਾਡੀ ਜੰਤਰ ਅਮਿੰਤਰੀ ਰਾਜੈ। ਸੁਰ ਮੰਡਲ ਬਾਜੇ ਕਣਤੰਤੀ, ਰੁਦਰ ਬੀਨ ਬਾਜੇ ਬਹੁਪੰਤੀ, ਅਵਜ ਤਾਲ ਕੰਠ ਤਾਲ ਬਜਾਵੇਂ, ਅਗਣਤ ਤਾਲ ਤਰੰਗ ਸੁਣਾਵੇਂ, ਜਲ ਤਰੰਗ ਅੰਮ੍ਰਿਤ ਕੁੰਡਲੀ, ਕੁੰਭਰ ਬਾਜੇ ਮਿਲੀ ਧੁਨ ਭਲੀ। ਦੋਹਰਾ ਬਾਜੇ ਸਰਬ ਸੰਗੀਤ ਗਤ, ਤਤ ਬਿਰਤ ਕਨ ਤਾਲ, ਬਹੁਰ ਅਲਾਪੇ ਰਾਗ ਖੱਟ, ਪੰਚ ਪੰਚ ਸੰਗ ਬਾਲ। ਭਾਵ ਫਿਰ ਹਰ ਪ੍ਰਕਾਰ ਦੇ ਸਾਜ਼ਾਂ ਨਾਲ ਉਹਨਾਂ ਖੱਟ ਭਾਵ 6 ਰਾਗਾਂ ਉਹਨਾਂ ਦੀਆਂ ਪੰਜ ਪੰਜ ਬਾਲਕਾਵਾਂ ਸਹਿਤ ਗਾਏ। ਰਾਗ ਏਕ ਸੰਗ ਪੰਚ ਬਰੰਗਨ ਚੌਪਈ, ਰਾਗ ਏਕ ਸੰਗ ਪੰਚ ਬਰੰਗਨ, ਸੰਗ ਅਲਾਪੇ ਆਠੋ ਨੰਦਨ, ਪ੍ਰਥਮ ਰਾਗ ਭੈਰੋਵੇ ਕਰਹੀ, ਪੰਚ ਰਾਗਨੀ ਸੰਗ ਉਚਰਹੀ, ਪ੍ਰਥਮ ਭੈਰਵੀ ਬਿਲਾਵਲੀ, ਪੁਨਿਆ ਕੀ ਗਾਵੇਂ ਬੰਗਲੀ, ਪੁਨ ਅਸਲੇਖੀ ਕੀ ਪਈ ਬਾਰੀ, ਇਹ ਭੈਰੋਂ ਕੀ ਪਾਂਚੋ ਨਾਰੀ, ਪੰਚਮ ਹਰੇਕ ਦਿਸਾਕ ਸੁਨਾਵੇਂ, ਬੰਗਾਲਾ ਮਦ ਮਦ ਵਗਾਵੇਂ। ਦੋਹਰਾ ਲਲਿਤ ਬਿਲਾਵਲ ਗਾਵਹੀ, ਆਪਣੀ ਆਪਣੀ ਭਾਂਤ, ਆਠ ਪੁੱਤਰ ਭੈਰਵ ਕੇ, ਗਾਇਨ ਗਾਵਨ ਪਾਤਰ ਚੌਪਈ। ਦੁਤੀਆ ਮਾਲ ਕੌਸਕ ਅਲਾਪੇ, ਸੰਗ ਰਾਗਨੀ ਪਾਂਚੋਂ ਥਾਪੇ, ਗੌਂਡ ਕਰੀ ਅਰ ਦੇਵ ਗੰਧਾਰੀ, ਗੰਧਾਰੀ ਸੀ ਹੋਤੀ ਉਚਾਰੀ, ਧਨਾਸਰੀ ਏ ਪਾਂਚੋਂ ਗਾਈ, ਮਾਲ ਕੌਸ ਰਾਗ ਸੰਗ ਲਾਈ, ਮਾਰੂ ਮਸਤ ਅੰਗ ਮੇਵਾਰਾ, ਪਰਬਲ ਚੰਦ ਕੌਸੁਕ ਉਭਾਰਾ, ਕੌ ਖਟ ਆਓ ਪੌਰਾਨੰਦ ਗਾਏ, ਮਾਲ ਕੌਸ ਰਾਗ ਸੰਗ ਲਾਏ। ਸੋਰਠਾ ਪੁਨ ਆਇਓ ਹਿੰਡੋਲ, ਪੰਚ ਨਾਰ ਸੰਗ ਅਸ਼ਟ ਸੋਤ, ਉੱਠੇ ਤਾਨ ਕਲੋਲ, ਗਾਵੇ ਤਾਲ ਮਲਾਇਕੈ। ਚੌਪਈ ਤੇ ਲੰਗੀ ਦੇਵ ਕਰੀ ਆਈ, ਬਸੰਤੀ ਸਿੰਧੂਰ ਸੁਹਾਈ, ਸਰਸ ਅਹੀਰੀ ਲੈ ਭਰ ਜਾ, ਸੰਗ ਲਾਈ ਪਾਂਚੋਂ ਆਰਜਾ, ਸੁਰਮਾਨੰਦ ਭਾਸਕਰ ਆਏ, ਚੰਦਰ ਬਿੰਬ ਮੰਗਲਨ ਸੁਹਾਏ, ਪੰਚ ਬਾਨ ਉਹ ਆਏ ਬਿਨੂਦਾ, ਗਾਵੇ ਸਰਸ ਬਸੰਤ ਕਮੋਦਾ, ਅਸ਼ਟ ਪੁੱਤਰ ਉਨ ਕਹੇ ਸਵਾਰੀ, ਉਨੇ ਆਈ ਦੀਪਕ ਕੀ ਬਾਰੀ। ਦੋਹਰਾ ਕਾ ਛੇਲੀ ਪੱਟ ਮੰਜਰੀ, ਟੋਡੀ ਕਹੀ ਆਲਾਪ, ਕਾ ਮੋਦੀ ਔ ਗੁਜਰੀ, ਸੰਗ ਦੀਪਕ ਕੇ ਥਾਪ। ਚੌਪਈ ਕਾ ਲਿੰਗੀ ਕੁੰਤਲ ਔ ਰਾਮਾ, ਕਮਲ ਕੁਸਮ ਚੰਪਕ ਕੇ ਨਾਮਾ, ਗੌਰਾ ਔ ਕਾਨਰਾ ਕਲਿਆਣਾ, ਅਸ਼ਟ ਪੁੱਤਰ ਦੀਪਕ ਕੇ ਜਾਨਾ, ਸਭ ਮਿਲ ਸ੍ਰੀ ਰਾਗਵੇਂ ਗਾਵੇਂ, ਪਾਂਚੋਂ ਸੰਗ ਬਰੰਗਨ ਲਾਵੇਂ, ਬਹਿਰਾਰੀ ਕਰਨਾਟੀ ਧਰੀ, ਗੌਰੀ ਗਾਵੇਂ ਆਸਾਵਰੀ, ਪੁਨ ਪਾਛੈ ਸਿੰਘ ਵੀ ਆਲਾਪੀ, ਸ੍ਰੀ ਰਾਗ ਸੰਗ ਪਾਂਚੋਂ ਥਾਪੀ। ਰਾ ਮਾਲਵ ਸਾਰੰਗ ਸਾਗਰਾ, ਔਰ ਗੌਂਡ ਗੰਭੀਰ, ਆਠ ਪੁੱਤਰ ਸ੍ਰੀ ਰਾਗ ਕੇ, ਗੁੰਡ ਕੁੰਭ ਹਮੀਰ। ਚੌਪਈ ਖਸਟ ਮੇਘ ਰਾਗਵੇਂ ਗਾਵੇਂ, ਪਾਂਚੋਂ ਸੰਗ ਬਰੰਗਾਂ ਲਾਵੇਂ, ਸੋਠ ਗੌਂਡ ਮਲਾਰੀ ਧੁਨੀ, ਪੁਨ ਗਾਵੇਂ ਆਸਾ ਗੁਣਗੁਣੀ, ਉੱਚੇ ਸੁਰ ਸੂਹਵ ਪੁਨ ਕੀਨੀ, ਮੇਘ ਰਾਗ ਸੇ ਪਾਂਚੋਂ ਚੀਨੀ, ਬਹਿਰਾਟੀ ਗਜ ਧਰ ਕੇ ਧਾਰਾ, ਜਲ ਧਰ ਓ ਨਟ ਜਬਲੀ ਤਾਰਾ, ਪੁਨ ਗਾਵੇਂ ਸ਼ੰਕਰ ਓ ਸਿਆਮਾ, ਮੇਘ ਰਾਗ ਪੁੱਤਰਨ ਕੇ ਨਾਮਾ। ਦੋਹਰਾ ਖਸ਼ਟ ਰਾਗ ਉਨ ਮਿਲ ਕਹੇ, ਸੰਗ ਰਾਗਨੀ ਤੀਸ, ਸਭੇ ਪੁੱਤਰ ਰਾਗਨ ਕੇ ਅਠਾਰਾਂ ਦਸ ਬੀਸ। ਹੁਣ ਦੇਖੋ ਉੱਪਰ ਅੰਕ 33, ਉਸ ਤੋਂ ਅੱਗੇ ਰਾਗ ਏਕ ਸੰਗ ਪੰਚ ਬਰੰਗਨ, ਸੰਗ ਅਲਾਪੇ,
ਆਠੋਂ ਨੰਦਨ, ਭਾਵ ਇੱਕ ਇੱਕ ਰਾਗ ਨੇ ਆਪਣੀਆਂ ਪੰਜ ਪੰਜ ਬਾਲਿਕਾਵਾਂ ਨਾਲ ਅਤੇ ਅੱਠ ਅੱਠ ਪੁੱਤਰਾਂ ਨਾਲ ਇਸ ਬੰਦ ਨੂੰ 34 ਦੀ ਪੰਕਤੀ ਨੂੰ ਅਤੇ 33 ਦੀ ਸਮਾਪਤੀ ਨਾਲ ਜੋੜ ਕੇ ਕਾਵਿ ਲੜੀ ਆਪਣੇ ਆਪ ਸਪਸ਼ਟ ਹੋ ਜਾਂਦੀ ਹੈ। ਇੱਥੋਂ ਲੈ ਕੇ ਖਸਟ ਰਾਗ ਉਨ ਮਿਲ ਕਹੇ ਸੰਗ ਰਾਗਨੀ 30 ਸਭੇ ਪੁੱਤਰ ਰਾਗਣ ਕੇ 18, 10, 20 ਅੰਕ ਨੰਬਰ 34 ਤੋਂ ਅੰਕ ਨੰਬਰ 38 ਤੀਕ ਇਸ ਕਾਵਿ ਦਾ ਉਹ ਹਿੱਸਾ ਹੈ ਜਿਸ ਨੂੰ ਕਿਸੇ ਅਣਜਾਣ ਨੇ ਰਾਗਮਾਲਾ ਦਾ ਸਿਰਲੇਖ ਦੇ ਕੇ ਆਦਿਬੀੜ ਦੇ ਅੰਤ ਵਿੱਚ ਮੁੰਦਾਵਣੀ ਤੋਂ ਬਾਅਦ ਜੋੜ ਦਿੱਤਾ ਹੈ ਅਤੇ ਇੱਥੇ ਅੰਕ ਨੰਬਰ 33 ਵਿੱਚ ਬਹੁਰ ਅਲਾਪੇ ਰਾਗ ਖੱਟ 6 ਅਤੇ ਬੰਦ ਨੰਬਰ 34 ਇੱਥੇ ਪ੍ਰਚਲਿਤ ਰਾਗਮਾਲਾ ਵਿੱਚ ਪਹਿਲਾ ਬੰਦ ਵਿੱਚ ਖਸ਼ਟ 6 ਰਾਗ ਉਨ ਗਾਏ ਸ਼ਬਦਾਵਲੀ ਅਤੇ ਪੰਕਤੀਆਂ ਦੀ ਚਲੰਤ ਧੁਨ ਖਾਸ ਧਿਆਨ ਮੰਗਦੀਆਂ ਹਨ। ਅੰਕ ਨੰਬਰ 38 ਤੋਂ ਤੁਰੰਤ ਬਾਅਦ ਅੰਕ ਨੰਬਰ 39 ਅਤੇ 40 ਇਸ ਪ੍ਰਕਾਰ ਹਨ। ਚੌਪਈ ਗਾਏ ਰਾਗ ਰਾਗਨ ਸੰਚੀਤਾ ਪੁਨਮੇ ਮੁਖ ਉਗਟੈ ਸੰਗੀਤਾ ਰੰਗ ਭੂਮ ਬਹੁ ਭਾਂਤ ਸਵਾਰੀ ਤਾਲ ਮਲਾਇਕੈ ਕਰੇ ਨ੍ਰਿਤਕਾਰੀ ਦੀਵਟ ਦੀਪ ਜਰੇ ਬਹੁ ਭਾਂਤੀ ਬਹੁਤ ਮਸਾਲ ਮੈਨ ਕੀ ਬਾਤੀ ਅੰਤਰ ਓਰ ਪਿਸ਼ੋਰੀ ਕੀਨੀ ਪੋਪ ਮੰਜਰੀ ਦੋਹ ਕਰ ਲੀਨੀ ਸਭ ਮਿਲ ਸ੍ਰੀ ਰਾਗ ਮੈਂ ਗਾਵੇਂ ਸ਼ੰਕਰ ਗੌਰ ਗਣੇਸ਼ ਮਨਾਵੇਂ ਖੜਗ ਰਿਖਬ ਗੰਧਾਰ ਮਧਬ ਪੰਚਮ ਤੈਵਤਾ ਔਰ ਨਿਖਾਦ ਉਚਾਰ ਇਹ ਸਭ ਗਾਏ ਸਪਤ ਸੁਰ। ਚੌਪਈ ਪੁਨ ਮਿਲ ਸਕਲ ਏਕ ਸੁਰ ਕੀਨੇ ਰੰਗ ਭੂਮ ਪਾਤਰ ਪਗ ਦੀਨੇ ਸਰਸ ਰਾਗ ਸੁਰ ਪਿਰ ਮਿਲ ਬੋਲੈ ਤਾਲ ਧਰ ਸੰਗ ਲਾਗੇ ਡੋਲੈ ਤਥੇਹੀ ਕਰਹੀ ਤੁੰਬਕ ਤੁੰਬਕ ਮੁਖ ਉਚਰਹੀ ਅਸਤ ਤਤ ਅਸਤ ਤਤ ਅਸਤ ਤੰਗਾ ਦਿਮ ਦਿਮ ਧੁਨ ਬਾਜੇ ਮਿਰਦੰਗਾ ਝਿਟਕ ਝਿਟਕ ਕਰਤੀ ਔ ਕੌਤਕ ਝਟਕ ਝਟਕ ਨਾਚੇ ਬਹੁਤੀ ਗਤ। ਦੁਹਰਾ ਝੁਟਕ ਝੁਟਕ ਝੁਟਕੇ ਝੁਟਕ ਉੱਠੇ ਅਨੇਕ ਤਰੰਗ ਅੱਕ 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 ਉਚਰੇ ਦਿਮ 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 ਮਿਰਦੰਗ। ਇਸ ਤਰ੍ਹਾਂ ਮਾਧਵਾ ਨਲ ਦੇ ਨ੍ਰਿਤ ਮੰਡਲ ਵਿੱਚ ਦਾਖਲ ਹੋਣ ਉਪਰੰਤ ਰਾਜੇ ਵੱਲੋਂ ਬ੍ਰਾਹਮਣ ਹੋਣ ਦੇ ਨਾਤੇ ਅਤੇ ਸੰਗੀਤ ਕਲਾ ਪ੍ਰੇਮੀ ਹੋਣ ਦੇ ਨਾਤੇ ਮਾਧਵ ਨਲ ਨੂੰ ਜੋ ਸਨਮਾਨ ਦਿੱਤਾ ਗਿਆ ਉਸ ਦੇ ਨਾਲ ਹੀ ਇੱਥੇ ਹੁਣ ਦੋ ਕਾਮ ਅਤੇ ਸੁੰਦਰਤਾ ਦੀਆਂ ਮੂਰਤਾਂ ਵੀ ਆਹਮਣੇ ਸਾਹਮਣੇ ਸਨ। ਵਾਤਾਵਰਨ ਬੜਾ ਗਰਮ ਅਤੇ ਕਾਮੁਕ ਹੋ ਚੁੱਕਾ ਸੀ। ਵਾਤਾਵਰਨ ਵਿੱਚ ਉੱਠੀ ਇਹ ਗਰਮੀ ਅਤੇ ਕਾਮ ਕੰਦਲਾ ਦੇ ਮਨ ਵਿੱਚ ਮਾਧਵ ਨਾਲ ਵਾਸਤੇ ਉੱਠੀ ਤਰੰਗ ਹੀ ਸੀ ਜੋ ਉਸਨੇ ਆਪਣੀਆਂ ਸਹਿਯੋਗਣਾਂ ਸਹਿਤ ਰਾਗਮਾਲਾ ਵਿਚਲੇ 6 ਦੇ 6 ਰਾਗ ਰਾਗਣੀਆਂ ਸਹਿਤ ਇੱਕੋ ਸਾਹ ਗਾਏ। ਕਹਾਣੀ ਅਨੁਸਾਰ ਇਸ ਸਮੇਂ ਕਾਮ ਕੰਦਲਾ ਨੇ ਆਪਣੇ ਸਰੀਰ ਉੱਪਰ ਜੋ ਅੰਗੀਆਂ ਧਾਰਨ ਕੀਤੀਆਂ ਹੋਈਆਂ ਸੀ ਉਹ ਹੀ ਅਸਲ ਵਿੱਚ ਅੰਗੀਆਂ ਨਹੀਂ ਸੀ ਬਲਕਿ ਚੰਦਨ ਦੇ ਲੇਪ ਰਾਹੀਂ ਅੰਗੀਆਂ ਦਾ ਪ੍ਰਭਾਵ ਦਿੱਤਾ ਗਿਆ ਸੀ। ਜਦੋਂ ਕਿ ਨਾਚੀ ਨਾਚ ਵਿੱਚ ਮਸਤ ਸੀ ਚੰਦਨ ਦੀ ਖੁਸ਼ਬੂ ਕਾਰਨ ਇੱਕ ਭਵਰਾ ਉੱਡਦਾ ਉੱਡਦਾ ਆ ਕੇ ਉਸਦੇ ਇੱਕ ਅਸਥਨ 'ਤੇ ਅਗਰ ਉੱਪਰ ਆ ਬੈਠਾ ਜਿਸ ਨੂੰ ਨਾਚੀ ਨੇ ਆਪਣੇ ਨਾਚ ਨਾਲ ਅਤੇ ਤਾਲ ਵਿੱਚ ਬਿਨਾਂ ਵਿਘਨ ਪਾਏ ਕੇਵਲ ਆਪਣੇ ਸਵਾਸ ਰੋਕ ਕੇ ਹਵਾ ਦਾ ਦਬਾਓ ਵਧਾ ਕੇ ਹੀ ਆਪਣੇ ਅਸਥਨਾਂ ਨੂੰ ਹਿਲਾਇਆ ਅਤੇ ਭਵਰੇ ਨੂੰ ਉਡਾ ਦਿੱਤਾ। ਚੰਦਨ ਦੀਆਂ ਅੰਗੀਆਂ ਅਤੇ ਭਵਰੇ ਦੇ ਬੈਠਣ ਉੱਠਣ ਦੇ ਭੇਦ ਨੂੰ ਸਾਰੀ ਸਭਾ ਵਿੱਚੋਂ ਕੇਵਲ ਮਾਧਵਾ ਨਾਲ ਹੀ ਸਮਝ ਸਕਿਆ।
ਉਨਾਚੀ ਦੀ ਰਾਗ ਸੰਗੀਤ ਕਲਾ ਤੋਂ ਇਤਨਾ ਪ੍ਰਭਾਵਿਤ ਹੋਇਆ ਕਿ ਰਾਜੇ ਤੋਂ ਪ੍ਰਾਪਤ ਸਾਰੇ ਗਹਿਣੇ ਅਤੇ 2 ਕਰੋੜ ਟਕੇ ਦੀ ਭੇਟਾ ਸਾਰੀ ਨਾਚੀ ਦੇ ਅਰਪਣ ਕਰ ਦਿੱਤੀ। ਪਾਠਕ ਹੁਣ ਤੀਕ ਪੂਰੀ ਤਰ੍ਹਾਂ ਸਮਝ ਚੁੱਕੇ ਹੋਣਗੇ ਕਿ ਰਾਗਮਾਲਾ ਵਿੱਚ ਜੋ ਬਾਰ ਬਾਰ ਇਹ ਸ਼ਬਦ ਆਏ ਹਨ, ਅਲਾਪੇ ਪ੍ਰਥਮ ਰਾਗ ਭੈਰੋਵੇ ਕਰਹੀ ਲਲਿਤ ਬਿਲਾਵ ਗਾਵਹੀ ਸਭ ਮਿਲ ਸ੍ਰੀ ਰਾਗਮੇ ਗਾਵੇ ਅਤੇ ਖਸ਼ਟ ਰਾਗ ਉਨ ਗਾਏ ਆਦਿ ਕਿਸ ਵਾਸਤੇ ਆਏ ਹਨ। ਸਪਸ਼ਟ ਹੈ ਕਿ ਇਹ ਸਾਰੇ ਸ਼ਬਦ ਉਸ ਨਾਚੀ ਕਾਮਕੰਦਲਾ ਅਤੇ ਉਸ ਦੀਆਂ ਸਹਿਯੋਗਣਾਂ ਵਾਸਤੇ ਆਏ ਹਨ। ਹੁਣ ਕਹਾਣੀ ਅੱਗੇ ਚੱਲਦੀ ਹੈ। ਜਦੋਂ ਬ੍ਰਾਹਮਣ ਨੇ ਰਾਜਾ ਤੋਂ ਪ੍ਰਾਪਤ ਸਾਰੀ ਦਸ਼ਨਾ ਆਦਿ ਉਸ ਨਾਚੀ ਵੇਸ਼ਿਆ ਦੇ ਅਰਪਣ ਕਰ ਦਿੱਤੀ ਤਾਂ ਰਾਜਾ ਇਸ ਤੇ ਬਹੁਤ ਕ੍ਰੋਧਿਤ ਹੋਇਆ। ਉਸ ਨੇ ਬ੍ਰਾਹਮਣ ਨੂੰ ਬੁਰਾ ਭਲਾ ਕਿਹਾ ਕਿ ਇਹ ਭਿਖਾਰੀ ਬ੍ਰਾਹਮਣ, ਅੱਜ ਤੂੰ ਮੇਰੇ ਤੋਂ ਵੱਧ ਕੇ ਦਾਨੀ ਬਣਨ ਦਾ ਯਤਨ ਕਰ ਰਿਹਾ ਹੈ, ਪਰਦੇਸੀ, ਕਿਸ ਗੱਲ ਤੋਂ ਤੂੰ ਪ੍ਰਭਾਵਿਤ ਹੋਇਆ ਸੀ? ਇਸ ਤੇ ਬ੍ਰਾਹਮਣ ਨੇ ਨਾਚੀ ਰਾਹੀਂ ਕੇਵਲ ਸਵਾਸ ਦੇ ਜ਼ੋਰ, ਅਸਥਨਾ ਤੋਂ ਭਵਰੇ ਨੂੰ ਉਡਾਉਣ ਦੀ ਗੱਲ ਅਤੇ ਕੇਵਲ ਚੰਦਨ ਦੇ ਲੇਪ ਤੋਂ ਦਿੱਤੇ ਗਏ ਅੰਗੀਆਂ ਦੇ ਪ੍ਰਭਾਵ ਦੀ ਗੱਲ ਦੱਸੀ ਅਤੇ ਸਾਰੇ ਰਾਜ ਦਰਬਾਰ ਤੇ ਸਾਰੇ ਸਭਾ ਨੂੰ ਮੂਰਖਾਂ ਦੀ ਸਭਾ ਦੱਸਿਆ, ਜੋ ਕਲਾ ਦੀ ਅਗਮਤਾ ਨੂੰ ਨਹੀਂ ਸੀ ਦੇਖ ਸਕਦੀ। ਭਰੀ ਸਭਾ ਵਿੱਚ ਇਸ ਅਪਮਾਨ ਤੇ ਰਾਜਾ ਹੋਰ ਵੀ ਵੱਧ ਕ੍ਰੋਧਵਾਨ ਹੋਇਆ ਅਤੇ ਤਲਵਾਰ ਨਾਲ ਬ੍ਰਾਹਮਣ ਦੇ ਟੁਕੜੇ ਕਰਨੇ ਚਾਹੇ। ਬ੍ਰਹਮ ਹੱਤਿਆ ਤੋਂ ਡਰਦਾ ਇੰਝ ਨਾ ਕਰ ਸਕਿਆ ਅਤੇ ਉਸ ਨੂੰ ਆਪਣੇ ਦੇਸ਼ ਵਿੱਚੋਂ ਨਿਕਲ ਜਾਣ ਦਾ ਹੁਕਮ ਕੀਤਾ। ਨਾਲ ਹੀ ਹੁਕਮ ਕੀਤਾ ਕਿ ਜਿਹੜਾ ਵਿਅਕਤੀ ਮੇਰੇ ਰਾਜ ਵਿੱਚ ਇਸ ਬ੍ਰਾਹਮਣ ਨੂੰ ਸ਼ਰਨ ਦੇਵੇਗਾ, ਉਸ ਦੇ ਸਰੀਰ ਦੀ ਖਲੜੀ ਉਤਰਵਾ ਕੇ ਉਸ ਵਿੱਚ ਭੂਸਾ ਪਰਵਾ ਦਿੱਤਾ ਜਾਵੇਗਾ। ਬ੍ਰਾਹਮਣ ਨੇ ਵੀ ਜਾਂਦੇ ਜਾਂਦੇ ਸਰਾਪ ਦਿੱਤਾ ਕਿ ਹੇ ਰਾਜਾ, ਮੈਂ ਬ੍ਰਾਹਮਣ ਹਾਂ ਅਤੇ ਵੱਡੇ ਵੱਡੇ ਰਾਜੇ ਮੇਰੇ ਪੈਰ ਧੋ ਕੇ ਪੀਂਦੇ ਹਨ। ਤੂੰ ਜੇ ਮੇਰੀ ਬ੍ਰਾਹਮਣ ਦੀ ਹੱਤਿਆ ਕਰ ਦਿੰਦਾ ਤਾਂ ਇਹ ਬ੍ਰਹਮ ਹੱਤਿਆ ਤੇਰੇ ਤੋਂ ਨਹੀਂ ਸੀ ਟਲ ਸਕਦੀ ਅਤੇ ਇਹ ਜੋ ਤੂੰ ਬ੍ਰਾਹਮਣ ਦੀ ਨਰਾਦਰੀ ਕੀਤੀ ਹੈ, ਇਸ ਦਾ ਫਲ ਤੈਨੂੰ ਭੁਗਤਣਾ ਪਵੇਗਾ। ਰਾਜਾ ਵੀ ਬੜਾ ਚਿੰਤਤ ਹੋਇਆ, ਕਿਉਂ ਜੋ ਇੱਕ ਨੀਚ ਕਰਮ ਬ੍ਰਾਹਮਣ ਕਾਰਨ ਉਸ ਉੱਪਰ ਬ੍ਰਾਹਮਣ ਅਪਮਾਨ ਦਾ ਦੋਸ਼ ਆਇਆ ਸੀ। ਉਪਰੰਤ ਪਹਿਲਾਂ ਬ੍ਰਾਹਮਣ ਉਸ ਵੇਸ਼ਿਆ ਕਾਮ ਕੰਦਲਾ ਦੇ ਘਰ ਗਿਆ। ਵੇਸ਼ਵਾ ਤਾਂ ਮਾਧਵ ਨਾਲ ਦੇ ਵਿਰਾਗ ਵਿੱਚ ਵਿਆਕੁਲ ਸੀ ਅਤੇ ਉਸ ਬ੍ਰਾਹਮਣ ਤੋਂ ਆਪਣੀ ਕਾਮ ਤ੍ਰਿਪਤੀ ਦੀ ਉਡੀਕ ਵਿੱਚ ਬੈਠੀ ਸੀ। ਉਪਰੰਤ ਦੋਹਾਂ ਦਾ ਵਿਛੜਨਾ ਅਸੰਭਵ ਸੀ, ਪਰ ਨਾਚੀ ਉੱਪਰ ਕਿਧਰੇ ਰਾਜੇ ਦੀ ਕਰੋਪੀ ਹੀ ਨਾ ਹੋ ਜਾਵੇ। ਬ੍ਰਾਹਮਣ ਨੇ ਦੁਖੀ ਹਿਰਦੇ ਨਾਲ ਕਾਮ ਕੰਦਲਾ ਨੂੰ ਸਮਝਾ ਬੁਝਾ ਕੇ ਦੇਸ਼ ਵਿੱਚੋਂ ਬਾਹਰ ਜਾਣ ਵਾਸਤੇ ਵਿਦਾ ਲਈ। ਜਾਣ ਤੋਂ ਪਹਿਲਾਂ 2 ਰਾਤਾਂ ਬ੍ਰਾਹਮਣ ਉਸ ਕਾਮ ਕੰਦਲਾ ਦੇ ਘਰ ਰਿਹਾ, ਸੇਜਾ ਵਿਛਾਈ ਅਤੇ ਸੰਭੋਗ ਵੀ ਕੀਤਾ। ਇੱਥੇ ਕਵੀ ਨੇ ਇਸ ਰਚਨਾ ਦੇ ਕਾਫ਼ੀ ਵੱਡੇ ਹਿੱਸੇ ਵਿੱਚੋਂ ਮਾਨੋ ਓਕ ਸ਼ਾਸਤਰ ਦਾ ਖੁੱਲ੍ਹਾ ਅਤੇ ਨਿਰਲੇਜ ਵਰਣਨ ਕੀਤਾ ਹੈ। ਜੇ ਦਿਨ ਪ੍ਰਭਾਤ ਹੁੰਦੇ ਹੀ ਬ੍ਰਾਹਮਣ ਨਗਰੀ ਵਿੱਚੋਂ ਕੂਚ ਕਰ ਗਿਆ। ਵਿਦਾਇਗੀ ਸਮੇਂ ਕਾਮ ਕੰਦਲਾ ਦੀਆਂ ਸਹੇਲੀਆਂ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਮਾਧਵਾ ਨਾਲ ਦੀਆਂ ਬਾਹਾਂ ਵਿੱਚੋਂ ਛੁਡਵਾਇਆ ਅਤੇ ਉਹ ਮੂਰਛਿਤ ਹੋ ਡਿੱਗ ਪਈ। ਉਸ ਦੀ ਮੂਰਛਾ ਖਤਮ ਹੋਣ ਦਾ ਇੱਕੋ ਹੀ ਢੰਗ ਸੀ, ਜਦੋਂ ਉਸ ਦੇ ਕੰਨਾਂ ਵਿੱਚ ਮਾਧਵਾ ਨਾਲ ਦਾ ਨਾਮ ਲਿਆ ਜਾਂਦਾ। ਉਸ ਦੀ ਮੂਰਛਾ ਖੁੱਲ੍ਹਦੀ ਨਹੀਂ ਤਾਂ ਬੇਹਾਲ ਅਤੇ ਮੂਰਛਿਤ ਹੀ ਰਹਿੰਦੀ। ਦੂਜੇ ਪਾਸੇ ਬ੍ਰਾਹਮਣ ਦੀ ਹਾਲਤ ਕਾਮ ਕੰਦਲਾ ਵਿਯੋਗ ਵਿੱਚ ਉਸ ਤੋਂ ਵੀ ਮਾੜੀ ਸੀ। ਕਾਮ ਕੰਦਲਾ ਦੇ ਵਿਯੋਗ ਵਿੱਚ ਉਸ ਦਾ ਸਰੀਰ ਮਾਨੋ ਮਾਸ ਰਹਿਤ ਹੱਡੀਆਂ ਦਾ ਪਿੰਜਰ ਹੀ ਹੋ ਚੁੱਕਾ ਸੀ। ਬ੍ਰਾਹਮਣ ਕਾਮ ਕੰਦਲਾ ਦੀ ਬਿਰਹੋਂ ਵਿੱਚ ਭਟਕਦਾ ਬੇਹਾਲ ਹੁੰਦਾ ਉਦੈਨ ਨਗਰੀ ਦੇ ਰਾਜਾ ਵਿਕਰਮਾਜੀਤ ਕੋਲ ਪੁੱਜਾ।
ਰਾਜਾ ਨੇ ਬ੍ਰਾਹਮਣ ਜਾਣ ਕੇ ਉਸ ਦੀ ਪੂਜਾ ਅਰਚਨਾ ਕੀਤੀ, ਮੰਦਰ ਵਿੱਚ ਲੈ ਗਿਆ, ਉਸ ਦੇ ਚਰਨ ਧੋ ਕੇ ਉਸ ਦੀ ਆਰਤੀ ਉਤਾਰੀ ਅਤੇ ਉਸ ਦੀ ਇੱਛਾ ਪੁੱਛੀ। ਸਤਵਾ ਨਲ ਨੇ ਮੰਗ ਕੀਤੀ ਕਿ ਉਸ ਨੂੰ ਕਾਮ ਕੰਦਲਾ ਦਵਾ ਦਿੱਤੀ ਜਾਵੇ, ਉਹ ਉਸ ਤੋਂ ਬਿਨਾਂ ਜ਼ਿੰਦਾ ਨਹੀਂ ਰਹਿ ਸਕਦਾ। ਰਾਜਾ ਬ੍ਰਾਹਮਣ ਦੀ ਮੰਗ ਨੂੰ ਕਿਵੇਂ ਟਾਲਦਾ? ਜੇ ਟਾਲਦਾ ਤਾਂ ਇਹ ਵੀ ਡਰ ਸੀ ਕਿਧਰੇ ਬ੍ਰਾਹਮਣ ਦੀ ਕੰਦਲਾ ਦੇ ਵਿਯੋਗ ਵਿੱਚ ਮੌਤ ਵੀ ਹੋ ਸਕਦੀ ਸੀ ਅਤੇ ਉਸ ਉੱਪਰ ਬ੍ਰਹਮ ਹੱਤਿਆ ਲੱਗ ਜਾਣੀ ਸੀ, ਜਿਸ ਦਾ ਕਿਸੇ ਤਰ੍ਹਾਂ ਵੀ ਪਛਤਾਪ ਨਹੀਂ ਸੀ ਹੋ ਸਕਦਾ। ਇਸ ਤਰ੍ਹਾਂ ਰਾਜੇ ਨੇ ਮਾਧਵ ਨੂੰ ਕਾਮ ਕੰਦਲਾ ਦਿਲਵਾਉਣ ਲਈ ਨਿਰਣਾ ਕਰ ਲਿਆ ਅਤੇ ਕਾਮਾਵਤੀ ਨਗਰੀ ਉੱਪਰ ਚੜ੍ਹਾਈ ਦਾ ਐਲਾਨ ਕਰ ਦਿੱਤਾ। ਇਸ ਲੜਾਈ ਵਾਸਤੇ ਦੇਸ਼ ਦੇਸ਼ ਦੇ ਰਾਜਿਆਂ ਨੂੰ ਸੱਦਾ ਦਿੱਤਾ ਗਿਆ। 52 ਕਰੋੜ ਟੁਕੜੀਆਂ ਵਿੱਚ ਫੌਜ ਜੋੜੀ ਗਈ, ਭਾਂਤ ਭਾਂਤ ਦੇ ਹਥਿਆਰ ਨਾਲ ਲਏ ਗਏ। ਇਸ ਫੌਜ ਵਿੱਚ 9,000 ਹਾਥੀ ਸਨ, 20 ਲੱਖ ਸੈਨਾ ਘੋੜ ਸਵਾਰ ਅਤੇ ਪੈਦਲ ਦੀ ਤਾਂ ਗਿਣਤੀ ਹੀ ਨਹੀਂ ਸੀ। ਬੇਅੰਤ ਸੋਨੇ ਦੇ ਰੱਥ ਲੜਾਈ ਵਿੱਚ ਧੱਕ ਦਿੱਤੇ ਗਏ। ਜਦੋਂ ਫੌਜਾਂ ਕਾਮਾਵਤੀ ਨਗਰ ਤੋਂ 10 ਯੋਜਨ ਬਾਹਰ ਸਨ ਤਾਂ ਬਿਕਰਮਾਜੀਤ ਰਾਜੇ ਦੇ ਮਨ ਵਿੱਚ ਆਇਆ ਕਿ ਇਹ ਵੀ ਵੇਖਣਾ ਜ਼ਰੂਰੀ ਹੈ ਕਿ ਜਿਸ ਇਸਤਰੀ ਕਾਰਨ ਇਹ ਸਭ ਕੁਝ ਹੋ ਰਿਹਾ ਹੈ ਉਸ ਨੂੰ ਮਾਧਵਾ ਨਲ ਦੀ ਕਿਤਨੀ ਕੁ ਖਿੱਚ ਹੈ। ਇਹ ਜਾਣਨ ਲਈ ਰਾਜਾ ਆਪ ਭੇਸ ਬਦਲ ਕੇ ਸ਼ਹਿਰ ਵਿੱਚ ਕੰਦਲਾ ਦੇ ਮਕਾਨ 'ਤੇ ਪੁੱਜਾ। ਅੱਗੇ ਕੰਦਲਾ ਮਾਧਵ ਦੀ ਰੱਟ ਵਿੱਚ ਆਪਣਾ ਖਾਣਾ ਪੀਣਾ ਅਤੇ ਪਹਿਨਣਾ ਸਭ ਵਿੱਚ ਵਿਸਾਰ ਚੁੱਕੀ ਸੀ। ਸਰੀਰ ਪੀਲਾ ਪੈ ਚੁੱਕਾ ਸੀ, ਉਸ ਅੰਦਰ ਉਹ ਸੰਗੀਤ ਕਲਾ ਨਜ਼ਰ ਨਹੀਂ ਸੀ ਆ ਰਹੀ। ਰਾਜੇ ਨੇ ਸੋਚ ਕੇ ਕਿ ਜਦੋਂ ਕੰਦਲਾ ਦੇ ਮਨ ਵਿੱਚੋਂ ਮਾਧਵ ਦੀ ਆਸ ਮੁੱਕ ਜਾਵੇਗੀ ਤਾਂ ਸ਼ਾਇਦ ਇਹ ਆਪਣੀ ਸੰਭਾਲ ਕਰ ਲਵੇ। ਕੰਦਲਾ ਨੂੰ ਕਿਹਾ ਕਿ ਮਾਧਵ ਤਾਂ ਉਸਦੇ ਵਿਯੋਗ ਵਿੱਚ ਮਰ ਚੁੱਕਾ ਹੈ। ਇਹ ਸੁਣ ਕੇ ਨਾਚੀ ਸਹਿਣ ਨਾ ਕਰ ਸਕੀ ਅਤੇ ਆਪਣੇ ਪ੍ਰਾਣ ਤਿਆਗ ਦਿੱਤੇ। ਰਾਜਾ ਬਿਕਰਮਾਜੀਤ ਨੂੰ ਇਸ ਗੱਲ ਦਾ ਬਹੁਤ ਸਦਮਾ ਹੋਇਆ ਅਤੇ ਦੁਖੀ ਹਿਰਦੇ ਨਾਲ ਮੁੜ ਪਿਆ। ਜਦੋਂ ਜਾ ਕੇ ਮਾਧਵ ਨੂੰ ਕੰਦਲਾ ਦੀ ਮੌਤ ਬਾਰੇ ਰਾਜੇ ਨੇ ਦੱਸਿਆ ਤਾਂ ਬ੍ਰਾਹਮਣ ਮਾਧਵ ਦਾ ਹਸ਼ਰ ਵੀ ਕੰਦਲਾ ਵਾਲਾ ਹੀ ਹੋਇਆ ਅਤੇ ਉੱਥੇ ਹੀ ਢੇਰ ਹੋ ਗਿਆ। ਰਾਜੇ ਨੂੰ ਇਸ ਗੱਲ ਦਾ ਬੜਾ ਪਛਤਾਪ ਹੋਇਆ। ਇੱਕ ਨਿਰਦੋਸ਼ ਇਸਤਰੀ ਦੀ ਹੱਤਿਆ ਅਤੇ ਫਿਰ ਬ੍ਰਾਹਮਣ ਦੀ ਹੱਤਿਆ ਵਾਸਤੇ ਉਹ ਆਪਣੇ ਆਪ ਨੂੰ ਹੀ ਦੋਸ਼ੀ ਸਮਝ ਰਿਹਾ ਸੀ। ਬ੍ਰਾਹਮਣ ਹੱਤਿਆ ਦੇ ਪਛਤਾਪ ਵਜੋਂ ਜਿੰਦਾ ਚਿਤਾ ਵਿੱਚ ਸੜ ਮਰਨ ਦਾ ਨਿਸ਼ਚਾ ਕੀਤਾ। ਚੰਦਨ ਦੀ ਚਿਤਾ ਤਿਆਰ ਕਰਵਾਈ, ਗੰਗਾ ਜਲ ਲਿੱਤਾ, ਗਊਆਂ ਮਨਸੀਆਂ, ਤਿਲਕ ਲਗਾਏ, ਇਸ਼ਨਾਨ ਕੀਤਾ, ਧੋਤੀ ਪਹਿਨ ਸੂਰਜ ਨੂੰ ਨਮਸਕਾਰ ਕੀਤਾ ਅਤੇ ਚਿਤਾ ਵਿੱਚ ਬੈਠਣ ਦੀ ਤਿਆਰੀ ਕੀਤੀ। ਜਦੋਂ ਰਾਜੇ ਨੇ ਸੂਰਜ ਦੇਵਤੇ ਨੂੰ ਨਮਸਕਾਰ ਕੀਤੀ ਤਾਂ ਸਵਰਗ ਲੋਕ ਦੇ ਦੇਵਤਿਆਂ ਵਿੱਚ ਹਲਚਲ ਮੱਚ ਗਈ। ਸਾਰੇ ਦੇਵਤੇ ਬਿਆਨਾਂ 'ਤੇ ਚੜ੍ਹ ਕੇ ਇਹ ਦੇਖਣ ਲਈ ਉਮੜ ਆਏ। ਰਾਜਾ ਇੰਦਰ ਅਤੇ ਗੰਧਰਵ ਕਿੰਨਰ ਆਦਿ ਨੂੰ ਰਾਜੇ ਦੇ ਨਿਰਦੋਸ਼ ਮਰਨ ਦੀ ਚਿੰਤਾ ਹੋਈ। ਉਹਨਾਂ ਰਾਜੇ ਨੂੰ ਬਚਾਉਣ ਲਈ ਬੇਤਾਲ ਨੂੰ ਆਗਿਆ ਕੀਤੀ। ਬੇਤਾਲ ਦੇਵ ਲੋਕ ਵਿੱਚੋਂ ਅੰਮ੍ਰਿਤ ਕਲਸ਼ ਲੈ ਕੇ ਆ ਪੁੱਜਾ ਅਤੇ ਮਾਧਵ ਨੂੰ ਜ਼ਿੰਦਾ ਕਰ ਦਿੱਤਾ, ਜਿਸ 'ਤੇ ਰਾਜੇ ਨੇ ਬੇਤਾਲ ਦਾ ਧੰਨਵਾਦ ਕੀਤਾ ਅਤੇ ਉਸ ਪਾਸੋਂ ਅੰਮ੍ਰਿਤ ਕਲਸ਼ ਪ੍ਰਾਪਤ ਕਰਕੇ ਇੱਕ ਵੈਦ ਦਾ ਰੂਪ ਧਾਰ ਕੇ ਕੰਦਲਾ ਪਾਸ ਪਹੁੰਚ ਗਿਆ, ਜਿੱਥੇ ਕਈ ਵੈਦ ਹਕੀਮ ਆਪਣਾ ਆਪਣਾ ਜ਼ੋਰ ਲਗਾ ਰਹੇ ਸਨ ਪਰ ਕੰਦਲਾ ਅੰਦਰ ਸਵਾਸਾਂ ਦਾ ਸੰਚਾਰ ਨਹੀਂ ਸਨ ਕਰ ਪਾ ਰਹੇ। ਵੈਦ ਰੂਪ ਵਿੱਚ ਰਾਜੇ ਨੇ ਅੰਮ੍ਰਿਤ ਛਿੜਕ ਕੇ ਕੰਦਲਾ ਨੂੰ ਮੁੜ ਜੀਵਿਤ ਕਰ ਦਿੱਤਾ, ਜਿਸ ਉੱਪਰ ਸਾਰੇ ਹੈਰਾਨ ਰਹਿ ਗਏ। ਕੰਦਲਾ ਦੀਆਂ ਸਖੀਆਂ ਨੇ ਵੱਡੀ ਤੋਂ ਵੱਡੀ ਭੇਟਾ ਸ਼ੁਕਰਾਨੇ ਵਜੋਂ ਅਰਪਣ ਕੀਤੀ ਪਰ ਰਾਜੇ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਉਹਨਾਂ ਸਾਰਿਆਂ ਨੂੰ ਅਸਲ ਭੇਤ ਤੋਂ ਜਾਣੂ ਕਰਵਾਇਆ। ਇਸ 'ਤੇ ਕਾਮ ਕੰਦਲਾ ਨੇ ਰਾਜੇ ਪਾਸੋਂ ਮੰਗ ਕੀਤੀ
ਕਿ ਉਹ ਕਿਸੇ ਵੀ ਢੰਗ ਉਸ ਨੂੰ ਮਾਧਵਾ ਨਾਲ ਮਿਲਾ ਦੇਵੇ। ਇਸ ਤਰ੍ਹਾਂ ਰਾਜਾ ਇਹ ਇਕਰਾਰ ਕਰਕੇ ਵਾਪਸ ਪਰਤਿਆ ਕਿ ਉਹ ਮਾਧਵਾ ਨਾਲ ਉਸ ਨੂੰ ਜ਼ਰੂਰ ਦਵਾ ਦੇਵੇਗਾ। ਆਪਣੀਆਂ ਫੌਜਾਂ ਵਿੱਚ ਪਹੁੰਚ ਕੇ ਰਾਜੇ ਨੇ ਰਾਜਾ ਕਾਮਸੈਨ ਪਾਸ ਇੱਕ ਦੂਤ ਭੇਜਿਆ ਕਿ ਜਾਂ ਤਾਂ ਉਸ ਨੂੰ ਕਾਮ ਕੰਧਲਾ ਦੇ ਦਿੱਤੀ ਜਾਵੇ, ਨਹੀਂ ਤਾਂ ਜੰਗ ਵਾਸਤੇ ਸਾਹਮਣੇ ਆ ਜਾਏ। ਰਾਜਾ ਕਾਮਸੈਨ ਨੇ ਜੰਗ ਨੂੰ ਤਰਜੀਹ ਦਿੱਤੀ। ਭਿਆਨਕ ਜੰਗ ਹੋਈ ਅਤੇ ਕਾਮਸੈਨ ਹਾਰ ਗਿਆ। ਨਗਰੀ ਉੱਪਰ ਰਾਜਾ ਬਿਕਰਮਾਜੀਤਾ ਦਾ ਕਬਜ਼ਾ ਹੋ ਗਿਆ ਅਤੇ ਕਾਮ ਕੰਧਲਾ ਨੂੰ ਮਾਧਵ ਨਾਲ ਮਿਲਾ ਦਿੱਤਾ ਗਿਆ। ਇਸ ਲੜਾਈ ਵਿੱਚ ਦੋਨਾਂ ਧਿਰਾਂ ਦਾ ਭਾਰੀ ਜਾਨੀ ਨੁਕਸਾਨ ਹੋਇਆ। ਕਹਾਣੀ ਦੇਣ ਦੀ ਲੋੜ ਕਿਉਂ ਪਈ? ਇਸ ਕਹਾਣੀ ਨੂੰ ਪਾਠਕਾਂ ਤੀਕ ਪਹੁੰਚਾਉਣ ਦਾ ਸਾਡਾ ਭਾਵ ਕੇਵਲ ਇਹੀ ਜ਼ਾਹਰ ਕਰਨਾ ਹੈ ਕਿ ਆਮ ਪੁਰਾਤਨ ਕਹਾਣੀਆਂ ਦੀ ਤਰ੍ਹਾਂ ਇਹ ਵੀ ਇੱਕ ਕਹਾਣੀ ਹੈ, ਨਾਲ ਹੀ ਅਸ਼ਲੀਲਤਾ ਅਤੇ ਅਣਹੋਣੀਆਂ ਗੱਲਾਂ ਵਾਕਾਂ ਨਾਲ ਭਰਪੂਰ ਹੈ। ਪੁਰਾਤਨ ਕਹਾਣੀ ਸੰਸਕ੍ਰਿਤ ਵਿੱਚ ਸੀ। ਅਕਬਰ ਦੇ ਕਾਲ ਵਿੱਚ ਇੱਕ ਸੂਫੀ ਕਵੀ ਆਲਮ ਨੇ ਇਸ ਨੂੰ ਨਵੇਂ ਸਿਰਿਓਂ ਚੌਪਈਆਂ ਦੋਹਰੇ ਅਤੇ ਸੋਠਾਂ ਵਿੱਚ ਲਿਖਿਆ ਅਤੇ ਉਹ ਅੰਕ ਜੋ ਰਾਗਮਾਲਾ ਦੇ ਸਿਰਲੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਾਪਤੀ ਤੋਂ ਬਾਅਦ ਜੋੜ ਦਿੱਤੇ ਗਏ ਹਨ, ਇਸ ਲੰਮੀ 179 ਬੰਦਾਂ ਵਾਲੀ ਰਚਨਾ ਵਿੱਚੋਂ ਹੀ 34 ਤੋਂ 38 ਨੰਬਰ ਤੀਕ ਕੇਵਲ 5 ਬੰਦ ਹਨ। ਸੱਚਾਈ ਤਾਂ ਇਹ ਹੈ ਕਿ ਕੁੱਲ 179 ਬੰਦਾਂ ਵਾਲੀ ਰਾਗਮਾਲਾ ਵਿੱਚੋਂ ਇਹੀ ਕੇਵਲ ਉਹ 5 ਬੰਦ ਹਨ ਜਿਨ੍ਹਾਂ ਵਿੱਚ ਰਾਗਾਂ ਦੇ ਨਾਮ ਭਰਪੂਰ ਹਨ। ਸਪਸ਼ਟ ਹੈ, ਰਾਗਾਂ ਦੇ ਨਾਵਾਂ ਕਾਰਨ ਇਸ ਰਚਨਾ ਵਿੱਚੋਂ ਚੁੱਕਣ ਲਈ ਇਹਨਾਂ ਹੀ ਬੰਦਾਂ ਦੀ ਚੋਣ ਕੀਤੀ ਗਈ। ਰਾਗਮਾਲਾ ਤਾਂ ਕੀ? ਕਹਾਣੀ ਦਾ ਵਿਸ਼ਾ ਵਸਤੂ ਵੀ ਗੁਰਮਤ ਅਤੇ ਸਿੱਖੀ ਸਿਧਾਂਤਾਂ ਨਾਲ ਮੇਲ ਨਹੀਂ ਖਾਂਦਾ, ਬਲਕਿ ਸਿੱਖੀ ਆਸ਼ੇ ਦੇ ਉਲਟ ਹੈ। ਇੱਥੇ ਤਾਂ ਇਹ ਵਿਸ਼ਵਾਸ ਹੀ ਬਾਰ ਬਾਰ ਦ੍ਰਿੜ ਕਰਵਾਇਆ ਗਿਆ ਹੈ ਕਿ ਬ੍ਰਾਹਮਣ ਭਾਵੇਂ ਕਿਤਨਾ ਵੀ ਨੀਚਕਰਮੀ ਅਤੇ ਵਿਭਿਚਾਰੀ ਕਿਉਂ ਨਾ ਹੋਵੇ, ਉਹ ਪੂਜਣ ਯੋਗ ਹੈ। ਬ੍ਰਾਹਮਣ ਹੱਤਿਆ ਇੱਕ ਵੱਡਾ ਪਾਪ ਹੈ ਜਿਸ ਦਾ ਪਸ਼ਚਾਤਾਪ ਅਸੰਭਵ ਹੈ। ਰਾਜਾ ਬਿਕਰਮਾਜੀਤ, ਜਿਸ ਨੇ ਜਾਣਦੇ ਹੋਏ ਵੀ ਕਿ ਇੱਕ ਬ੍ਰਾਹਮਣ ਵਿਭਿਚਾਰੀ ਹੈ, ਉਸਦੀ ਪੂਜਾ ਕੀਤੀ, ਚਰਨ ਧੋਤੇ ਅਤੇ ਉਸਦੀ ਇੱਛਾ ਪੂਰਤੀ ਹਿੱਤ ਲੱਖਾਂ ਦੀ ਸੈਨਾ ਮਰਵਾ ਦਿੱਤੀ, ਉਸਦੀ ਸ਼ੋਭਾ ਵਧੀ, ਪਰੰਤੂ ਬ੍ਰਾਹਮਣ ਦੀ ਨਰਾਦਰੀ ਕਰਨ ਵਾਲੇ ਕਾਮਸੈਨ ਨੂੰ ਆਪਣੇ ਰਾਜਪਾਟ ਨੂੰ ਹੱਥੋਂ ਗਵਾਉਣਾ ਪਿਆ। ਆਲਮ ਕਵੀ ਇੱਕ ਨਹੀਂ ਦੋ, ਆਲਮ ਕਵੀ ਦੋ ਹੋਏ ਹਨ, ਇੱਕ ਅਕਬਰ ਦੇ ਜ਼ਮਾਨੇ ਵਿੱਚ ਅਤੇ ਦੂਜਾ ਦਸ਼ਮੇਸ਼ ਪਿਤਾ ਜੀ ਦੇ ਸਮੇਂ। ਕੁਝ ਇੱਕ ਸੱਜਣਾਂ ਨੇ ਇਸ ਮਾਧਵਾ ਨਾਲ ਕਾਮ ਕੰਧਲਾ ਦੀ ਰਚਨਾ ਨੂੰ ਦੂਜੇ ਕਵੀ ਆਲਮ ਦੀ ਰਚਨਾ ਦੱਸਣ ਦਾ ਯਤਨ ਕੀਤਾ ਅਤੇ ਲਿਖਿਆ ਹੈ ਕਿ ਉਸਨੇ ਰਾਗਮਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਚੋਰੀ ਕਰਕੇ ਆਪਣੀ ਰਚਨਾ ਵਿੱਚ ਜੋੜ ਦਿੱਤੀ ਹੈ। ਪਰ ਕਿਸ ਲਈ? ਇਸੇ ਹੀ ਢੰਗ ਨਾਲ ਡਾਕਟਰ ਬਲਬੀਰ ਸਿੰਘ ਨੇ, ਜਿਹੜੇ ਭਾਈ ਵੀਰ ਸਿੰਘ ਜੀ ਦੇ ਭਰਾਤਾ ਸਨ, ਰਾਗਮਾਲਾ ਨੂੰ ਗੁਰਬਾਣੀ ਸਾਬਤ ਕਰਨ ਦਾ ਵਿਅਰਥ ਯਤਨ ਕੀਤਾ ਹੈ। ਦਰਅਸਲ ਇਹ ਵਿਚਾਰ ਹੀ ਨਿਰਮੂਲ ਹਨ ਅਤੇ ਬਿਨਾਂ ਘੋਖਣ ਪਰਖਣ ਦੇ ਜਾਂ ਕਿਸੇ ਦਬਾਅ ਵਿੱਚ ਆ ਕੇ ਬਣਾ ਲਏ ਗਏ ਹਨ। ਉਂਝ ਆਪ ਸਤਿਕਾਰਯੋਗ ਸੱਜਣਾਂ ਨੇ ਹੀ ਭਾਗ ਊੜਾ ਮੁੰਦਾਵਣੀ ਮਹੱਲਾ ਪੰਜਵਾਂ ਮੋਰ ਛਾਪ ਰੋਕ ਹੈ, ਭਾਵ ਇਹ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਾਪਤੀ ਹੈ। ਪੰਜ ਗ੍ਰੰਥੀ ਸਟੀਕ, ਭਾਈ ਸਾਹਿਬ, ਭਾਈ ਵੀਰ ਸਿੰਘ ਜੀ। ਭਾਗੈੜਾ, ਭਾਈ ਬੰਨੋ ਜੀ ਨੂੰ ਗੁਰੂ ਜੀ ਨੇ ਫਰਮਾਇਆ ਕਿ ਮੁੰਦਾਵਣੀ ਤੋਂ ਅੱਗੇ ਵਾਧੂ ਬਾਣੀਆਂ ਤੁਸੀਂ ਆਪਣੀ ਮਰਜ਼ੀ ਨਾਲ ਲਿਖੀਆਂ ਹਨ, ਅਸੀਂ ਮੁੰਦਾਵਣੀ ਤੋਂ ਲਿਖਣੋਂ ਬੰਦ ਕਰ ਚੁੱਕੇ ਹਾਂ, ਇਸ ਵਾਸਤੇ ਇਹ ਖਾਰੀ ਬੀੜ ਹੈ। ਬਾਣੀ ਬਿਊਰਾ ਕਰਤਾ ਡਾਕਟਰ ਚਰਨ ਸਿੰਘ ਜੀ। ਭਾਗ ਈੜੀ ਮੁੰਦਾਵਣੀ ਮਹੱਲਾ ਪੰਜਵਾਂ, ਭਾਵੇਂ ਕਿ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੰਦ ਕੀਤਾ ਗਿਆ ਹੈ, ਹੋਰ ਬਾਣੀ ਅੱਗੇ ਨਹੀਂ ਆਵੇਗੀ। ਸਮਾਪਤੀ। ਗੁਰੂ ਗ੍ਰੰਥ ਸਾਹਿਬ ਕੋਸ਼,
ਖਾਲਸਾ ਟ੍ਰੈਕਟ ਸੁਸਾਇਟੀ ਅੰਮ੍ਰਿਤਸਰ ਪੰਨਾ 186। ਦਸ਼ਮੇਸ਼ ਜੀ ਦੇ ਸਮੇਂ ਦਾ ਆਲਮ ਕਵੀ ਇੱਕ ਹਿੰਦੂ ਤੋਂ ਮੁਸਲਮਾਨ ਬਣਿਆ ਸੀ ਅਤੇ ਸੰਸਕ੍ਰਿਤ ਦਾ ਮਹਾਨ ਵਿਦਵਾਨ ਸੀ। ਉਸ ਦੀਆਂ ਰਚਨਾਵਾਂ ਆਲਮ ਕੇਲੀ ਅਤੇ ਭਰਮਰ ਗੀਤ ਆਦਿ ਹਨ ਜਿਨ੍ਹਾਂ ਵਿੱਚ ਕਵਿਤ ਸੁਬਈਆਂ ਦਾ ਨਿਯਮ ਵਰਤਿਆ ਹੈ। ਦੂਜੇ ਪਾਸੇ ਆਲਮ ਕਵੀ ਪਹਿਲੇ ਦੀ ਹੀ ਇੱਕ ਹੋਰ ਰਚਨਾ ਭਾਗਵਤ ਪੁਰਾਣ ਦੇ 11ਵੇਂ ਸੰਕੰਧ ਦੀ ਕ੍ਰਿਸ਼ਨ ਲੀਲਾ ਦਾ ਭਾਵ ਇੱਕ ਹੋਰ ਆਪਣੀ ਰਚਨਾ ਸਿਆਮ ਸਨੇਹੀ ਦੇ ਨਾਮ ਨਾਲ ਲਿਖੀ ਹੈ। ਉਸ ਦੇ ਅੰਦਰ ਵੀ ਉਸਦਾ ਲਿਖਣ ਦਾ ਢੰਗ ਮਾਧਵਾ ਨਾਲ ਕੰਦਲਾ ਵਾਲਾ ਹੀ ਹੈ ਅਤੇ ਚੌਪੀਆਂ ਦੋਹੇ ਅਤੇ ਸੋਠੇ ਦਿੱਤੇ ਹਨ। ਫਿਰ ਪਹਿਲਾ ਆਲਮ ਕਵੀ ਅਨਪੜ੍ਹ ਸੀ ਅਤੇ ਉਸਨੇ ਜੋ ਕੁਝ ਸੁਣਿਆ ਉਸੇ ਨੂੰ ਆਪਣੇ ਅੱਖਾਂ ਵਿੱਚ ਬਿਆਨਿਆ ਹੈ, ਜਿਸ ਦਾ ਵਰਣਨ ਉਹ ਆਪ ਹੀ ਆਪਣੀ ਰਚਨਾ ਕਾਮ ਕੰਦਲਾ ਦੇ ਆਰੰਭ ਵਿੱਚ ਅਤੇ ਅੰਤ ਵਿੱਚ ਇਸ ਪ੍ਰਕਾਰ ਕਰਦਾ ਹੈ। ਕਹੋ ਬਾਤ ਸੁਣੋ ਸਭ ਲੋਗਾ, ਕਰੋ ਕਥਾ ਸ਼ਿੰਗਾਰ ਵਿਯੋਗਾ, ਕਛ ਆਪਣ ਕਛ ਪਰਕ੍ਰਿਤ ਜੋਰੇ, ਜਥਾ ਸਖਤ ਕਰ ਅੱਛਰ ਜੋਰੇ। ਸਰਬ ਸ਼ਿੰਗਾਰ ਬ੍ਰਹਿ ਕੀ ਰੀਤੀ, ਮਾਧਵ ਨਾਲ ਕਾਮ ਕੰਦਲਾ ਪ੍ਰੀਤੀ, ਕਥਾ ਸੰਸਕ੍ਰਿਤ ਸੁਨ ਕਛ ਥੋਰੀ, ਭਾਖਾ ਬਾਂਧ ਚੌਪਈ ਜੋਰੀ ਅਤੇ ਅੰਤਮ ਬੰਧ ਚੌਪਈ। ਕਥਾ ਚੌਪਈ ਆਲਮ ਕੀਨੀ, ਪਹਿਲੇ ਕਥਾ ਸਰਵਣ ਸੁਨ ਲੀਨੀ, ਕਹੂੰ ਕਹੂੰ ਬੀਚ ਦੋਹਰਾ ਪਰੇ, ਕਹੂੰ ਕਹੂੰ ਬੀਚ ਸੋਠਾ ਤਰੇ, ਸੁਣਤ ਸਰਵਣ ਜੇ ਕਥਾ ਸੁਹਾਈ, ਆਤਰ ਸਾਲ ਪੰਡਿਤ ਮਨ ਪਾਈ। ਇੱਥੇ ਹੀ ਬਸ ਨਹੀਂ, ਕਵੀ ਆਲਮ ਤਾਂ ਇਹ ਵੀ ਸਪਸ਼ਟ ਲਿਖ ਰਿਹਾ ਹੈ ਕਿ ਇਸ ਰਚਨਾ ਨੂੰ ਲਿਖਣ ਦਾ ਕਾਰਨ ਕਾਮੀ ਪੁਰਖਾਂ ਦੀ ਕਾਮ ਵਾਸ਼ਨਾ ਨੂੰ ਉਭਾਰਨਾ ਅਤੇ ਰਸ ਦੇਣਾ ਹੈ। ਜਿਵੇਂ ਪ੍ਰੀਤਵੰਤ ਹੋਏ ਸ਼ਨੇ ਨਾ ਕੋਈ, ਬੜੇ ਪ੍ਰੀਤ ਯੇ ਸੁਖ ਹੋਈ, ਕਾਮੀ ਰਸਕ ਪੁਰਖ ਜੋ ਸੁਨਹੀ, ਤੇਜ ਹੈ ਕਥਾ ਰੈਨ ਦਿਨ ਗੁਣਹੀ। ਮਾਧਵਾ ਨਾਲ ਕਾਮ ਕੰਦਲਾ ਕਦੋਂ ਲਿਖੀ ਗਈ, ਇਸ ਦਾ ਵਰਣਨ ਇਸ ਰਚਨਾ ਵਿੱਚੋਂ ਹੀ ਸਪਸ਼ਟ ਮਿਲਦਾ ਹੈ ਕਿ ਇਹ ਅਕਬਰ ਦੇ ਸਮੇਂ ਹਿਜਰੀ 991 ਵਿੱਚ ਲਿਖੀ ਗਈ ਅਤੇ ਇਹ ਸਮਾਂ 1640 ਬਿਕਰਮੀ ਸੰਮਤ ਬਣਦਾ ਹੈ, ਜਦੋਂ ਕਿ ਆਦਿਬੀਰ ਦਾ ਸੰਪਾਦਨ ਸੰਮਤ 1661 ਹੈ। ਤਾਂ ਤੇ ਆਲਮ ਕਵੀ ਰਾਹੀਂ ਰਾਗਮਾਲਾ ਦਾ ਆਦਿਬੀਰ ਚੁਰਾ ਕੇ ਆਪਣੀ ਰਚਨਾ ਵਿੱਚ ਲਗਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਆਲਮ ਕਵੀ ਦੇ ਆਪਣੇ ਲਫਜ਼ਾਂ ਵਿੱਚ, ਦਿਲਪਤ ਅਕਬਰ ਸੁਲਤਾਨਾ, ਸਪਤਦੀਪ ਮੈਂ ਜਾਕੀ ਆਨਾ, ਆਗੇ ਨੇਬ ਮਹਾਮਨ ਮੰਤਰੀ, ਨ੍ਰਿਪ ਰਾਜਾ ਟੋਡਰ ਮਲ ਛਤਰੀ, ਸਨ 991 ਆਹੀ, ਕਰੋ ਕਥਾ ਅਬ ਬੋਲੋ ਤਾਹੀਂ। ਇਸ ਸੱਚਾਈ ਨੂੰ ਸਮਝਣ ਵਾਸਤੇ ਕਿ ਕਾਮ ਕੰਦਲਾ ਆਲਮ ਕਵੀ ਦੂਜੇ ਦੀ ਰਚਨਾ ਨਹੀਂ ਬਲਕਿ ਅਕਬਰ ਦੇ ਸਮੇਂ ਹੋਏ ਸੂਫੀ ਕਵੀ ਆਲਮ ਦੀ ਹੀ ਰਚਨਾ ਹੈ, ਇੱਕ ਪੱਖੋਂ ਹੋਰ ਵੀ ਸਪਸ਼ਟ ਹੈ ਕਿ ਪਹਿਲੇ ਆਲਮ ਕਵੀ ਦੇ ਸਮਕਾਲੀ ਕਵੀ ਸ਼ੇਖ ਕੁਤਬਨ, ਮਲਕ ਮੁਹੰਮਦ ਜੈਸੀ, ਕਵੀ ਉਸਮਾਨ, ਨੂਰ ਮੁਹੰਮਦ ਆਦਿ ਹੋਏ ਹਨ। ਇਹਨਾਂ ਸਾਰੇ ਕਵੀਆਂ ਦੀ ਸ਼ਬਦ ਚੋਣ, ਲਿਖਣ ਢੰਗ, ਭਾਵ ਪ੍ਰਣਾਲੀ ਅਤੇ ਬੋਲੀ ਇੱਕੋ ਜਿਹੀ ਹੀ ਹੈ, ਬਲਕਿ ਲਿਖਣ ਦੀ ਤਰਤੀਬ ਵੀ ਇੱਕੋ ਹੀ ਹੈ। ਜਿਵੇਂ ਹਰ ਇੱਕ ਕਵੀ ਨੇ ਆਪਣੀ ਹਰ ਇੱਕ ਰਚਨਾ ਦੇ ਆਰੰਭ ਵਿੱਚ ਪਹਿਲਾਂ ਪ੍ਰਭੂ ਪਰਮਾਤਮਾ ਦੀ ਉਸਤਤ, ਉਪਰੰਤ ਮੁਹੰਮਦ ਸਾਹਿਬ ਅਤੇ ਉਹਨਾਂ ਦੇ ਚਾਰ ਧਾਮ ਦਾ ਵਰਣਨ, ਫਿਰ ਵਕਤ ਦੇ ਬਾਦਸ਼ਾਹ ਅਕਬਰ ਅਤੇ ਉਸਦੇ ਦਰਬਾਰ ਦੀ ਉਪਮਾ ਅਤੇ ਵਡਿਆਈ, ਅਤੇ ਇਸ ਤੋਂ ਬਾਅਦ ਆਪਣੇ ਉਸ ਕਹਾਣੀ ਕਿੱਸੇ ਦਾ ਆਰੰਭ। ਇਸ ਵਿਸ਼ੇ 'ਤੇ ਹੋਰ ਵੇਰਵੇ ਸਹਿਤ ਘੋਖ ਵਾਸਤੇ ਪੜ੍ਹੋ ਸ਼ਮਸ਼ੇਰ ਸਿੰਘ ਜੀ ਅਸ਼ੋਕ ਦਾ ਲਿਖਿਆ ਰਾਗਮਾਲਾ ਨਿਰਣੇ। ਇਤਨੀ ਚਿੱਟੀ ਸੱਚਾਈ ਨੂੰ ਜਾਣਨ ਤੋਂ ਬਾਅਦ ਵੀ ਜੇਕਰ ਕੁਝ ਸੱਜਣ ਵਿਅਰਥ ਹੱਠ ਕਰੀ ਜਾਣ ਕਿ ਰਾਗਮਾਲਾ ਗੁਰਬਾਣੀ ਹੈ ਤਾਂ ਉਹਨਾਂ ਬਾਰੇ ਕੀ ਕਿਹਾ ਜਾ ਸਕਦਾ ਹੈ।
ਸਨ ਅਤੇ ਸੰਮਤ ਮਾਧਵ ਨਾਲ ਅਤੇ ਕਾਮ ਕੰਦਲਾ ਦੀਆਂ ਕੁਝ ਹੱਥ ਲਿਖਤਾਂ ਵਿੱਚ ਸ਼ਬਦ ਸਨ ਅਤੇ ਕੁਝ ਵਿੱਚ ਸ਼ਬਦ ਸੰਮਤ ਲਿਖਿਆ ਹੈ, ਜਿਵੇਂ ਸੰਮਤ 991 ਆਹੀ ਅਤੇ ਸੰਨ 991 ਆਹੀ। ਇਸ ਨੂੰ ਮੁੱਢ ਬਣਾ ਕੇ ਕਈ ਲਿਖਾਰੀਆਂ ਨੇ ਆਪਣੇ ਵਿਚਾਰ ਦੇਣ ਵਿੱਚ ਕਾਫੀ ਟਪਲਾ ਖਾਧਾ ਹੈ, ਪਰ ਇਸ ਵਿਸ਼ੇ ਉੱਪਰ ਹੈਰਾਨੀ ਵਾਲੀ ਕੋਈ ਵਜ੍ਹਾ ਨਹੀਂ। ਦਰਅਸਲ ਕੇਵਲ ਵਿਚਾਰ ਅਧੀਨ ਰਚਨਾ ਕਾਮ ਕੰਦਲਾ ਹੀ ਨਹੀਂ, ਬਲਕਿ ਉਹ ਸਮੇਂ ਦੀਆਂ ਜਿਤਨੀਆਂ ਵੀ ਰਚਨਾਵਾਂ ਮਿਲਦੀਆਂ ਹਨ, ਸੰਨ ਅਤੇ ਸੰਮਤ ਲਫ਼ਜ਼ ਇੱਕ ਦੂਜੇ ਦੇ ਅਦਲ ਬਦਲ ਵਿੱਚ ਆਮ ਆਏ ਹਨ। ਅਸਲ ਵਿੱਚ ਉਸ ਸਮੇਂ ਸੰਨ ਅਤੇ ਸੰਮਤ ਇਹ ਦੋਵੇਂ ਅਲੱਗ ਅਲੱਗ ਭਾਸ਼ਾਵਾਂ ਦੇ ਇੱਕੋ ਅਰਥ ਵਾਲੇ ਸ਼ਬਦ ਮੰਨੇ ਜਾਂਦੇ ਸਨ ਅਤੇ ਵਰਣਨ ਵਿੱਚ ਅੱਜ ਵਾਂਗੂ ਵੱਡਾ ਭੇਤ ਨਹੀਂ ਸੀ। ਸੰਨ ਅਤੇ ਸੰਮਤ ਅੱਜ ਦੀ ਤਰ੍ਹਾਂ ਵੱਖਰੇ ਵੱਖਰੇ ਪ੍ਰਭਾਵਾਂ ਵਿੱਚ ਨਹੀਂ ਸਨ ਮੰਨੇ ਜਾਂਦੇ। ਮੂਲ ਰੂਪ ਵਿੱਚ ਵੀ ਇਹ ਦੋਵੇਂ ਸ਼ਬਦ ਸਮਾਨ ਅਰਥੀ ਹਨ, ਕੇਵਲ ਭਾਸ਼ਾਵਾਂ ਦਾ ਅੰਤਰ ਹੈ। ਗੁਰਬਾਣੀ ਸਤਿਕਾਰ ਅਤੇ ਕੱਚੀਆਂ ਰਚਨਾਵਾਂ। ਗੁਰਬਾਣੀ ਦੇ ਦਰਸ਼ਨ ਵਿਚਾਰ, ਪ੍ਰਤੱਖ ਸਤਿਗੁਰਾਂ ਦੇ ਦਰਸ਼ਨ ਅਤੇ ਗੁਰਸਿੱਖ ਵਾਸਤੇ ਵਿਸ਼ੇਸ਼ ਤੌਰ 'ਤੇ ਗੁਰੂ ਆਦੇਸ਼ ਹਨ, ਜਿਨ੍ਹਾਂ ਤੋਂ ਉਸਨੇ ਆਪਣੇ ਜੀਵਨ ਰਾਹ ਨੂੰ ਅਪਣਾਉਣਾ ਹੈ। ਗੁਰਬਾਣੀ ਦੀ ਰਚਨਾ ਦਾ ਕੋਈ ਵੀ ਅੰਗ ਬੇਲੋੜਾ ਨਹੀਂ ਅਤੇ ਰਹਿੰਦੀ ਦੁਨੀਆ ਤੀਕ ਸਾਰੀ ਦੁਨੀਆ ਭਰ ਦੇ ਮਨੁੱਖਾਂ ਵਾਸਤੇ ਜੀਵਨ ਦੇ ਮੌਲਿਕ ਸਿਧਾਂਤ ਹਨ। ਮਨੁੱਖ ਚਾਹੇ ਕਿੱਥੋਂ ਦਾ ਵੀ ਵਾਸੀ ਹੋਵੇ, ਬਿਨਾਂ ਰੰਗ, ਨਸਲ, ਸਥਾਨ, ਲਿੰਗ ਭੇਦ ਦੇ ਉਸ ਵਾਸਤੇ ਗੁਰਬਾਣੀ ਇੱਕੋ ਇੱਕ ਚਾਨਣ ਮੁਨਾਰਾ ਅਤੇ ਸੱਚੇ ਮਨੁੱਖੀ ਧਰਮ ਦੀ ਟਕਸਾਲ ਹੈ। ਕਿਸੇ ਵੀ ਹੋਰ ਰਚਨਾ ਨੂੰ, ਭਾਵੇਂ ਉਹ ਕਿਤਨੀ ਵੀ ਮਹਾਨ ਕਿਉਂ ਨਾ ਹੋਵੇ, ਗੁਰਬਾਣੀ ਦੀ ਬਰਾਬਰੀ ਦੇਣਾ, ਗੁਰਬਾਣੀ ਮੰਨਣਾ ਜਾਂ ਸਮਝਣਾ ਅਤੇ ਗੁਰਬਾਣੀ ਵਾਲਾ ਸਤਿਕਾਰ ਦੇਣਾ ਇੱਕ ਨਾ ਬਖਸ਼ਿਆ ਜਾਣ ਵਾਲਾ ਗੁਨਾਹ ਹੈ। ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਵੀ ਅਤਿ ਸਤਿਕਾਰਯੋਗ ਹਨ ਅਤੇ ਗੁਰਮਤਿ ਸਮਾਗਮਾਂ ਵਿੱਚ ਗੁਰਬਾਣੀ ਵਿਆਖਿਆ ਦੇ ਨਾਲ ਪੜ੍ਹੀਆਂ ਜਾਣ ਵਾਸਤੇ ਪ੍ਰਮਾਣਿਕ ਹਨ, ਪਰ ਕੋਈ ਵੀ ਗੁਰਸਿੱਖ ਉਹਨਾਂ ਨੂੰ ਗੁਰਬਾਣੀ ਨਹੀਂ ਕਹਿੰਦਾ ਅਤੇ ਨਾ ਹੀ ਅਜਿਹਾ ਕੋਈ ਮੰਨਣ ਨੂੰ ਹੀ ਤਿਆਰ ਹੈ। ਇਸ ਸੱਚਾਈ ਦੇ ਬਾਵਜੂਦ ਇੱਕ ਨਿਰੋਲ ਇਸ਼ਕੀਆ ਮਿਜ਼ਾਜ ਕੱਚੀ ਜਿਹੀ ਰਚਨਾ ਨੂੰ ਗੁਰਬਾਣੀ ਤੁਲ ਸਮਝਦੇ ਜਾਣਾ ਅਤੇ ਸੱਚ ਝੂਠ ਨੂੰ ਪਰਖਣ ਵਾਸਤੇ ਵੀ ਢਿੱਲੇ ਬਣੇ ਰਹਿਣਾ ਸ਼ਾਇਦ ਇਤਨਾ ਵੱਡਾ ਗੁਨਾਹ ਹੈ ਜਿਸ ਦਾ ਪ੍ਰਾਸ਼ਚਿਤ ਨਹੀਂ ਹੋ ਸਕਦਾ। ਸਿੱਖ ਸਿਧਾਂਤ ਇਸ ਬਾਰੇ ਬਿਲਕੁਲ ਸਪਸ਼ਟ ਹਨ ਕਿ ਜਿਹੜਾ ਵੀ ਮਨੁੱਖ, ਭਾਵੇਂ ਉਹ ਕਿਤਨੇ ਵੀ ਉੱਚੇ ਰੁਤਬੇ ਦਾ ਕਿਉਂ ਨਾ ਹੋਵੇ, ਉਸ ਨੂੰ ਸਿੱਖੀ ਵਿੱਚੋਂ ਹੀ ਛੇਕ ਦਿੱਤਾ ਜਾਂਦਾ ਹੈ ਜਦੋਂ ਉਹ ਗੁਰੂ ਆਸ਼ੇ ਤੋਂ ਬਾਹਰ ਚਲਾ ਜਾਂਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਛੱਡ ਕੇ ਇੱਧਰ ਉੱਧਰ ਭਟਕ ਜਾਂਦਾ ਹੈ। ਧੀਰ ਮਲੀਏ, ਪਿਰਥੀਏ, ਰਾਮ ਰਾਈਏ ਇਸ ਸਿਧਾਂਤ ਅਨੁਸਾਰ ਆਪਣੇ ਆਪ ਹੀ ਸਿੱਖ ਧਰਮ ਵਿੱਚੋਂ ਛੇਕੇ ਜਾਂਦੇ ਰਹੇ ਅਤੇ ਉਹਨਾਂ ਨਾਲ ਰੋਟੀ ਬੇਟੀ ਤੀਕ ਦੀ ਸਾਂਝ ਖਤਮ ਕਰ ਦਿੱਤੀ ਜਾਂਦੀ ਰਹੀ ਹੈ। ਇਸੇ ਤਰ੍ਹਾਂ ਅੱਜ ਵੀ ਜਿਹੜੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਹੀਂ ਮੰਨਦੇ ਉਹ ਸਿੱਖ ਕਹਿਲਾਉਣ ਦੇ ਹੱਕਦਾਰ ਨਹੀਂ। ਇਹੀ ਸਿਧਾਂਤ ਕਿਸੇ ਕੱਚੀ ਰਚਨਾ ਨੂੰ ਗੁਰਬਾਣੀ ਤੁਲ ਮੰਨਣ ਉੱਪਰ ਜਾਂ ਇਸ ਸੱਚਾਈ ਨੂੰ ਜਾਣ ਲੈਣ ਤੋਂ ਬਾਅਦ ਵੀ ਉਸ ਪੱਖੋਂ ਢਿੱਲੇ ਪਏ ਰਹਿਣ ਉੱਪਰ ਲਾਗੂ ਹੁੰਦਾ ਹੈ। ਇੱਕ ਪਾਸੇ ਮਨੁੱਖ ਨੂੰ ਜੀਵਨ ਸੇਧ ਦੇਣ ਵਾਲੇ ਤਿੰਨ ਕਾਲ, ਸੱਚੇ ਰੱਬੀ ਅਤੇ ਆਤਮਿਕ ਜੀਵਨ ਨਾਲ ਜੋੜਨ ਵਾਲਾ ਸੱਚ ਅਤੇ ਦੂਸਰੇ ਪਾਸੇ ਅਪਸਰਾਵਾਂ ਅਤੇ ਨਾਚੀਆਂ ਤੋਂ ਕਾਮਰਸ ਨੂੰ ਉਤੇਜਿਤ ਕਰਨ ਵਾਲੇ ਨਾਚਾਂ ਦੀ ਕਹਾਣੀ। ਗਿਆਨੀ ਭਾਗ ਸਿੰਘ ਅੰਬਾਲਾ ਦੇ ਸ਼ਬਦਾਂ ਵਿੱਚ ਤਾਂ ਗੱਲ ਇਉਂ ਹੈ ਜਿਵੇਂ ਕਿਸੇ ਅੱਗੇ ਬਹੁਤ ਵਧੀਆ ਖੀਰ ਪਰੋਸ ਦੇਣ ਤੋਂ ਬਾਅਦ ਉਸ ਉੱਪਰ ਥੋੜ੍ਹੀ ਜਿਹੀ ਸਵਾਹ ਰਾਖ ਧੂੜ ਦਿੱਤੀ ਜਾਵੇ। ਕਿਸੇ ਕੱਚੀ ਰਚਨਾ ਨੂੰ ਗੁਰਬਾਣੀ ਤੁਲ ਮੰਨਣ ਵਾਲੇ ਜਾਂ ਪ੍ਰਚਾਰਨ ਵਾਲਿਆਂ ਵਾਸਤੇ ਗੁਰਬਾਣੀ ਰਾਹੀਂ ਹੀ ਸਤਿਗੁਰਾਂ ਦਾ ਫੈਸਲਾ ਹੈ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ,
ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ, ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਅਨੰਦ ਸਾਹਿਬ ਪੌੜੀ ਨੰਬਰ 24 ਪੰਨਾ 920। ਇਸ ਦੇ ਅਰਥ ਭਾਵ ਹਨ ਕਿ ਗੁਰਸਿੱਖ ਵਾਸਤੇ ਗੁਰਬਾਣੀ ਕੇਵਲ ਉਹੀ ਰਚਨਾ ਹੈ ਜੋ ਸਤਿਗੁਰਾਂ ਨੇ ਆਪ ਉਚਾਰੀ ਜਾਂ ਪ੍ਰਵਾਨ ਕੀਤੀ। ਇਸ ਤੋਂ ਇਲਾਵਾ ਕਿਸੇ ਵੀ ਰਚਨਾ ਨੂੰ ਗੁਰਬਾਣੀ ਮੰਨਣ ਵਾਲੇ ਜਾਂ ਪ੍ਰਚਾਰਨ ਵਾਲੇ 'ਤੇ ਇੱਥੋਂ ਤੀਕ ਕਿ ਉਸ ਨੂੰ ਗੁਰਬਾਣੀ ਮੰਨ ਕੇ ਸੁਣਨ ਵਾਲੇ ਸਭ ਕੱਚੇ ਹਨ, ਗੁਰਸਿੱਖ ਨਹੀਂ। ਇਸ ਤੋਂ ਵੱਧ ਹੋਰ ਕੀ ਤਾੜਨਾ ਹੋ ਸਕਦੀ? ਇਸ ਵਾਸਤੇ ਜ਼ਰੂਰੀ ਹੈ ਕਿ ਪੰਥਕ ਪੱਧਰ 'ਤੇ ਗੁਰਬਾਣੀ ਦੇ ਮਹਾਨ ਸਤਿਕਾਰ ਨੂੰ ਸਨਮੁੱਖ ਰੱਖ ਕੇ ਰਾਗਮਾਲਾ ਨੂੰ ਸਾਰੇ ਪੱਖਾਂ ਤੋਂ ਘੋਖਿਆ ਵਿਚਾਰਿਆ ਜਾਵੇ। ਜੇਕਰ ਇਹੀ ਨਤੀਜੇ ਨਿਕਲਣ ਜਿਹੜੇ ਕਿ ਹਥਲੀ ਪੁਸਤਕ ਵਿੱਚ ਕੱਢੇ ਗਏ ਹਨ, ਤਾਂ ਇਸ ਤੋਂ ਪੰਥ ਸਾਵਧਾਨ ਅਤੇ ਨਿਡਰ ਹੋ ਕੇ ਇਸ ਵਾਰ ਸਪਸ਼ਟ ਨਿਰਣਾ ਲਵੇ। ਇਹ ਨਿਰਣੇ ਵਾਲਾ ਹੱਕ ਕੇਵਲ ਅਤੇ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਪਾਸ ਹੈ। ਰਾਗਮਾਲਾ ਦੇ ਹਮਾਇਤੀ ਸੱਜਣ, ਸਾਰੀ ਗੱਲ ਨੂੰ ਵੇਰਵੇ ਸਹਿਤ ਸਮਝ ਲੈਣ ਤੋਂ ਬਾਅਦ ਸਹਿਜੇ ਹੀ ਇਹ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਇਹ ਇੱਕ ਪ੍ਰਗਟ ਸੱਚਾਈ ਹੈ ਕਿ ਰਾਗਮਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਥਵਾ ਗੁਰਬਾਣੀ ਸ਼ੈਲੀ, ਸ਼ਬਦਾਵਲੀ, ਨਿਯਮਾਵਲੀ, ਸਿਧਾਂਤ ਨਾਲ ਉੱਕਾ ਹੀ ਸੰਬੰਧਿਤ ਨਹੀਂ, ਤਾਂ ਫਿਰ ਉਹ ਕੌਣ ਸੱਜਣ ਹਨ ਜੋ ਪੰਥ ਵਿੱਚੋਂ ਇਸ ਝਗੜੇ ਨੂੰ ਖਤਮ ਨਹੀਂ ਹੋਣ ਦਿੰਦੇ? ਸਰਵੇਖਣ ਤੋਂ ਬਾਅਦ ਇਹ ਚੀਜ਼ ਬੜੀ ਸਪਸ਼ਟ ਸਾਹਮਣੇ ਆ ਜਾਂਦੀ ਹੈ ਕਿ ਇਸ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਜ਼ਿਆਦਾਤਰ ਉਹ ਗੈਰ ਜ਼ਿੰਮੇਵਾਰ ਲੋਕ ਹਨ ਜੋ ਨਾ ਤਾਂ ਗੁਰਬਾਣੀ ਬਾਰੇ ਕੁਝ ਜਾਣਦੇ ਹਨ ਅਤੇ ਨਾ ਹੀ ਗੁਰਬਾਣੀ ਦੀ ਮਹਾਨਤਾ ਦਾ ਹੀ ਉਹਨਾਂ ਨੂੰ ਕੁਝ ਗਿਆਨ ਹੈ। ਉਹ ਬੜੀ ਢੀਠਤਾਈ ਨਾਲ ਇਹ ਕਹਿੰਦੇ ਆਮ ਸੁਣੇ ਜਾਂਦੇ ਹਨ, ਅਜੀ ਛੱਡੋ ਇਹਨਾਂ ਗੱਲਾਂ ਨੂੰ, ਪੜ੍ਹ ਲਈ ਤਾਂ ਕੀ, ਨਾ ਪੜ੍ਹੀ ਤਾਂ ਕੀ ਫਰਕ ਪੈਣ ਲੱਗਾ ਹੈ? ਸੱਚਮੁੱਚ ਹੀ ਅਜਿਹੇ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹਨਾਂ ਦੀ ਆਮ ਹਾਲਤ ਵੀ ਇਹੀ ਹੁੰਦੀ ਹੈ, ਉਹ ਤਾਂ ਸੰਸਾਰ ਦੀ ਭੇਡ ਚਾਲ ਹੀ ਚੱਲ ਰਹੇ ਹੁੰਦੇ ਹਨ। ਗੁਰਬਾਣੀ ਵਿੱਚੋਂ ਉਹਨਾਂ ਕਦੇ ਜੀਵਨ ਸਿਹਤ ਪ੍ਰਾਪਤ ਨਹੀਂ ਕੀਤੀ ਹੁੰਦੀ, ਗੁਰਬਾਣੀ ਦੀ ਉੱਚਤਾ ਦਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ। ਜੀਵਨ ਵਿੱਚੋਂ ਕਦੀ 10 ਮਿੰਟ ਉਹਨਾਂ ਗੁਰਬਾਣੀ ਨੂੰ ਸਮਝਣ ਵਾਸਤੇ ਤਾਂ ਲਗਾਏ ਨਹੀਂ ਹੁੰਦੇ। ਕੱਚੀ ਰਚਨਾ ਅਤੇ ਗੁਰਬਾਣੀ ਬਾਰੇ ਅਜਿਹੇ ਲੋਕ ਭਲਾ ਕੀ ਜਾਣਨ? ਘਰ ਵਿੱਚ ਕਦੇ ਕੋਈ ਦੁੱਖ ਸੁੱਖ ਹੋਵੇ ਤਾਂ ਪਾਠ ਇੱਕ ਕਮਰੇ ਵਿੱਚ ਭਾਈ ਸਾਹਿਬ ਇਕੱਲੇ ਕਰ ਰਹੇ ਹੁੰਦੇ ਹਨ ਅਤੇ ਉਹਨਾਂ ਦੀ ਗੱਪਛੱਪ ਠਹਾਕੇ TV ਅਤੇ ਕਈ ਵਾਰੀ ਸ਼ਰਾਬਾਂ ਦੇ ਦੌਰ ਵੀ ਦੂਜੇ ਕਮਰੇ ਵਿੱਚ ਚੱਲ ਰਹੇ ਹੁੰਦੇ ਹਨ, ਪਰ ਅੜੀ ਕਰਨ ਵਿੱਚ ਉਹ ਸਭ ਤੋਂ ਅੱਗੇ ਹੁੰਦੇ ਹਨ। ਅਜਿਹੇ ਸੱਜਣਾਂ ਦੀ ਇਸ ਤੋਂ ਹਾਸੋਹੀਣੀ ਹਾਲਤ ਉਸ ਵਕਤ ਬਣੀ ਹੁੰਦੀ ਹੈ ਜਦੋਂ ਕੋਈ ਸੋਝੀਵਾਨ ਉਹਨਾਂ ਤੋਂ ਇਹ ਸਵਾਲ ਕਰ ਬੈਠੇ, ਵੀਰ ਜੀ ਇਸ ਦੇ ਗੁਰਬਾਣੀ ਹੋਣ ਦਾ ਕੋਈ ਸਬੂਤ ਤਾਂ ਦੱਸੋ, ਤਾਂ ਉੱਤਰ ਹੋਵੇਗਾ ਇਹ ਖੋਜ ਸਟੱਡੀ ਤਾਂ ਤੁਹਾਡਾ ਕੰਮ ਹੈ, ਅਸੀਂ ਅਨਪੜ੍ਹ ਬੰਦੇ ਹਾਂ, ਸਾਨੂੰ ਇਤਨਾ ਕੀ ਪਤਾ? ਸਾਨੂੰ ਇਤਨਾ ਪਤਾ ਹੈ ਕਿ ਪੜ੍ਹਨੀ ਜ਼ਰੂਰ ਹੈ। ਅਜਿਹੇ ਵਿਸ਼ੇ ਉੱਪਰ ਉਹਨਾਂ ਕੁਝ ਭਾਈ ਸਾਹਿਬਾਨ, ਰਾਗੀ ਸਿੰਘਾਂ ਅਤੇ ਪ੍ਰਚਾਰਕਾਂ ਨੂੰ ਵੀ ਬਖਸ਼ਿਆ ਨਹੀਂ ਜਾ ਸਕਦਾ ਜਿਨ੍ਹਾਂ ਦੇ ਸਰੂਪ ਤਾਂ ਦਿਲ ਖਿੱਚਵੇਂ ਹਨ, ਪੱਗਾਂ ਨੀਲੀਆਂ, ਕਾਲੀਆਂ ਕੇਸਰੀਆਂ ਅਤੇ ਲੰਬੇ ਦਾੜੇ, ਗਾਤਰੇ ਕਿਰਪਾਨਾਂ ਪਹਿਨੀਆਂ ਹੋਈਆਂ, ਪਰ ਗੁਰਮਤਿ ਗਿਆਨ ਤੋਂ ਸੱਖਣੇ ਹੁੰਦੇ ਹਨ। ਤੱਕਦੇ ਇਹ ਹਨ ਕਿ ਜ਼ਿਆਦਾਤਰ ਲੁਕਾਈ ਤਾਂ ਰਾਗਮਾਲਾ ਪੜ੍ਹ ਰਹੀ ਹੈ, ਸੋਝੀ ਵਾਲੇ ਦਾ ਸਾਥ ਦਿੱਤਾ ਤਾਂ ਉਹਨਾਂ ਦਾ ਵਿਰੋਧੀ ਨਾ ਹੋ ਜਾਵੇ, ਉਹਨਾਂ ਦੀ ਰੋਟੀ ਰੋਜ਼ੀ ਅਤੇ ਵਾਹ ਵਾਹ ਵਿੱਚ ਫਰਕ ਨਾ ਆ ਜਾਵੇ। ਅੰਦਰੋਂ ਆਤਮਾ ਤਾਂ ਪਹਿਲਾਂ ਹੀ ਮਲੀਨ ਹੋਈ ਪਈ ਹੁੰਦੀ ਹੈ, ਬਸ ਇੱਕ ਦਮ ਕਹਿ ਉੱਠਣਗੇ ਲਿਆਓ ਜੀ ਲਿਆਓ, ਅਸੀਂ ਪੜ੍ਹਾਂਗੇ, ਇਸ ਤੋਂ ਬਿਨਾਂ ਤਾਂ ਪਾਠ ਦਾ ਭੋਗ ਹੀ ਨਹੀਂ ਪੈਣਾ। ਫਿਰ ਬਾਅਦ ਵਿੱਚ ਪੋਲੇ ਜਿਹੇ ਮੂੰਹ ਨਾਲ
ਉਸ ਸੋਝੀ ਵਾਲੇ ਸੱਜਣ ਕੋਲ ਚਲੇ ਜਾਣਗੇ। ਦੇਖੋ ਜੀ, ਗੱਲ ਤਾਂ ਤੁਹਾਡੀ ਠੀਕ ਹੈ। ਮੈਂ ਵੀ ਮੰਨਦਾ ਹਾਂ ਕਿ ਰਾਗ ਮਾਲਾ ਗੁਰਬਾਣੀ ਨਹੀਂ, ਅਕਾਲ ਤਖਤ 'ਤੇ ਪੜ੍ਹਨੀ ਬਿਲਕੁਲ ਮਨ੍ਹਾ ਹੈ, ਨਨਕਾਣਾ ਸਾਹਿਬ ਵੀ ਕੋਈ ਨਹੀਂ ਸੀ ਪੜ੍ਹਦਾ, ਵਗੈਰਾ ਵਗੈਰਾ। ਅਤੇ ਫਿਰ ਤੁਹਾਨੂੰ ਪਤਾ ਹੈ ਇਹਨਾਂ ਲੋਕਾਂ ਨਾਲ ਸਾਡੀ ਰੋਜ਼ੀ ਹੈ, ਝਗੜਾ ਕੌਣ ਪਾਵੇ, ਸਾਰੇ ਲੋਕ ਪੜ੍ਹਦੇ ਪਏ ਨੇ, ਇੱਕ ਅਸਾਂ ਪੜ੍ਹ ਲਈ ਤਾਂ ਕੀ ਫਰਕ ਪੈ ਗਿਆ। ਅਤੇ ਹੋਰ ਇੱਧਰ ਉੱਧਰ ਦੀਆਂ ਚਾਰ ਦੇ ਸਮੇਂ ਰੁਕਾਵਟ ਵੀ ਬਣ ਗਏ ਅਤੇ ਫਿਰ ਮਿੱਠੇ ਬਣਨ ਦਾ ਯਤਨ ਵੀ ਕਰ ਲਿਆ। ਅਜਿਹੇ ਲੋਕਾਂ ਦੀ ਦੋਹਰੀ ਨੀਤੀ ਦਾ ਪੰਥ ਨੂੰ ਕਾਫੀ ਮਾਰੂ ਨੁਕਸਾਨ ਪੁੱਜ ਰਿਹਾ ਹੈ। ਅਸਲ ਵਿੱਚ ਨਾ ਹੀ ਇਹਨਾਂ ਨੂੰ ਪਤਾ ਹੈ ਕਿ ਇਹ ਬਾਣੀ ਹੈ ਕਿ ਨਹੀਂ, ਨਾ ਹੀ ਅੰਦਰੋਂ ਸਮਝਣ ਦੀ ਸਮਰੱਥਾ ਹੀ ਹੁੰਦੀ ਹੈ ਅਤੇ ਨਾ ਹੀ ਚਾਹ। ਅੰਦਰੋਂ ਰੱਬ ਜਾਂ ਗੁਰੂ ਦੇ ਭੈ ਤੋਂ ਵੀ ਕੋਰੇ ਹੀ ਹੁੰਦੇ ਹਨ। ਵਾਹਿਗੁਰੂ ਕਰੇ ਜੇ ਕੱਲ੍ਹ ਨੂੰ ਸੰਗਤ ਵਿੱਚ ਜਾਗ੍ਰਿਤੀ ਆ ਜਾਵੇ ਤਾਂ ਸਭ ਤੋਂ ਪਹਿਲਾਂ ਇਹੀ ਸੱਜਣ ਹੋਣਗੇ ਜਿਹੜੇ ਕਹਿਣਗੇ, ਨਹੀਂ ਜੀ ਇਹ ਤਾਂ ਬਿਲਕੁਲ ਨਹੀਂ ਪੜ੍ਹਨੀ, ਅਸੀਂ ਤਾਂ ਖਾਲੀ ਗੁਰਬਾਣੀ ਹੀ ਪੜ੍ਹਾਂਗੇ। ਤੀਜੇ ਉਹ ਸੱਜਣ ਵੀ ਹਨ ਜੋ ਸੱਚਮੁੱਚ ਵਿਦਵਾਨ ਵੀ ਹਨ, ਪ੍ਰਚਾਰਕ ਵੀ ਹਨ, ਕੌਮ ਵਿੱਚ ਉਹਨਾਂ ਨੂੰ ਮਾਣ ਸਤਿਕਾਰ ਵੀ ਪ੍ਰਾਪਤ ਹੈ, ਸੱਚਾਈ ਨੂੰ ਜਾਣਦੇ ਵੀ ਹਨ। ਭਾਵੇਂ ਉਹ ਪ੍ਰਚਾਰਕ ਆਪਣੇ ਨਿੱਜੀ ਹੈਸੀਅਤ ਵਿੱਚ ਹਨ ਜਾਂ ਰਾਗੀ ਸਿੰਘਾਂ ਦੇ ਰੂਪ ਵਿੱਚ ਜਾਂ ਕਿਸੇ ਪ੍ਰਚਾਰਕ ਜਥੇਬੰਦੀ ਦੇ ਰੂਪ ਵਿੱਚ, ਪਰ ਅਜਿਹੇ ਵਿਸ਼ਿਆਂ ਉੱਪਰ ਬਿਲਕੁਲ ਚੁੱਪ ਸਾਧੀ ਬੈਠੇ ਹਨ। ਉਹ ਪ੍ਰੋੜਤਾ ਤਾਂ ਕਰਦੇ ਨਹੀਂ, ਨਿੱਜੀ ਗੱਲਬਾਤ ਵਿੱਚ ਵਿਰੋਧ ਵੀ ਕਰਦੇ ਹਨ ਪਰ ਸਿੱਧਾ ਵਿਰੋਧ ਵੀ ਨਹੀਂ ਕਰਦੇ। ਡਰ ਉਹੀ ਕਿ ਕਿਧਰੇ ਸੰਗਤਾਂ ਵਿੱਚ ਬਣੀ ਵਾਹ ਵਾਹ ਵਿੱਚ ਜਾਂ ਬਣੀ ਹੋਈ ਭੱਲ ਵਿੱਚ ਫਰਕ ਨਾ ਪੈ ਜਾਵੇ। ਉਡੀਕ ਰਹੇ ਹਨ ਕਿਸੇ ਐਸੇ ਸਮੇਂ ਨੂੰ ਜਦੋਂ ਉਹ ਸੱਚੀ ਗੱਲ ਕਹਿ ਸਕਣਗੇ। ਅਜੀਬ ਕਹਾਣੀ ਹੈ ਨਾ, ਨਾ ਨੌਮਣ ਤੇਲ ਹੋਵੇਗਾ ਨਾ ਹੀ ਰਾਧਾ ਨੱਚੇਗੀ, ਬੀਜ ਤੁਸੀਂ ਪਾਵੋਗੇ ਨਹੀਂ ਤਾਂ ਉੱਗੇਗਾ ਕਿਵੇਂ, ਆਵਾਜ਼ ਪੈਦਾ ਨਹੀਂ ਕਰੋਗੇ ਤਾਂ ਅਜਿਹੇ ਹਾਲਾਤ ਪੈਦਾ ਹੀ ਕਿਵੇਂ ਹੋਣਗੇ। ਸੰਗਤ ਵਿੱਚ ਇਸ ਬਾਰੇ ਜਾਗਰਤੀ ਪੈਦਾ ਕਰਨ ਵਾਸਤੇ ਆਖਰ ਅਜਿਹੇ ਸੱਜਣ ਹੀ ਕੁਝ ਉਪਰਾਲਾ ਕਰ ਸਕਦੇ ਹਨ। ਛਾਪੇ ਵਾਲੀ ਬੀੜ ਅਤੇ ਰਾਗਮਾਲਾ। ਰਾਗਮਾਲਾ ਦੇ ਵਿਸ਼ੇ 'ਤੇ ਗੱਲ ਪੂਰੀ ਨਹੀਂ ਹੋਣੀ ਜਦੋਂ ਤੀਕ ਡਾਕਟਰ ਭਾਈ ਵੀਰ ਸਿੰਘ ਜੀ ਦਾ ਜ਼ਿਕਰ ਇਸ ਵਿਸ਼ੇ 'ਤੇ ਨਾ ਕੀਤਾ ਜਾਵੇ। ਡਾਕਟਰ ਭਾਈ ਵੀਰ ਸਿੰਘ ਜੀ ਪੰਥ ਦੀ ਇੱਕ ਮਹਾਨ ਹਸਤੀ ਹੋਏ ਹਨ ਜਿਨ੍ਹਾਂ ਦੀ ਪੰਜਾਬੀ ਸਾਹਿਤ ਅਤੇ ਸਿੱਖ ਸਾਹਿਤ ਨੂੰ ਇੱਕ ਮਹਾਨ ਦੇਣ ਹੈ। ਲੇਖਕ ਦੇ ਦਿਲ ਵਿੱਚ ਵੀ ਆਪ ਜੀ ਵਾਸਤੇ ਅਥਾਹ ਸਤਿਕਾਰ ਹੈ, ਪਰ ਇਹ ਮੰਨਣਾ ਪਵੇਗਾ ਕਿ ਮਾਮੂਲੀ ਜਿਹੀ ਧੜੇਬੰਦੀ ਦਾ ਸ਼ਿਕਾਰ ਹੋ ਕੇ ਇਸ ਵਿਸ਼ੇ ਉੱਪਰ ਆਪ ਜੀ ਨੇ ਪੰਥ ਨੂੰ ਕੁਰਬਾਨ ਕਰ ਦਿੱਤਾ। ਇੱਕ ਇਤਿਹਾਸਕ ਸੂਚਨਾ ਅਨੁਸਾਰ ਆਪ ਜੀ ਰਾਗਮਾਲਾ ਦੇ ਕੱਟੜ ਵਿਰੋਧੀਆਂ ਵਿੱਚੋਂ ਇੱਕ ਸਨ ਅਤੇ ਰਾਗਮਾਲਾ ਵਿਰੁੱਧ ਡਟ ਕੇ ਪ੍ਰਚਾਰ ਕੀਤਾ। ਪਰ ਜਦੋਂ ਆਪ ਜੀ ਦੀ ਪੰਚ ਖਾਲਸਾ ਦੀਵਾਨ ਦੇ ਆਗੂ ਬਾਬੂ ਤੇਜਾ ਸਿੰਘ ਜੀ ਨਾਲ ਕਿਸੇ ਗੱਲੋਂ ਅਣਬਣ ਹੋ ਗਈ ਤਾਂ ਰਾਗਮਾਲਾ ਵੀ ਧੜੇਬੰਦੀ ਦਾ ਸ਼ਿਕਾਰ ਹੋ ਗਈ। ਕਿਉਂਕਿ ਕਿਸੇ ਨਾ ਕਿਸੇ ਤਰੀਕੇ ਵਿਰੋਧ ਤਾਂ ਬਾਬੂ ਤੇਜਾ ਸਿੰਘ ਦਾ ਕਰਨਾ ਹੀ ਸੀ, ਤਾਂ ਆਪ ਜੀ ਨੇ ਰਾਗਮਾਲਾ ਬਾਰੇ ਵੀ ਆਪਣਾ ਸਟੈਂਡ ਹੀ ਬਦਲ ਦਿੱਤਾ। ਬਦੋ ਬਦੀ ਇਸ ਨੂੰ ਗੁਰੂ ਕਿਰਤ ਦੱਸਣ ਦਾ ਯਤਨ ਆਰੰਭਿਆ, ਬਹਾਨਾ ਬਣਾਇਆ ਕਿ ਇੱਕ ਬਸਤੇ ਦਾ ਕਿ ਸਾਨੂੰ ਆਪਣੇ ਨਾਨਾ ਜੀ ਦਾ ਇੱਕ ਬਸਤਾ ਮਿਲਿਆ ਹੈ ਜਿਸ ਅਨੁਸਾਰ ਰਾਗਮਾਲਾ ਬਾਣੀ ਹੀ ਹੈ। ਆਪਣੇ ਨਵੇਂ ਅਤੇ ਆਧਾਰ ਰਹਿਤ ਸਟੈਂਡ ਨੂੰ ਸਾਬਤ ਕਰਨ ਵਾਸਤੇ ਉਹਨਾਂ ਸਮੇਂ ਸਮੇਂ ਕਿਤਨੇ ਹੀ ਪੈਂਤੜੇ ਬਦਲੇ, ਕਦੇ ਤਾਂ ਰਾਗਮਾਲਾ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਚਨਾ ਦੱਸਦੇ, ਕਦੇ ਵੇ ਪੰਜਵੇਂ ਪਾਤਸ਼ਾਹ ਜੀ ਦੀ ਅਤੇ ਕਦੇ ਭਾਈ ਗੁਰਦਾਸ ਜੀ ਦੀ। ਰਹਿਤ ਮਰਿਆਦਾ ਦਾ ਖਰੜਾ ਤਿਆਰ ਹੋਣ ਸਮੇਂ ਪੰਥਕ ਆਗੂਆਂ ਦੀਆਂ ਜਿੰਨੀਆਂ ਮੀਟਿੰਗਾਂ ਹੋਈਆਂ ਰਾਗਮਾਲਾ ਵਿਰੁੱਧ ਆਪ ਜੀ ਸਭ ਤੋਂ ਅੱਗੇ ਡਟੇ ਰਹੇ, ਪਰ ਜਦੋਂ ਨਿਰਣਾ ਵਾਲਾ ਆਖਰੀ ਸਮਾਂ ਆਇਆ ਤਾਂ ਪਾਸਾ ਪਲਟ ਚੁੱਕਾ ਸੀ। ਬਸਤੇ ਦੀ ਕਹਾਣੀ ਵਿੱਚ ਆਤਮ ਕੀ ਲਗਭਗ ਨਿਰਣਾ ਹੋ ਚੁੱਕਾ ਸੀ
ਅਤੇ ਹੁਣ ਪੰਥ ਇਸ ਰਾਗਮਾਲਾ ਤੋਂ ਛੁਟਕਾਰਾ ਪਾ ਚੁੱਕਾ ਸੀ। ਬੀੜਾਂ ਇਸ ਤੋਂ ਬਿਨਾਂ ਹੀ ਛਪਣੀਆਂ ਸਨ, ਪਰ ਬਸਤੇ ਦੇ ਝਗੜੇ ਨੇ ਫੈਸਲਾ ਖਟਾਈ ਵਿੱਚ ਪਾ ਦਿੱਤਾ ਅਤੇ ਰਹਿਤ ਮਰਜ਼ਾਦਾ 'ਚ ਉਹ ਸ਼ਬਦ ਆਏ ਜਿਨ੍ਹਾਂ ਦਾ ਜ਼ਿਕਰ ਪਹਿਲਾਂ ਆ ਚੁੱਕਾ ਹੈ। ਸੱਚਾਈ ਤਾਂ ਇਹ ਹੈ ਕਿ ਨਾ ਕੋਈ ਅਜਿਹਾ ਬਸਤਾ ਮਿਲਿਆ ਸੀ ਅਤੇ ਨਾ ਹੀ ਇਹ ਬਸਤਾ ਫਿਰ ਕਦੇ ਪੰਥ ਵਿੱਚ ਸਾਹਮਣੇ ਆਇਆ। ਉਹ ਤਾਂ ਕੇਵਲ ਵਕਤੀ ਅੜਾਉਣੀ ਸੀ ਜਾਂ ਦੋ ਵਿਦਵਾਨਾਂ ਦਾ ਵਕਤੀ ਟਕਰਾਓ, ਪਰ ਪੰਥ ਵਾਸਤੇ ਇੱਕ ਲੰਮਾ ਮਸਲਾ ਬਣ ਗਿਆ। ਇਸੇ ਹੀ ਸਮੇਂ ਇੱਕ ਹੋਰ ਨਵੀਂ ਦਲੀਲ ਡਾਕਟਰ ਭਾਈ ਵੀਰ ਸਿੰਘ ਜੀ ਦੇ ਪਿਤਾ ਡਾਕਟਰ ਚਰਨ ਸਿੰਘ ਜੀ ਦੇ ਨਾਮ ਹੇਠ ਪੰਥ ਵਿੱਚ ਪ੍ਰਚਲਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਰਾਗਮਾਲਾ ਪੰਚਮ ਪਾਤਸ਼ਾਹ ਦੀ ਰਚਨਾ ਹੈ ਅਤੇ ਰਾਗਾਂ ਦੇ ਨਾਂ ਉਚੇਚੇ ਤੌਰ 'ਤੇ ਰਾਗਾਂ ਰਾਹੀਂ ਆਪ ਅਰਜ ਕਰਨ 'ਤੇ ਪੰਚਮ ਪਾਤਸ਼ਾਹ ਜੀ ਦੇ ਹੁਕਮ ਨਾਲ ਭਾਈ ਗੁਰਦਾਸ ਜੀ ਨੇ ਆਦਿ ਬੀੜ ਦੇ ਅੰਤ ਵਿੱਚ ਦਰਜ ਕੀਤੀ। ਕਿਤਨੀ ਅਜੀਬ ਮੰਤਕ ਹੈ, ਰਾਗ ਵੀ ਜਿਵੇਂ ਕੋਈ ਸਰੀਰਧਾਰੀ ਮਨੁੱਖ ਹੋਵਣ। ਇਹ ਮੰਤਕ ਭਾਵੇਂ ਕਾਮਯਾਬ ਤਾਂ ਨਾ ਹੋ ਸਕੀ, ਪਰ ਕੁਝ ਅਨਪੜ੍ਹ ਪ੍ਰਚਾਰਕਾਂ ਪਾਸ ਹੋਲੀਆਂ ਭਾਲੀਆਂ ਸੰਗਤਾਂ ਨੂੰ ਗੁੰਮਰਾਹ ਕਰਨ ਵਾਸਤੇ ਇੱਕ ਰੌਚਕ ਪ੍ਰਸੰਗ ਜ਼ਰੂਰ ਬਣ ਗਈ। ਉਂਝ ਇਸੇ ਪੁਸਤਕ ਦੇ ਅਧਿਆਏ ਆਲਮ ਕਵੀ ਇੱਕ ਨਹੀਂ ਦੋ ਵਿੱਚ ਡਾਕਟਰ ਭਾਈ ਵੀਰ ਸਿੰਘ ਜੀ ਅਤੇ ਡਾਕਟਰ ਚਰਨ ਸਿੰਘ ਜੀ ਦੀਆਂ ਆਪਣੀਆਂ ਰਾਗਮਾਲਾ ਵਿਰੋਧੀ ਨਿਰਣਿਆਂ ਸੰਬੰਧੀ ਕੁਝ ਟੂਕਾਂ ਪਹਿਲਾਂ ਹੀ ਦਿੱਤੀਆਂ ਜਾ ਚੁੱਕੀਆਂ ਹਨ। ਹੋਰ ਵੀ ਰਾਗਮਾਲਾਵਾਂ ਰਾਗਮਾਲਾ ਦੇ ਪ੍ਰਸੰਗ ਵਿੱਚ ਇੱਥੇ ਇਹ ਦੱਸ ਦੇਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਕੇਵਲ ਇਹ ਰਾਗਮਾਲਾ ਹੀ ਨਹੀਂ ਜਿਹੜੀ ਕਿ ਕਿਸੇ ਅਣਜਾਣ ਜਾਂ ਸ਼ਰਾਰਤੀ ਨੇ ਆਦਿ ਬੀਟ ਨਾਲ ਅੰਤ ਵਿੱਚ ਜੋੜ ਦਿੱਤੀ। ਸਮੁੱਚੇ ਭਾਰਤ ਵਿੱਚ ਇਹੋ ਜਿਹੀਆਂ ਲਗਭਗ 150 ਰਾਗਮਾਲਾਵਾਂ ਮੌਜੂਦ ਹਨ। ਵਿਚਾਰ ਅਧੀਨ ਰਾਗਮਾਲਾ ਵਿੱਚ ਰਾਗਾਂ ਦੇ ਪਰਿਵਾਰ ਦੀ ਗਿਣਤੀ 84 ਦਿੱਤੀ ਗਈ ਹੈ, ਜਿਵੇਂ ਖਸ਼ਟ ਰਾਗ ਉਨਗਾਏ ਸੰਗ ਰਾਗਨੀ ਤੀਸ ਸਭੈ ਪੁੱਤਰ ਰਾਗਨ ਕੈ 18 10 20 ਛੇ ਰਾਗ 30 ਰਾਗਣੀਆਂ 20 ਪੁੱਤਰ 18 10 20 ਕੁੱਲ ਜੋੜ 84। ਦੂਜੀਆਂ ਰਾਗਮਾਲਾਵਾਂ ਵਿੱਚ ਇਹ ਪਰਿਵਾਰਕ ਗਿਣਤੀ 148 ਤੀਕ ਵੀ ਆਈ ਹੈ ਅਤੇ ਕਈ ਕਾਵਰੂ ਵਿੱਚ ਨਹੀਂ ਬਲਕਿ ਬੜੇ ਅਸ਼ਲੀਲ ਚਿੱਤਰਾਂ ਦੇ ਰੂਪ ਵਿੱਚ ਨਿਰਲੱਜ ਵਿਆਖਿਆ ਸਹਿਤ। ਉਸਦਾ ਮੁੱਖ ਕਾਰਨ ਇਹ ਸੀ ਕਿ ਰਾਗ ਸੰਗੀਤ ਇੱਕ ਲੰਮੇ ਸਮੇਂ ਤੋਂ ਮਨੁੱਖ ਦੇ ਸਸਤੇ ਮਨੋਰੰਜਨ ਅਤੇ ਕਾਮ ਉਤੇਜਨਾ ਵਾਸਤੇ ਹੀ ਵਰਤਿਆ ਜਾਂਦਾ ਰਿਹਾ। ਇਹੀ ਕਾਰਨ ਸੀ ਕਿ ਹੌਲੇ ਹੌਲੇ ਰਾਗ ਸੰਗੀਤ ਅਤੇ ਪ੍ਰਭੂ ਭਗਤੀ ਦੋਵੇਂ ਸਵੈ ਵਿਰੋਧੀ ਭਾਵਨਾਵਾਂ ਸਮਝੀਆਂ ਜਾਣ ਲੱਗ ਗਈਆਂ। ਭਾਰਤ ਦੇ ਕਈ ਹਿੱਸਿਆਂ ਵਿੱਚ ਅੱਜ ਵੀ ਮੰਦਰਾਂ ਵਿੱਚ ਪ੍ਰਚਲਿਤ ਦੇਵਦਾਸੀ ਪ੍ਰਥਾ ਇਸੇ ਦਾ ਪ੍ਰਥਕ ਪ੍ਰਮਾਣ ਹੈ। ਜਦੋਂ ਰਾਗ ਵਿਦਿਆ ਦੀ ਵਰਤੋਂ ਕਰਕੇ ਅਖੌਤੀ ਦੇਵਦਾਸੀਆਂ ਨੂੰ ਮੂਰਤੀਆਂ ਅੱਗੇ ਨਚਾਇਆ ਜਾਂਦਾ ਹੈ ਅਤੇ ਉਸ ਨੂੰ ਧਾਰਮਿਕ ਕਰਮ ਮੰਨਿਆ ਜਾਂਦਾ ਹੈ। ਇਸੇ ਹੀ ਸੋਚਣੀ ਦਾ ਸਿੱਟਾ ਹੈ ਕਿ ਇਸਲਾਮ ਧਰਮ ਵਿੱਚ ਤਾਂ ਰਾਗ ਸੰਗੀਤ ਨੂੰ ਹੀ ਵਰਜਿਤ ਕਰ ਦਿੱਤਾ ਗਿਆ, ਰਾਗ ਨੂੰ ਅੱਲਾਹ ਤਾਲਾ ਦੀ ਪ੍ਰਤਿਸ਼ ਪੂਜਾ ਦੇ ਹੀ ਵਿਰੁੱਧ ਮੰਨ ਲਿਆ ਗਿਆ। ਅਸਲ ਵਿੱਚ ਇਹ ਦੋਸ਼ ਰਾਗ ਜਾਂ ਸੰਗੀਤ ਦਾ ਨਹੀਂ ਸੀ ਬਲਕਿ ਉਸ ਦੀ ਕੁਵਰਤੋਂ ਦਾ ਸੀ। ਇਹ ਮਾਣ ਕੇਵਲ ਗੁਰੂ ਘਰ ਨੂੰ ਪ੍ਰਾਪਤ ਹੈ ਕਿ ਸਤਿਗੁਰਾਂ ਨੇ ਲੋਕਾਂ ਦੇ ਇਸ ਗਲਤ ਵਿਸ਼ਵਾਸ ਨੂੰ ਵੰਗਾਰਿਆ ਅਤੇ ਗੁਰਬਾਣੀ ਨੂੰ ਬਕਾਇਦਾ ਰਾਗਾਂ ਵਿੱਚ ਅਤੇ ਸਾਜਾਂ ਸਹਿਤ ਗਾਵਿਆ, ਗਾਉਣ ਦਾ ਢੰਗ ਤਾਲਾਂ ਘਰਾਂ ਤੀਕ ਸਮਝਾਇਆ। ਸਾਜਾਂ ਰਾਹੀਂ ਗਾਏ ਗਏ ਕਰਤੇ ਦੇ ਕੀਰਤਨ ਨੂੰ ਉੱਤਮ ਅਤੇ ਮਨ ਨੂੰ ਟਿਕਾਉਣ ਦਾ ਬਹੁਮੁੱਲਾ ਸਾਧਨ ਵੀ ਦੱਸਿਆ। ਇਸ ਦੇ ਉਲਟ ਉੱਪਰ ਦਿੱਤੇ ਇਹੀ ਕਾਰਨ ਸਨ ਕਿ ਭਾਰਤ ਵਿੱਚ ਇਸ ਤੋਂ ਪਹਿਲਾਂ ਬਲਕਿ ਹੁਣ ਤੀਕ ਜਿੰਨੀਆਂ ਵੀ ਰਾਗਮਾਲਾਵਾਂ ਪ੍ਰਾਪਤ ਹਨ ਉਹ ਕਿਸੇ ਇੱਕ ਜਾਂ ਦੂਜੀ
ਕਾਮ ਉਤੇਜਕ ਅਤੇ ਨੰਗੇਜ਼ ਭਰਪੂਰ ਕਹਾਣੀ ਦਾ ਆਧਾਰ ਬਣਾ ਕੇ ਲਿਖੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਵਿਚਾਰ ਅਧੀਨ ਰਾਗਮਾਲਾ ਵੀ ਇੱਕ ਹੈ। ਰਾਗਮਾਲਾ ਬਾਰੇ ਨਿਚੋੜ। ਰਾਗਮਾਲਾ ਗੁਰਬਾਣੀ ਨਹੀਂ, ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਕਲ ਕਰਦਿਆਂ ਕਿਸੇ ਲਿਖਾਰੀ ਨੇ ਆਪਣੀ ਜਾਣਕਾਰੀ ਲਈ ਮਾਧਵਾ ਨਾਲ ਕਾਮ ਕੰਦਲਾ ਦੇ ਕਿੱਸੇ ਦੇ ਕੁੱਲ 179 ਬੰਦਾਂ ਵਿੱਚੋਂ ਅੰਕ 34 ਤੋਂ 38 ਮੁੰਦਾਵਣੀ ਤੋਂ ਬਾਅਦ ਖਾਲੀ ਪੰਨੇ 'ਤੇ ਅੰਕਿਤ ਕਰ ਦਿੱਤੇ, ਜਿਵੇਂ ਕਿ ਕਈ ਲਿਖਾਰੀਆਂ ਨੇ ਉਤਾਰਾ ਕਰਦਿਆਂ ਅੰਤ ਵਿੱਚ ਖਾਲੀ ਪੰਨਿਆਂ 'ਤੇ ਸਿਆਹੀ ਬਣਾਉਣ ਦੀ ਵਿਧੀ। ਮੀਰਾਂ ਬਾਈ ਦੀਆਂ ਰਚਨਾਵਾਂ, ਗਣੇਸ਼ ਦੇ ਨਿਸ਼ਾਨ, ਹਿਸਾਬ ਕਿਤਾਬ, ਰਤਨਮਾਲਾ, ਪ੍ਰਾਣ ਸੰਗਲੀ, ਸਮਕਾਲੀਨ ਕਵੀਆਂ ਦੀਆਂ ਕੱਚੀਆਂ ਰਚਨਾਵਾਂ, ਗੁਰੂ ਸਾਹਿਬਾਨਾਂ ਦੇ ਪੁਰਬਾਂ ਦੀਆਂ ਤਾਰੀਖਾਂ, ਵਾਰ ਆਦਿ ਜੋ ਕੁਝ ਵੀ ਹੈ ਅੰਕਿਤ ਕਰ ਦਿੱਤੇ। ਪੰਥ ਨੂੰ ਇਸ ਬਾਰੇ ਜਲਦੀ ਸਪਸ਼ਟ ਨਿਰਣਾ ਲੈ ਕੇ ਆਉਣ ਵਾਲੀ ਔਲਾਦ ਨੂੰ ਇਸ ਗੁੰਝਲ ਵਿੱਚੋਂ ਕੱਢਣਾ ਚਾਹੀਦਾ ਹੈ। ਜੋ ਕੁਝ ਵੀ ਹੈ ਇਹ ਕੇਵਲ ਸਾਡੀ ਖੋਜ ਦਾ ਨਿਚੋੜ ਹੈ। ਪੰਥਕ ਫੈਸਲਾ ਅਤੇ ਉਸ ਨੂੰ ਲਾਗੂ ਕਰਨ ਦਾ ਹੱਕ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਜੀ ਪਾਸ ਹੈ। ਕਿਤਾਬ ਰਾਗਮਾਲਾ ਪੜਚੋਲ, ਲੇਖਕ ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।